ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਂਵਾਲੀਆ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਅਤੇ ਹੋ ਸਕਦਾ ਕਿ ਇਸ ਸਕਰੀਨ ਨੂੰ ਦੇਖਣ ਤੋਂ ਬਾਅਦ ਤੁਸੀਂ ਥੋੜ੍ਹਾ ਬਹੁਤ ਅੰਦਾਜ਼ਾ ਲਾ ਲਿਆ ਹੋਵੇ ਕਿ ਅੱਜ ਫਿਰ ਇੱਕ ਵਾਰ ਤਕਨੀਕ ਦੇ ਮਾਧਿਅਮ ਰਾਹੀਂ ਆਪਾਂ ਜੁੜਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਬੰਦਾ ਇੱਕ ਜਿਹੜਾ ਆਪਣੇ ਕੋਲ ਇੱਥੇ ਨਾਲ ਬੈਠਾ ਹੁੰਦਾ ਸੀ ਜੀ, ਉਹ ਇਸ ਵਕਤ ਕੈਨੇਡਾ ਦੀ ਧਰਤੀ 'ਤੇ ਪਹੁੰਚ ਚੁੱਕਾ। ਹੁਣ ਇਹ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤਾਂ ਚਲੋ ਬਾਅਦ 'ਚ ਕਰਾਂਗੇ ਜਦੋਂ ਕਿਤੇ ਟਕਰੇ, ਪਰ ਇੰਨਾ ਜ਼ਰੂਰ ਆ ਵੀ ਤਕਨੀਕ ਰਾਹੀਂ ਜਿਹੜਾ ਅਸੀਂ ਹੁਣ ਕਾਬੂ ਕਰਕੇ ਲਿਆਂਦਾ ਉਹਦੇ ਨਾਲ ਆਪਾਂ ਇੱਕ ਵਾਰ ਦੁਬਾਰਾ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਦੇਖਦੇ ਹਾਂ ਵੀ ਇਸ ਵਕਤ ਆਪਾਂ ਨੂੰ ਕੱਟੀਆਂ ਵਾਲੇ ਸਰਦਾਰ ਆਉਂਦੇ ਕੀ ਆ। ਬਾਠ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਪਹਿਲਾਂ ਮੇਰੀ ਕੱਟੀ ਦਾ ਸੁਣਾਓ ਕੀ ਹਾਲ ਆ। ਮੈਂ ਕਿਹਾ ਜੀ ਮੇਰੇ ਪੱਲੇ ਤੇ ਕੱਟੀ ਤੇ ਸੋਮੋ ਰਹਿ ਗਈ ਤੇ ਤੁਸੀਂ ਸਰਦਾਰ ਸਾਹਿਬ ਫੇਰ ਨੀਲੇ ਰੰਗ ਦੀ ਟਾਈ ਲਾ ਕੇ ਬਹਿ ਗਏ। ਦੇਖੋ ਗੱਲ ਇਹ ਆ ਕਿ ਮੈਂ ਜਦੋਂ ਨਾ ਕੱਟੀ ਦਾ ਸੰਗਲ ਤੁਹਾਨੂੰ ਫੜਾ ਕੇ ਗਿਆ, ਉਹ ਮੈਨੂੰ ਹੀ ਪਤਾ ਕਿ ਕਿੱਦਾਂ ਮਹਿਸੂਸ ਹੁੰਦਾ ਸੀ, ਕਿਉਂਕਿ ਮੈਨੂੰ ਹੁੰਦਾ ਕਿ ਤੁਸੀਂ ਤਕਾਲਾਂ ਨੂੰ ਜੇ ਆਹੋ ਤਾਂ ਫਿਰ ਮੁੜ ਕੇ ਕੱਟੀ ਨੂੰ ਪੱਠੇ ਕੌਣ ਪਾਊਗਾ, ਤਾਂ ਫਿਰ 20 ਤਰ੍ਹਾਂ ਦੀ ਚਿੰਤਾ ਮੈਂ ਸਵੇਰੇ ਸ਼ਾਮ ਟੈਲੀਫੋਨ ਕਰਕੇ ਪੁੱਛਦਾ, ਝੁੱਲ ਦੇ ਦਿੱਤਾ ਰੱਸਾ ਉੱਪਰ ਦੀ, ਬੰਨ ਲਿਆ ਕਿ ਨਹੀਂ ਬੰਨ ਲਿਆ। ਵੇਖੋ ਬਾਠ ਸਾਹਿਬ, ਇਹ ਤਾਂ ਚਲੋ ਹੁਣ ਤੁਸੀਂ ਜ਼ਿੰਮੇਵਾਰੀ ਵੱਡੀ ਦੇ ਗਏ, ਇਹ ਤਾਂ ਮੈਂ ਨਿਭਾਊਂਗਾ ਉਹਨਾਂ ਚਿਰ। ਗੱਲ ਇਹ ਆ ਵੀ ਮੈਂ ਨਾ ਸਰਦੂਲ ਸਿਕੰਦਰ ਦਾ ਹੁਸਨਾ ਦੇ ਮਾਲਕੋ ਕੈਸਟ ਦਾ ਨਾ ਗਾਣਾ ਪਤਾ ਹੈ ਮੈਨੂੰ ਵਾਰ ਵਾਰ ਯਾਦ ਆਈ ਜਾਵੇ। ਉਹਦੇ 'ਚ ਉਹ ਕਹਿੰਦਾ ਨਾ, ਨੀ ਤੂੰ ਟਿਕਟ ਕਰਾ ਲਈ ਚੋਰੀ ਚੋਰੀ ਅਤੇ ਤੁਰ ਗਈ ਜਹਾਜ਼ ਚੜ ਕੇ, ਉਹ ਵਾਲਾ ਕੰਮ ਹੋਇਆ। ਦੇਖੋ ਨਹੀਂ, ਗੱਲ ਤਾਂ ਇੱਦਾਂ ਹੋਈ ਆ, ਕਿਉਂਕਿ ਨਾ ਐਤਕੀ ਅਮਨ ਭਾਅ ਜੀ ਹੋਰਾਂ ਦੀ ਇੱਛਾ ਸੀ ਕਿ ਸਰਪ੍ਰਾਈਜ਼ ਦੇਣਾ ਨਾ, ਜਣੀਆਂ ਅਚੰਭੇ ਵਾਲਾ ਕੰਮ ਕਰਨਾ, ਅਤੇ ਫਿਰ ਜਿੱਦਾਂ ਜਿੱਦਾਂ ਉਹਨਾਂ ਨੇ ਕਿਹਾ ਉੱਦਾਂ ਉੱਦਾਂ ਹੀ, ਕਿਉਂਕਿ ਇਹ ਤੁਹਾਡੇ ਲਈ ਵੀ ਨਵੀਂ ਗੱਲ ਸੀ ਅਤੇ ਇੱਧਰਲੇ ਪਾਸੇ ਜਿਹੜਾ ਪਰਿਵਾਰ ਮੇਰਾ ਕੈਨੇਡਾ ਦੇ ਵਿੱਚ ਬੈਠਾ ਉਹਨਾਂ ਦੇ ਲਈ ਨਵੀਂ ਗੱਲ ਸੀ, ਅਤੇ ਉਹ ਸਾਰੇ ਸਰਪ੍ਰਾਈਜ਼ ਦੇ ਚੱਕਰਾਂ ਦੇ ਵਿੱਚ ਇਹ ਕੁਛ ਹੋ ਗਿਆ। ਅਤੇ ਪਰ ਇੰਨੀ ਗੱਲ ਜ਼ਰੂਰ ਆ ਕਿ ਮੈਂ ਇਹ ਗੱਲ ਮਹਿਸੂਸ ਜ਼ਰੂਰ ਕਰਦਾ ਕਿ ਇੱਥੇ ਆ ਕੇ ਨਾ ਹਾਲਾਤ ਇੱਦਾਂ ਦੇ ਲੱਗੇ ਕਿ ਭਾਈ ਪ੍ਰਾਈਮ ਏਸ਼ੀਆ ਟੀ ਵੀ ਨੇ ਸੱਚੀ ਮੁੱਚੀ ਜਿਹੜੀਆਂ ਉਹ ਜੜ੍ਹਾਂ ਬੜੀਆਂ ਮਜ਼ਬੂਤ ਕੀਤੀਆਂ। ਮੈਂ ਇਹ ਵੀ ਸੋਚਦਾ ਸੀ ਕਿ ਜੇ ਤੁਸੀਂ ਉਸ ਵੇਲੇ ਨਾਲ ਹੀ ਆਏ ਹੁੰਦੇ, ਆਪਾਂ ਪਹਿਲਾਂ ਇਕੱਠੇ ਪੈਰ ਜਿਹੜਾ ਵੈਨਕੂਵਰ ਦੇ ਸਟੂਡੀਓ 'ਚ ਰੱਖਦੇ ਅਤੇ ਉੱਥੇ ਜਾ ਕੇ ਫਿਰ ਤੁਹਾਡੀ ਛਾਤੀ ਜਿਹੜੀ ਜ਼ਰੂਰ ਚੌੜੀ ਹੋਣੀ ਸੀ, ਕਿਉਂਕਿ ਮੇਰੀ ਛਾਤੀ ਤਾਂ ਹੈ ਉਨੀ, ਕਿੰਨੀ ਕੁ ਮੈਂ ਚੌੜੀ ਕਰ ਲੈਂਦਾ, ਪਰ ਸੱਚੀ ਮੁੱਚੀ ਸੰਧਾਲੀਆ ਸਾਹਿਬ ਸਟੂਡੀਓ ਜਿਹੜਾ ਉਹ ਦੇਖਣ ਵਾਲਾ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਬਣਾਇਆ ਹੋਇਆ, ਅਤੇ ਐਡੇ ਸੱਤ ਸਮੁੰਦਰੋਂ ਪਾਰ ਇੰਨੀ ਦੂਰ ਜਾ ਕੇ ਪੰਜਾਬੀ ਭਾਈਚਾਰੇ ਦਾ ਟੀ ਵੀ, ਉਹਦਾ ਐਡਾ ਵਧੀਆ ਸਟੂਡੀਓ, ਹਰ ਇੱਕ ਚੀਜ਼ ਜਿਹੜੀ ਆ ਨਾ, ਐਂ ਲੱਗਦਾ ਕਿ ਭਾਈ ਅਜੇ ਕਈ ਮੰਜ਼ਿਲਾਂ ਸਰ ਕਰਨ ਵਾਲੀਆਂ ਪਈਆਂ, ਇੰਨਾ ਕਸਲਾ ਜਿਹੜਾ ਉੱਥੇ ਲਿਆ ਕੇ ਆਪਣੇ ਟੀ ਵੀ ਚੈਨਲ ਰੱਖਿਆ ਹੋਇਆ। ਨਹੀਂ ਚਲੋ ਵਧੀਆ ਵਧੀਆ ਬਾਠ ਸਾਹਿਬ, ਗੱਲ ਇਹ ਆ ਵੀ ਇਹ ਸਾਰੇ ਕੁਛ ਦੇ ਵਿੱਚ ਨਾ ਇੱਕ ਗੱਲ ਤਾਂ ਚੰਗੀ ਹੋ ਗਈ ਵੀ ਬੰਦਾ ਜਦੋਂ ਪਹਿਲਾਂ ਆਪਾਂ ਇਹੋ ਜਿਹਾ ਭੇਜ ਦਈਏ ਜਿਹੜਾ ਐਂ ਜਮ੍ਹਾਂ ਸੂਈ ਵਰਗਾ ਹੋਵੇ ਅਤੇ ਅੱਗੇ ਜਾ ਕੇ ਲੰਘਦਾ ਜਾਵੇ ਵਿੱਚ ਦੀ, ਉਹਦੇ ਨਾਲ ਬੜਾ ਫਰਕ ਪੈਂਦਾ। ਤੁਸੀਂ ਨੋਟ ਨਹੀਂ ਕੀਤਾ ਹੋਣਾ ਵੀ ਬੀਬੀਆਂ ਜਦੋਂ ਕਿਤੇ ਤੋਪਾ ਲਾਉਂਦੀਆਂ ਨਾ ਤਾਂ ਮੋਟੀ ਸਾਰੀ ਗੰਢ ਪਿਛਲੇ ਪਾਸੇ ਲਾਉਂਦੀਆਂ ਧਾਗੇ 'ਤੇ, ਵੀ ਇਹਦੇ ਨਾਲ ਖਿੱਚ ਕੇ ਲੜਾਵਾਂਗੇ, ਅਗਲੇ ਪਾਸੇ ਬਰੀਕ ਸੂਈ ਚਾਹੀਦੀ ਹੈ। ਨਹੀਂ ਇਹ ਗੱਲ ਤੁਹਾਡੀ ਬਿਲਕੁਲ ਠੀਕ ਆ, ਬਰੀਕ ਸੂਈ ਜਿਹੜੀ ਲੰਘ ਗਈ ਆ ਅਤੇ ਹੁਣ ਬੜੀ ਛੇਤੀ ਜਾਣੀ ਉਹ ਵੀ ਸਮਾਂ ਆਉਣਾ ਆ ਜਦੋਂ ਪਿਛਲੇ ਵਾਲੀ ਗੰਢ ਜਿਹੜੀ ਹੈ ਉਹ ਵੀ ਕੜਕ ਦੇਣੀ ਕਰਕੇ ਫਿਰ ਬੀਬੀਆਂ ਮੁੜ ਕੇ ਦੰਦ ਨਾਲ ਕੜਕ ਦੇਣੀ ਤੋੜਦੀਆਂ ਹੁੰਦੀਆਂ ਅਤੇ ਉਦੋਂ ਪਤਾ ਲੱਗਦਾ ਹੁੰਦਾ ਕਿ ਕੰਮ ਹੁਣ ਮੁਕੰਮਲ ਹੋ ਗਿਆ। ਸੋ ਅਜੇ ਸ਼ੁਰੂਆਤਾਂ ਨੇ, ਮੰਜ਼ਿਲ ਅਜੇ ਜਿਹੜੀ ਹੈ ਉਹ ਕਿਸੇ ਹੋਰ ਤਰੀਕੇ ਆਉਣੀ ਆ। ਬੜੀ ਜਲਦੀ ਹੋਰ ਖੁਸ਼ਖਬਰੀਆਂ ਵੀ ਜਿਹੜੀਆਂ ਅਮਨ ਖਟਕੜ ਹੋਰਾਂ ਨੇ ਪ੍ਰਾਈਮ ਏਸ਼ੀਆ ਟੀ ਵੀ ਦੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਨਾਲ ਸਾਂਝੀਆਂ ਕਰਨੀਆਂ। ਅਤੇ ਮੈਂ ਗੁਰਪ੍ਰੀਤ ਭਾਅ ਜੀ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਸੀ ਕਿ ਕਿੰਨੀ ਜ਼ਿਆਦਾ ਜਿਹੜੀ ਹੈ ਤਬਦੀਲੀ ਹੁੰਦੀ ਆ ਨਾ, ਕਿ ਇੱਧਰਲੇ ਪਾਸਿਓਂ ਜਦੋਂ ਮੈਡਮ ਰੋਮੀ ਹੋਰੀ ਯੂਐਸ ਕੈਨੇਡਾ ਇਮੀਗ੍ਰੇਸ਼ਨ ਵਾਲੇ ਕੋਸ਼ਿਸ਼ ਕਰ ਰਹੇ ਸੀ ਵਾਰ ਵਾਰ ਕਿ ਭਾਈ ਕਿਸੇ ਨਾ ਕਿਸੇ ਤਰੀਕੇ ਹੁਣ ਪ੍ਰਾਈਮ ਏਸ਼ੀਆ ਟੀ ਵੀ ਦੀ ਟੀਮ ਜਿਹੜੀ ਹੈ ਇੰਡੀਆ ਤੋਂ ਕੈਨੇਡਾ ਵਾਲੇ ਪਾਸੇ ਨੂੰ ਆਵੇ, ਅਤੇ ਮੈਂ ਉਹਨਾਂ ਦਾ ਵੀ ਜਾਣੀ ਧੰਨਵਾਦ ਕਰਦਾ ਅਤੇ ਨਾਲ ਦੀ ਨਾਲ ਇਹ ਧੰਨਵਾਦਾਂ ਦੀ ਸੂਚੀ ਅਜੇ ਜਾਰੀ ਰਹਿਣੀ ਆ। ਇਸ ਕਰਕੇ ਪ੍ਰਾਈਮ ਏਸ਼ੀਆ ਟੀ ਵੀ ਦੇ ਜਿਹੜੇ ਵੱਖ ਵੱਖ ਮੁਲਕਾਂ ਦੇ ਵਿੱਚ ਦਰਸ਼ਕ ਬੈਠੇ ਆ, ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੇ ਕਈ ਹੋਰ ਸਰਪ੍ਰਾਈਜ਼ ਜਿਹੜੇ ਆ ਉਹਨਾਂ ਦੇ ਲਈ ਮਾਨਸਿਕ ਤੌਰ ਦੇ ਉੱਤੇ ਤਿਆਰੀ ਵੀ ਕਰਕੇ ਰੱਖਣ। ਅਤੇ ਮੈਂ ਹੋਰ ਦੱਸਦਾ ਕਿ ਵੈਨਕੂਵਰ ਜਦੋਂ ਪਹੁੰਚਿਆ ਤਾਂ ਉੱਥੇ ਕੰਮ ਠੀਕ ਸੀ, ਠੰਡ ਵੀ ਚੰਗੀ ਜਿਹੜੀ ਬਹੁਤੀ ਨਹੀਂ ਸੀ, ਪੰਜਾਬ ਵਾਲੇ ਹਾਲਾਤ ਸੀ, ਐਨ ਹਰਿਆ ਭਰਿਆ ਜਿਹਾ ਕੰਮ ਨਜ਼ਰ ਆਵੇ। ਪਰ ਜਦੋਂ ਫਿਰ ਇੱਧਰਲੇ ਪਾਸੇ ਕੈਲਗਰੀ ਵਾਲੇ ਪਾਸੇ ਨੂੰ ਆਏ, ਨਵਾਂ ਸਟੂਡੀਓ ਦੇਖਣਾ ਸੀ, ਪੌੜੀਆਂ ਚੜ੍ਹਨੀਆਂ ਸੀ, ਪਰ ਥੱਲੇ ਬਰਫ਼ ਦੀ ਚਾਦਰ ਵਿਛੀ ਹੋਈ ਅਤੇ ਮੇਰੇ ਵਰਗੇ ਬੰਦੇ ਲਈ ਤਾਂ ਫਿਰ ਔਖਾ ਹੋ ਜਾਂਦਾ ਨਾ ਕਿ ਜਿਹਨੇ ਡੱਬੀਆਂ ਵਾਲੀ ਖੇਸੀ ਦੀ ਬੁੱਕਲ ਮਾਰ ਕੇ ਪੰਜਾਬ ਦੇ ਕੂਰੇ ਤੋਂ ਵੀ ਬਚਣਾ ਹੁੰਦਾ, ਤਾਂ ਫਿਰ ਬਰਫ਼ਾਂ ਤੋਂ ਬਚਿਆ ਕਿਵੇਂ ਹੋਊਗਾ, ਇਹ ਤਾਂ ਹੁਣ ਭਰਾ ਮੇਰਾ ਆਪ ਹੀ ਸਮਝੇ। ਨਹੀਂ ਚਲੋ ਤੁਸੀਂ ਇੱਦਾਂ ਜੇ ਫੀਲਿੰਗ ਲੈ ਲਓ ਵੀ ਜਿੱਦਾਂ ਆਪਾਂ ਜਲੰਧਰੋਂ ਸ਼ਿਮਲੇ ਵੱਲ ਨੂੰ ਕਿਤੇ ਚਲੇ ਗਏ ਹੋਈਏ ਤਾਂ ਤੁਸੀਂ ਉਹੋ ਜਿਹਾ ਹਿਸਾਬ ਤਾਂ ਬੁਲਾ ਲਓ। ਇਹ ਤਾਂ ਨਹੀਂ ਕਿ ਵੀ ਆਪਾਂ ਕਿਤੇ ਬਰਫ਼ ਪਹਿਲੀ ਵਾਰ ਵੇਖੀ ਆ, ਬਾਠ ਸਾਹਿਬ ਬਰਫ਼ਾਂ 'ਚੋਂ ਹੀ ਗਏ ਆਪਾਂ। ਹਾਂ ਨਹੀਂ ਗੱਲ ਤਾਂ ਤੁਹਾਡੀ ਠੀਕ ਆ, ਪਰ ਇੱਥੇ ਤਾਂ ਥੋੜ੍ਹਾ ਜਿਹਾ ਮਾਹੌਲ ਵੱਖਰਾ ਸੀ, ਕਿਉਂਕਿ ਜਿੱਥੇ ਆਪਾਂ ਜੇ ਸ਼ਿਮਲੇ ਨੂੰ ਜਾਈਏ ਕਿਸੇ ਹੋਰ ਪਾਸੇ ਜਾਈਏ, ਹੋਟਲ ਵਾਲਿਆਂ ਨੇ ਮੂਹਰੇ ਆਪ ਹੀ ਸਾਫ਼ ਕੀਤੀ ਹੋ ਹੁੰਦੀ ਆ, ਤੁਸੀਂ ਚੰਗੇ ਤਰੀਕੇ ਜਾਣਾ, ਚਾਹ ਬਣੀਓ ਮਿਲ ਜਾਣੀ,
ਤੇ ਕਿਉਂਕਿ ਇੱਥੇ ਤਾਂ ਫਿਰ ਆਪਦੇ ਘਰੇ ਆਏ ਆ ਆਪਦੇ ਕੰਮ ਵਾਲੇ ਪਾਸੇ ਆਏ ਆ ਤੇ ਉੱਥੇ ਫਿਰ ਉਹ ਫੜ ਕੇ ਨਾ ਇੱਕ ਜਿਹੜਾ ਤਸਲਾ ਜਾ ਤੇ ਉਹਦੇ ਨਾਲ ਸੱਜੇ ਖੱਬੇ ਵੀ ਬਰਫ਼ ਆਪ ਹੀ ਕਰਨੀ ਪੈਂਦੀ ਆ। ਬਾਕੀ ਇੱਕ ਗੱਲ ਸੰਧਾ ਵਾਲੀ ਆ ਸਭ ਹੈਗੀ ਆ ਕਿ ਜਿਹੜੇ ਬੱਚੇ ਆ ਰਹੇ ਨੇ ਜਿਹੜੇ ਸਟੂਡੈਂਟ ਆ ਰਹੇ ਨੇ ਇੱਥੇ ਆ ਕੇ ਪਤਾ ਲੱਗਦਾ ਕਿ ਜ਼ਿੰਦਗੀ ਸੌਖੀ ਨਹੀਂ, ਸੰਘਰਸ਼ਾਂ ਦੇ ਪੈਂਡੇ ਜਿਹੜੇ ਆ ਉਹਨਾਂ ਦੇ ਲੰਬੇ ਆ। ਕਿਉਂਕਿ ਮੈਂ ਤਾਂ ਇੱਥੇ ਸਾਰੀ ਟੀਮ ਬੈਠੀ ਆ, ਮੈਨੂੰ ਕਿਸੇ ਤਰ੍ਹਾਂ ਦਾ ਕੋਈ ਬਹੁਤਾ ਫਿਕਰ ਫਾਕਾ ਨਹੀਂ, ਪਰ ਬਹੁਤ ਸਾਰੇ ਬੱਚੇ ਜਿਹੜੇ ਇਕੱਲੇ ਵੀ ਆਉਂਦੇ ਆ, ਇਧਰਲੇ ਪਾਸੇ ਕੋਈ ਸਾਂਭਣ ਵਾਲਾ ਵੀ ਨਹੀਂ ਹੁੰਦਾ। ਤੇ ਮੈਂ ਇਹ ਸੋਚ ਰਿਹਾ ਸੀ ਕਿ ਸੰਘਰਸ਼ ਅਸਲ ਦੇ ਵਿੱਚ ਆਈਲੈਟਸ ਕਰਨ ਤੱਕ, ਵੀਜ਼ਾ ਪ੍ਰਾਪਤ ਕਰਨ ਤੱਕ ਨਹੀਂ, ਅਸਲ ਸੰਘਰਸ਼ ਜਿਹੜਾ ਇੱਥੇ ਆ ਕੇ ਸ਼ੁਰੂ ਹੁੰਦਾ। ਨਹੀਂ ਚਲੋ ਵਧੀਆ, ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਾਣਾ ਹੀ ਆ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ, ਉੱਥੇ ਨਾਲੇ ਤੇ ਤੁਸੀਂ ਦੇਖ ਕੇ ਉੱਥੋਂ ਦੀ ਗੱਲਬਾਤ ਸਾਨੂੰ ਸੁਣਾਉਂਦੇ ਰਹੋ, ਅਤੇ ਨਾਲੇ ਫਿਰ ਜਿਹੜੀਆਂ ਉੱਥੋਂ ਨਵੀਆਂ ਗੱਲਾਂ ਸਿੱਖੀਆਂ ਉਹ ਆਪਾਂ ਆਪਣੇ ਇਸ ਪ੍ਰੋਗਰਾਮ ਦੇ ਜ਼ਰੀਏ ਇੱਧਰ ਵਾਲਿਆਂ ਨੂੰ ਦੱਸਦੇ ਰਹਾਂਗੇ ਭਾਈ ਵੀ ਜੇ ਇਸ ਬੱਸ 'ਤੇ ਚੜ੍ਹਨਾ ਅਤੇ ਫਿਰ ਕਿਹੜਾ ਅਟੈਚੀ ਚਾਹੀਦਾ ਅਤੇ ਕਿਹੜਾ ਅਟੈਚੀ ਨਹੀਂ ਚਾਹੀਦਾ। ਕਿਸੇ ਵੇਲੇ ਹੁੰਦਾ ਨਾ ਵੀ ਬੰਦਾ ਲੋੜੋਂ ਵੱਧ ਸਮਾਨ ਲੈ ਰਹੇ ਅਤੇ ਅਗਲੇ ਫਿਰ ਕਹਿੰਦੇ ਨਾ ਭਾਈ ਬੱਸ 'ਚ ਚੜ੍ਹਨ ਨਹੀਂ ਦੇਣਾ। ਇਸ ਕਰਕੇ ਵਧੀਆ ਹੋ ਗਿਆ ਵੀ ਤੁਸੀਂ ਇਹਨਾਂ ਨਾਲ ਦੱਸ ਦਿਓਗੇ ਵੀ ਭਾਈ ਸਾਹਿਬ ਗੱਲ, ਕਿਉਂਕਿ ਇੱਧਰਲੇ ਪਾਸੇ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਆ ਬਾਤ ਆਪਾਂ ਉਹਨਾਂ ਦੀ ਵੀ ਲਗਾਤਾਰ ਪਾਈ ਜਾਣੀ ਆ, ਤੇ ਉਹਦੇ ਨਾਲ ਨਾਲ ਵਿਨੀਪੈਗ, ਟੋਰਾਂਟੋ, ਐਡਮਿੰਟਨ, ਮੌਂਟਰੀਅਲ ਇਹ ਸਾਰੇ ਪਾਸੇ ਜਿਹੜਾ ਆਉਣ ਵਾਲੇ 7-8 ਦਿਨਾਂ ਦੇ ਵਿੱਚ ਅਮਨ ਖਟਕੜ ਹੋਰਾਂ ਦੇ ਨਾਲ CEO ਸਾਹਿਬ ਦੇ ਨਾਲ ਮੈਂ ਚੱਕਰ ਜਿਹੜਾ ਮਾਰਨਾ, ਤੇ ਤਿਆਰੀ ਤੁਸੀਂ ਵੀ ਰੱਖਿਓ ਭਾਈ ਜਿੱਥੇ ਜਿੱਥੇ ਵੀ ਹੈਗੇ ਆ, ਤੇ ਫੇਸਬੁੱਕ ਦੇ ਮਾਧਿਅਮ ਦੇ ਨਾਲ, ਪ੍ਰਾਈਮ ਏਸ਼ੀਆ TV ਦੇ ਮਾਧਿਅਮ ਦੇ ਨਾਲ ਤੁਹਾਨੂੰ ਤਰੀਕਾਂ ਅਤੇ ਥਾਂ ਜਿਹੜੇ ਆ ਉਹ ਦੱਸ ਦਿੱਤੇ ਜਾਣਗੇ ਕਿ ਕਿਹੜੇ ਸ਼ਹਿਰ ਦੇ ਵਿੱਚ ਕਿਹੜੇ ਦਿਨ ਅਤੇ ਕਿਹੜੇ ਸਮੇਂ ਮੁਲਾਕਾਤਾਂ ਜਿਹੜੀਆਂ ਹੋ ਸਕਦੀਆਂ, ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਬਾਤ ਤਾਂ ਹੁਣ ਲਗਾਤਾਰ ਜਿਹੜੇ ਆਪਾਂ ਪਾਉਂਦੇ ਰਹਿਣਾ। ਬਿਲਕੁਲ ਸਹੀ, ਅਤੇ ਬਾਠ ਸਾਹਿਬ ਹੁਣ ਇੱਧਰਲੀ ਬਾਤ ਵੀ ਪਾ ਲਈਏ ਕਿ ਹੁਣ ਸਾਰੀਆਂ ਛੱਡ ਦੇਣੀਆਂ ਗੱਲਾਂ? ਨਹੀਂ ਨਹੀਂ ਬਾਤਾਂ ਪਾਉਣੀਆਂ, ਆਪਾਂ ਦਿੱਲੀ ਨੂੰ ਵੀ ਜਾਣਾ, ਆਪਾਂ ਲੰਬੀ ਨੂੰ ਵੀ ਜਾਣਾ, ਪਟਿਆਲੇ ਦੀ ਗੱਲ ਕੀਤੇ ਤੋਂ ਬਿਨਾਂ ਤਾਂ ਆਪਣੇ ਤੋਂ ਰਿਹਾ ਹੀ ਨਹੀਂ ਜਾਣਾ, ਅਤੇ ਭਾਰਤ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਕੀ ਹੋਈ ਜਾਂਦਾ, ਖੰਡ ਕਿੰਨੀ ਮਹਿੰਗੀ ਹੋ ਗਈ, ਡੀਪੂ ਵਾਲੇ ਨੇ ਦਿੱਤੀ ਕਿ ਨਹੀਂ ਦਿੱਤੀ, ਸੁਮੋ ਦਾ ਟਾਇਰ ਬਦਲਾਇਆ ਕਿ ਨਹੀਂ ਬਦਲਾਇਆ, ਆਪਾਂ ਸਾਰੀਆਂ ਗੱਲਾਂ ਕਰਨੀਆਂ, ਛੱਡਣਾ ਕੁਛ ਨਹੀਂ। ਨਹੀਂ ਚਲੋ ਵਧੀਆ, ਹੁਣ ਗੱਲ ਇਹ ਆ ਕਿ ਜੇ ਮੈਂ ਸ਼ੁਰੂਆਤ ਕਰਾਂ ਤਾਂ ਜਿਹੜਾ ਦਿੱਲੀ ਵਾਲਾ ਘੋਲ ਆ ਉਹ ਤਾਂ ਇਸ ਵਕਤ ਇੱਦਾਂ ਹੋ ਗਿਆ ਵੀ ਉੱਧਰੋਂ ਵੀ ਭਲਵਾਨ ਆਉਂਦਾ ਅਤੇ ਉੱਧਰੋਂ ਵੀ ਆਉਂਦਾ, ਕਦੀ ਉਹ ਧੌਲ ਮਾਰ ਜਾਂਦਾ, ਕਦੀ ਉਹ ਗੁੱਟ ਫੜ ਲੈਂਦਾ, ਅਤੇ ਸਾਰੇ ਕੁਛ ਦੇ ਵਿੱਚ ਇੱਕ ਚੀਜ਼ ਜਿਹੜੀ ਆ ਇਸ ਵਕਤ ਵੱਧ ਤੋਂ ਵੱਧ ਲੋਕਾਂ ਦਾ ਧਿਆਨ ਖਿੱਚ ਰਹੀ, ਉਹ ਖਿੱਚ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਨੂੰ ਆਪਣੇ ਨਾਂ ਨਾਲ ਜੋੜਨ ਵਾਲੇ ਵੱਖ ਵੱਖ ਲੀਡਰ, ਕਿਉਂਕਿ ਇਕੱਲਾ ਸ਼੍ਰੋਮਣੀ ਅਕਾਲੀ ਦਲ ਇੱਕ ਨਹੀਂ ਨਾ, ਹੁਣ ਤਾਂ ਕਈ ਤਰ੍ਹਾਂ ਦੇ ਅਕਾਲੀ ਦਲ ਹੋ ਗਏ ਅਤੇ ਕਈਆਂ ਨੇ ਵੱਖਰੀਆਂ ਪਾਰਟੀਆਂ ਵੀ ਬਣਾ ਲਈਆਂ, ਹੁਣ ਉਹਨਾਂ ਸਾਰਿਆਂ ਨੇ ਇਕੱਠਿਆਂ ਕਰਕੇ ਇਹ 'ਚ ਜਿਹੜਾ ਸਮਰਥਨ ਜਿਹੜਾ ਦੇ ਦਿੱਤਾ ਆਪਣਾ ਭਾਜਪਾ ਨੂੰ, ਉਹਦੇ 'ਤੇ ਹੁਣ ਚੁਟਕੀ ਲਈ ਆ ਜਿਹੜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੈ ਭਗਵੰਤ ਮਾਨ ਹੋਰੀ, ਉਹਨਾਂ ਨੇ ਤਾਰ ਜੀ ਜੋੜ ਕੇ ਜਿਹੜੀ ਹੈ ਨਾ ਉਹ ਕਿਸੇ ਹੋਰ ਪਾਸੇ ਲਾਤੀ, ਉਹਨੂੰ ਫਿਰ ਕਿਵੇਂ ਦੇਖਦੇ ਹੋ? ਦੇਖੋ ਇਹ ਤਾਂ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਮੁੱਦਾ ਨਾ, ਕੋਈ ਬੰਦਾ ਹੁਣ ਦੁਕਾਨ 'ਤੇ ਸਮਾਨ ਲੈਣ ਜਾਵੇ, ਮੰਨ ਲਓ ਆਲੂ ਚਾਹੀਦੇ ਆ, ਉੱਥੇ ਜਾ ਕਹੇ ਕਿ ਆਲੂ ਕਿੰਨੇ ਦੇ ਲਾਏ, ਅਗਲਾ ਦੁਕਾਨਦਾਰ ਕਹੇ ਮੈਂ 10 ਦੇ ਲਾਏ ਕਿਲੋ, 9 ਰੁਪਈਆਂ ਦੇ ਬਿਲਕੁਲ ਨਹੀਂ ਦੇਣੇ, ਅਤੇ ਮੂਹਰਿਓਂ ਗਾਹ ਕੇ ਕਹਿ ਜਵੇ ਲੈ ਆਗੋ 10 ਦੇ ਆਲੂ ਆ, ਫਲਾਨਾ ਤਾਂ 5 ਦੇ ਦਿੰਦਾ, ਨਾਲੇ ਤੇਰੇ ਆਲੂ ਤਾਂ ਦਾਗੀ ਆ, ਇਹ ਆਲੂ ਦਾ ਗਲਿਓ ਆ, ਇਹ ਆਲੂ ਖਾਣ ਵਾਲੇ ਨਹੀਂ, ਇਹ ਆਲੂ ਲਿਆਉਣ ਵਾਲੇ ਨਹੀਂ, ਬੜੀਆਂ ਗੱਲਾਂ ਇੱਦਾਂ ਦੀਆਂ ਹੋ ਜਾਂਦੀਆਂ। ਅਤੇ ਜਦੋਂ ਬੰਦਾ ਇੰਨਾ ਕੁਛ ਕਹਿ ਕੇ ਦੁਕਾਨ ਤੋਂ ਵਾਪਸ ਆਇਆ ਹੋਵੇ ਅਤੇ ਉਹਦੇ ਤੋਂ ਬਾਅਦ 25-27 ਮਿੰਟੀ ਫਿਰ ਦੁਬਾਰਾ ਉੱਥੇ ਜਾਵੇ, ਚੱਲ 10 ਨੂੰ ਤੋਲ ਦੇ ਬਈ, ਅਤੇ ਮੂਹਰਿਓਂ ਕਹੇ ਲਾਲਾ ਜੀ ਵੀ ਕਹਿੰਦੇ ਹੁੰਦੇ ਕਿਉਂ ਲੈ ਲਿਆ 5 ਦੇ, ਕਿਉਂ ਲੈ ਲਿਆ ਸਾਫ਼ ਸੁਥਰੇ, ਨਾ ਉਹ ਗਲੇ ਜਿਹੜੇ ਉਹ ਠੀਕ ਹੋ ਗਏ। ਹੁਣ ਸ਼੍ਰੋਮਣੀ ਅਕਾਲੀ ਦਲ ਨੇ ਆ ਜਦੋਂ ਪਹਿਲਾਂ ਤਾਂ ਦਿੱਲੀ 'ਚ ਆਖਿਆ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ 'ਤੇ ਜੀ ਸਾਡਾ ਰੌਲਾ, ਸਾਡਾ ਵਿਵਾਦ ਹੈ, ਅਸੀਂ ਨਹੀਂ ਚੋਣ ਲੜਦੇ, ਉਹਦੇ ਤੋਂ ਬਾਅਦ ਪਹਿਲਾਂ ਪੰਜਾਬ 'ਚ ਮੀਟਿੰਗ ਹੁੰਦੀ ਆ ਜੀ ਸਮਰਥਨ ਦੇਣਾ ਕਿ ਨਹੀਂ ਦੇਣਾ ਜਾਂ ਕਿਹਨੂੰ ਦੇਣਾ, ਦਿੱਲੀ ਵਾਲਿਆਂ ਨੂੰ ਅਧਿਕਾਰ ਦੇ ਦਿੱਤੇ, ਦਿੱਲੀ 'ਚ ਮੀਟਿੰਗ ਹੁੰਦੀ ਹੈ ਉਹ ਵੀ ਕਹਿੰਦੇ ਕਈ ਤਰ੍ਹਾਂ ਦੇ ਵਿਚਾਰ ਰੱਖਦੇ ਸੀ, ਦਿੱਲੀ ਵਾਲਿਆਂ ਨੇ ਫਿਰ ਪੰਜਾਬ ਵੱਲ ਨੂੰ ਤੁਰਤਾ ਨਹੀਂ, ਤੁਸੀਂ ਫੈਸਲਾ ਕਰ ਦਿਓ। ਅਤੇ ਇਹਦੇ ਨਾਲ ਹੀ ਜਿੱਦਾਂ ਹੀ ਮਨਜੀਤ ਸਿੰਘ GK ਹੋਰਾਂ ਨੇ ਜਾ ਕੇ ਚਾਹ ਦਾ ਕੱਪ ਕੀਤਾ ਸਾਂਝਾ, ਜਿੱਦਾਂ ਹੀ ਚਟਨੀ ਨਾਲ ਵੇੜ ਕੇ ਪਕੌੜਾ ਖਾਧਾ, ਨਾਲ ਹੀ ਪੰਜਾਬ ਦਾ ਅਕਾਲੀ ਦਲ ਬਾਦਲ ਦਾ ਜਿਹੜਾ ਲੀਡਰਸ਼ਿਪ ਦਾ ਕੁਨਬਾ ਉਹ ਕਹਿੰਦੇ ਕਿ ਭਾਈ ਚਲੋ ਐਂ ਕਰਦੇ ਹਾਂ, ਇਹਦੇ ਤੋਂ ਪਹਿਲਾਂ ਕਿ ਮਨਜੀਤ ਸਿੰਘ GK ਹੋਰੀ ਕੰਡਕਟਰ ਦੀ ਸੀਟੀ ਆਪ ਫੜ ਲੈਣ, ਟਿਕਟਾਂ ਵਾਲਾ ਝੋਲਾ ਆਪ ਫੜ ਲੈਣ, ਭਾਨ ਉਹਦੇ ਵਿੱਚ ਲੈ ਕੇ ਪਾ ਲੈਣ, ਆਪਾਂ ਆਪਣੀ ਸੀਟ ਜਾ ਕੇ ਸਾਂਭੀਏ। ਹੁਣ ਜੇ ਇਸ ਤਰੀਕੇ ਦੇ ਨਾਲ ਅਕਾਲੀ ਦਲ ਨੂੰ ਸੀਟ ਵੀ ਕੋਈ ਨਹੀਂ ਮਿਲੀ, ਅਕਾਲੀ ਦਲ ਦੇ ਕੋਲ ਭਾਜਪਾ ਦਾ ਲੀਡਰ ਵੀ ਕੋਈ ਨਹੀਂ ਆਇਆ, ਜਿਨ੍ਹਾਂ ਮੁੱਦਿਆਂ 'ਤੇ ਅਕਾਲੀ ਦਲ ਕਹਿੰਦਾ ਸੀ ਕਿ ਸਾਡਾ ਬਖਰੇਵਾਂ, ਸਾਡੇ ਮਤਭੇਦ ਹੈ, ਜਿਨ੍ਹਾਂ ਮੁੱਦਿਆਂ ਨੂੰ ਕਰਕੇ ਕਿਹਾ ਸੀ ਅਕਾਲੀ ਦਲ ਨੇ ਕਿ ਅਸੀਂ ਚੋਣ ਨਹੀਂ ਲੜਨੀ, ਹੁਣ ਉਹ ਮੁੱਦੇ ਜਿਉਂ ਦੇ ਤਿਉਂ ਨੇ, ਅਗਲੇ ਟੱਸ ਤੋਂ ਮਸ ਨਹੀਂ ਹੋਏ, ਅਗਲੇ 21-19 ਨਹੀਂ ਹੋਏ, ਅਤੇ ਅਕਾਲੀ ਦਲ ਵਾਲੇ ਆਪ ਹੀ ਜਾ ਕੇ ਕਹਿਣ ਕਿ ਭਾਈ ਅਸੀਂ ਤੁਹਾਨੂੰ ਹਮਾਇਤ ਦਿੱਤੀ, ਅਸੀਂ ਤੁਹਾਨੂੰ ਸਮਰਥਨ ਦਿੱਤਾ, ਅਗਲਿਆਂ ਨੇ ਇੱਕ ਵੀ ਵਾਰੀ ਨਹੀਂ ਕਿਹਾ ਕਿ ਅਸੀਂ ਕਮੇਟੀ ਬਣਾ ਦਿੰਦੇ ਹਾਂ, ਅਗਲਿਆਂ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਜਿਹੜੇ ਮੁੱਦੇ 'ਤੇ ਬਖਰੇਵਾਂ ਹੈ, ਜਿਹੜੇ ਮੁੱਦੇ 'ਤੇ ਮਤਭੇਦ ਹੈ, ਅਸੀਂ ਇਲੈਕਸ਼ਨ ਤੋਂ ਬਾਅਦ ਸੋਚ ਵਿਚਾਰ ਲਵਾਂਗੇ, ਅਤੇ ਜੇ ਬਿਨਾਂ ਕੋਈ
ਅਕਾਲੀ ਦਲ ਉੱਥੇ ਜਾ ਕੇ ਇਹ ਕਹਿੰਦਾ ਕਿ ਭਾਈ ਅਸੀਂ ਤੁਹਾਨੂੰ ਮਦਦ ਦਿੰਦੇ ਹਾਂ, ਅਤੇ ਇਹਦੇ ਤੋਂ ਸਿੱਧੇ ਤੌਰ 'ਤੇ ਭਾਵ ਹੈ ਕਿ ਫਿਰ ਭਗਵੰਤ ਮਾਨ ਦੀ ਚੁਟਕੀ ਲੈਣੀ ਤਾਂ ਬਣਦੀ ਹੈ ਨਾ, ਕਿਉਂਕਿ ਹੁਣ ਭਗਵੰਤ ਮਾਨ ਤਾਂ ਸਿੱਧੇ ਕੰਮ ਵਜ਼ੀਰੀ 'ਤੇ ਲੈ ਗਿਆ। ਉਹ ਕਹਿੰਦੇ ਦੇਖਦੇ ਹਾਂ ਕਿ ਬਾਦਲ ਪਰਿਵਾਰ ਆਪਣੀ ਵਜ਼ੀਰੀ ਜਿਹੜੀ ਹੈ ਉਹ ਕਿੰਨੇ ਕੁ ਦਿਨ ਇਸੇ ਤਰੀਕੇ ਕਾਇਮ ਰੱਖਣ 'ਚ ਕਾਮਯਾਬ ਰਹਿੰਦਾ, ਕਿੰਨੇ ਕੁ ਦਿਨ ਬਚਾਉਂਦਾ। ਨਾਲ ਦੀ ਨਾਲ ਉਹਨਾਂ ਨੇ ਵੀ ਕਹਿਤਾ ਕਿ ਵਜ਼ੀਰੀ ਹੁਣ ਬਹੁਤੀ ਦੇਰ ਬਚਣੀ ਨਹੀਂ, ਕਿਉਂਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਹਿਸਾਬ ਲਾ ਲਿਆ ਕਿ ਭਾਈ ਇਹਨਾਂ ਦੇ ਕੋਲੇ 'ਚ ਦਾਣੇ ਹੁਣ ਥੋੜ੍ਹੇ ਹੀ ਆ। ਅੱਛਾ ਬਾਠ ਸਾਹਿਬ, ਇਹ ਸਾਰੇ ਕੁਛ ਦੇ ਵਿੱਚ ਨਾ ਜਿਹੜੀ ਇੱਕ ਗੱਲ ਧਿਆਨ ਮੰਗਦੀ ਆ, ਉਹ ਇਹ ਮੰਗਦੀ ਆ ਕਿ ਵੀ ਜਿਹੜੀਆਂ 4 ਸੀਟਾਂ ਜਿਹੜੀਆਂ ਕਿ ਪਹਿਲਾਂ ਅਕਾਲੀ ਦਲ ਨੂੰ ਮਿਲਣੀਆਂ ਸੀ ਜਾਂ ਉਹ ਛੱਡਦੇ ਨੇ, ਉਹਨਾਂ 4 ਸੀਟਾਂ ਦੇ ਉੱਪਰੋਂ ਉਮੀਦਵਾਰ ਤਾਂ ਅਕਾਲੀ ਦਲ ਦੇ ਹੈ ਨਹੀਂ, ਅਤੇ ਜਿਹੜੇ ਉੱਧਰ ਵਾਲੇ ਦਿੱਲੀ ਵਾਲੇ ਸਰਦਾਰ ਨੇ ਜਿਹੜੇ ਉਹਨਾਂ ਨੇ ਆਪਣਾ ਸਮਰਥਨ ਦਿੱਤਾ, ਉੱਥੇ ਵੀ ਉਹਨਾਂ ਦਾ ਕੋਈ ਉਮੀਦਵਾਰ ਨਹੀਂ ਹੈਗਾ। ਹਾਂ, ਇੰਨਾ ਜ਼ਰੂਰ ਆ ਵੀ ਸਾਰਿਆਂ ਨੇ ਜਿੱਦਾਂ ਆਪਣੇ ਵੱਲੋਂ ਮਤਾ ਇਹਦੇ ਵਿੱਚ ਬਾਂਹ ਨਹੀਂ ਖੜੀ ਕਰੀ ਦੀ ਵੀ ਹਾਂਜੀ ਹਾਂਜੀ ਨਾਲ ਹੀ ਹਾਂ ਜੀ ਨਾਲ ਹੀ ਹਾਂ, ਉਹ ਤਾਂ ਕਹਿਤਾ। ਪਰ ਹੁਣ ਅੰਦਰ ਖਾਤੇ ਸੁਣਨ ਨੂੰ ਮਿਲਦੀਆਂ ਨੇ ਚਰਚਾਵਾਂ ਕਿ ਇੱਕ ਲਾਲ ਰੰਗ ਦੀ ਜਿਹੜੀ ਛੋਟੀ ਜਿਹੀ ਡੈਰੀ ਹੁੰਦੀ ਨਾ, ਜਿਹਨੂੰ ਆਪਾਂ ਵਹੀ ਖਾਤੇ ਵਾਲੀ ਡੈਰੀ ਕਹਿ ਦਿੰਦੇ ਹਾਂ, ਉਹਦੇ 'ਤੇ ਕਹਿੰਦੇ ਵੀ 4 ਪੇਜਾਂ ਦੇ ਉੱਪਰ 4 ਸੀਟਾਂ ਦੇ ਉੱਪਰ ਨਾਮ ਲਿਖ ਕੇ ਅਤੇ ਉਹਨਾਂ ਨੇ ਲੀਕ ਮਾਰ ਕੇ ਰੱਖ ਲਈ ਆ, ਅਤੇ ਉਹ ਕਹਿੰਦੇ ਵੀ ਹਾਰੀਏ ਭਾਵੇਂ ਜਿੱਤੀਏ 8 ਨੂੰ ਵੋਟਾਂ ਜਿਹੜੀਆਂ ਪੈਣੀਆਂ ਨੇ, ਉਹਦਾ ਜਿਹੜਾ 11 ਦਾ ਨਤੀਜਾ ਆਇਆ ਇਹ ਜ਼ਰੂਰ ਵੇਖਣਾ ਵੀ ਪਹਿਲਾਂ ਜਦੋਂ ਅਕਾਲੀ ਦਲ ਦੇ ਉਮੀਦਵਾਰ ਹੁੰਦੇ ਸੀ, ਅਕਾਲੀ ਦਲ ਦੇ ਨਾਲ ਹੋ ਕੇ ਵੋਟਾਂ ਪੈਂਦੀਆਂ ਸੀ, ਉਦੋਂ ਕੀ ਮਿਲਦਾ ਸੀ, ਹੁਣ ਜਦੋਂ ਸਾਰੇ ਅਕਾਲੀ ਦਲ ਸਮਰਥਨ ਦੇ ਰਹੇ ਹੁਣ ਕੀ ਮਿਲਿਆ, ਅਤੇ ਜਾਂ ਫਿਰ ਜਦੋਂ ਇਕੱਲੇ BJP ਦੇ ਉਮੀਦਵਾਰ ਲੜ ਰਹੇ ਅਤੇ ਬਾਹਰੋਂ ਸਮਰਥਨ ਦਿੱਤਾ ਜਾ ਰਿਹਾ, ਫਿਰ ਜਮ੍ਹਾਂ ਘਟਾਓ ਕੀ ਕਹਿੰਦੀ ਹੈ। ਮੈਨੂੰ ਲੱਗਦਾ ਇਹ ਨਾ ਹੋਵੇ ਕਿ ਵੀ ਅਜੇ ਇਹ ਸੋਚਦੇ ਹੁਣ ਵੀ ਚਲੋ ਜਾਨ ਛੁੱਟ ਗਈ, ਆਲੂ ਆਪਾਂ ਜਿਹੜੇ ਲੈ ਆਏ ਹਾਂ ਉਹ ਗੱਲ ਮੁੱਕ ਗਈ, ਅਜੇ ਕੋਈ ਪੁਰਾਣਾ ਹਿਸਾਬ ਆਧਾਰ ਜਿਹੜਾ ਉਹ ਵੀ ਨਿਕਲ ਆਉਣਾ। ਨਹੀਂ ਦੇਖੋ, ਬਹੁਤ ਕੁਝ ਸੰਧਾਲੀਆ ਸਾਹਿਬ, ਇਸ ਵੇਲੇ ਤਾਂ ਇਹ ਗੱਲ ਪੱਕੀ ਹੈ ਨਾ ਕਿ ਹੁਣ ਬਹੁਤ ਕੁਝ ਨਿਕਲ ਕੇ ਸਾਹਮਣੇ ਆਉਣਾ, ਕਿਉਂਕਿ ਇਸ ਚੋਣ ਨੇ ਤਾਂ ਕਈਆਂ ਦਾ ਪਾਣੀ ਤੈਅ ਕਰ ਦੇਣਾ ਕਿ ਜੱਗ ਦੇ ਵਿੱਚ ਉਹ ਕਿੰਨਾ ਕੁ ਪਾਣੀ ਲਈ ਫਿਰਦੇ ਆ। ਹੁਣ ਮਨਜੀਤ ਸਿੰਘ ਜੀ ਕੇ ਨਾਲ ਆ, ਪਰਮਜੀਤ ਸਿੰਘ ਸਰਨਾ ਸਾਹਿਬ ਹਾਲ ਦੀ ਘੜੀ ਥੋੜ੍ਹਾ ਜਿਹਾ ਚੁੱਪ ਨੇ, ਅਕਾਲੀ ਦਲ ਬਾਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਆ। ਹੁਣ ਅਕਾਲੀ ਦਲ ਦੇ ਹਿੱਸੇ ਦੇ ਵਿੱਚ ਤਾਂ ਗੱਲ ਇਹ ਆਉਂਦੀ ਹੈ ਨਾ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀਆਂ ਵੋਟਾਂ ਜੇ ਘਟਦੀਆਂ, ਇਹ ਕਹਿਣ ਜੋਗੇ ਹੋ ਜਾਣਗੇ ਕਿ ਭਾਈ ਸੀਟਾਂ ਸਾਡੀਆਂ ਸੀ, ਜੇ ਤੁਸੀਂ ਸਾਡੇ ਬੰਦੇ ਖੜ੍ਹੇ ਹੋ ਲੈਣ ਦਿੰਦੇ ਤਾਂ ਆਪਾਂ ਜਿੱਤ ਕੇ ਤੁਹਾਡੀ ਝੋਲੀ ਪਾ ਦਿੰਦੇ। ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦਾ ਸਾਰਾ ਤਾਣ ਇਸ ਗੱਲ ਦੇ ਉੱਤੇ ਲੱਗਣਾ ਕਿ ਜਿੰਨੀਆਂ ਜਿੰਨੀਆਂ ਵੋਟਾਂ ਪਿਛਲੀ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਇੱਥੋਂ ਲੈ ਕੇ ਗਏ ਸੀ ਕਿ ਉਹਨਾਂ ਵੋਟਾਂ ਦੇ ਨਾਲੋਂ ਆਪਦੀਆਂ ਵੋਟਾਂ ਦੀ ਗਿਣਤੀ ਜੇ ਆਪਾਂ ਵਧਾ ਲਈਏ ਤਾਂ ਚੰਗਾ, ਅਕਾਲੀ ਦਲ ਨੂੰ ਭੜਕ ਨੂੰ ਕਹਿਣ ਜੋਗੇ ਹੋ ਜਾਵਾਂਗੇ ਕਿ ਭਾਈ ਆ ਵੇਖੋ ਬੰਦੇ ਸਾਡੇ ਖੜ੍ਹੇ ਸੀ ਅਤੇ ਅਸੀਂ ਜਿਹੜੀਆਂ ਉਹ ਕਮਾਲਾਂ ਕਰ ਦਿੱਤੀਆਂ, ਤੁਹਾਡੇ ਬੰਦਿਆਂ ਨੂੰ ਤਾਂ ਵੋਟਾਂ ਜਿਹੜੀਆਂ ਉਹ ਪੈਂਦੀਆਂ ਕੋਈ ਨਹੀਂ। ਇਹਦੇ ਨਾਲ ਨਾਲ ਮਨਜੀਤ ਸਿੰਘ ਜੀ ਕੇ ਹੋਰਾਂ ਦੇ ਹੱਕ ਦੇ ਵਿੱਚ ਗੱਲ ਇਹ ਜਾਣੀ ਹੈ ਕਿ ਜੇ BJP ਦੀਆਂ ਵੋਟਾਂ ਵਧੀਆਂ, ਅਗਲੇ ਕਹਿਣ ਜੋਗੇ ਹੋਣਗੇ ਕਿ ਦੇਖਿਆ ਜੀ ਅਸੀਂ ਤੁਹਾਨੂੰ ਸਪੋਰਟ ਕੀਤਾ ਸੀ, ਇਹ ਬੰਦੇ ਤਾਂ ਤੁਹਾਡੇ ਤੋਂ ਪਿਛਾਂਹ ਹਟ ਗਿਆ ਸੀ, ਇਹ ਤੁਹਾਡੇ ਨਾਲ ਹੋ ਕੇ ਵੀ ਤੁਹਾਡੀਆਂ ਜੜੀ ਤੇਲ ਦਿੰਦੇ ਰਹੇ। ਜਾਣੀ ਕਿ 8 ਤਰੀਕ ਨੂੰ ਦਿੱਲੀ 'ਚ ਪੈਣ ਵਾਲੀਆਂ ਵੋਟਾਂ, ਉਹਦੇ ਤੋਂ ਬਾਅਦ 11 ਫਰਵਰੀ ਨੂੰ ਆਉਣ ਵਾਲਾ ਨਤੀਜਾ ਦਿੱਲੀ ਦੇ ਵਿੱਚ ਕਈ ਕੁਝ ਤੈਅ ਕਰੂ। ਹੁਣ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਇੱਕ ਗੱਲ ਤਾਂ ਸਾਫ਼ ਤੌਰ ਦੇ ਉੱਤੇ ਨਜ਼ਰ ਆਉਂਦੀ ਹੋਣੀ ਨਾ ਕਿ ਜਦੋਂ ਆਣ ਕੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਮਦਦ ਦਿੰਦੇ ਹਾਂ, ਉਹਦੇ ਤੋਂ ਪਹਿਲਾਂ ਦਿੱਲੀ ਵਾਲਾ ਅੱਧਾ ਅਕਾਲੀ ਦਲ, ਕੋਈ ਸਿੱਧਾ ਅਤੇ ਕੋਈ ਅਸਿੱਧਾ, ਕੋਈ ਚੁੱਪ ਚਪੀਤੇ, ਕੋਈ ਦਿਨੇ ਅਤੇ ਕੋਈ ਰਾਤ ਨੂੰ, ਵੈਸੇ BJP ਦੇ ਹੱਕ 'ਚ ਤੁਰ ਪਿਆ ਸੀ, ਕਿਸੇ ਨੇ ਜਾ ਕੇ ਸਰੋਪਾ ਉਹ ਦੇ ਦਿੱਤਾ ਸੀ, ਕੋਈ ਜਾ ਕੇ ਰੈਲੀਆਂ ਦੇ ਵਿੱਚ ਸੰਬੋਧਨ ਕਰਨ ਲੱਗ ਪਿਆ ਸੀ, ਕੋਈ ਜਾ ਕੇ BJP ਦੇ ਉਮੀਦਵਾਰਾਂ ਦੇ ਹੱਕ 'ਚ ਡੋਰ ਟੂ ਡੋਰ ਪ੍ਰਚਾਰ ਕਰਨ ਲੱਗ ਪਿਆ ਸੀ। ਅਕਾਲੀ ਦਲ ਦੇ ਲਈ ਇੱਕ ਬਹੁਤ ਵੱਡੀ ਮਜਬੂਰੀ ਬਣ ਗਈ ਸੀ ਕਿ ਜੇ ਉਹਨਾਂ ਨੇ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਨੂੰ ਇਸ ਰੂਪ ਦੇ ਵਿੱਚ ਬਚਾ ਕੇ ਰੱਖਣਾ ਸੀ ਤਾਂ ਮਦਦ ਉਹਨਾਂ ਨੂੰ ਕਰਨੀ ਪੈਣੀ ਸੀ। ਨਹੀਂ ਤਾਂ ਜਿਹੜੇ ਬੰਦੇ ਅਕਾਲੀ ਦਲ ਵੱਲੋਂ ਭਾਜਪਾ ਦੀਆਂ ਟਿਕਟਾਂ 'ਤੇ ਚੋਣ ਲੜ ਕੇ ਕੌਂਸਲਰ ਬਣੇ ਆ, ਜਿਹੜੇ ਬੰਦਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੌਂਸਲਰ ਬਣਨ ਦੀ ਝਾਕ ਆ, ਜਿਹੜੇ ਬੰਦਿਆਂ ਨੂੰ ਲੱਗਦਾ ਕਿ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨੀ ਆ ਪਰ BJP ਤੋਂ ਬਿਨਾਂ ਕਿਸੇ ਪਾਸੇ ਨਹੀਂ ਲੱਗ ਸਕਦੇ, ਉਹਨਾਂ ਬੰਦਿਆਂ ਨੇ ਤਾਂ ਸੱਜੇ ਖੱਬੇ ਫਰਾਪੇ ਹੋ ਜਾਣਾ ਸੀ। ਅੱਛਾ ਬਾਠ ਸਾਹਿਬ, ਚਲੋ ਇਹ ਸਾਰੇ ਕੁਛ ਦੇ ਵਿੱਚ ਇੱਕ ਜਿਹੜੀ ਚੀਜ਼ ਥੋੜ੍ਹੀ ਜਿਹੀ ਨਵੇਕਲੀ ਹੋਈ ਆ, ਮੈਨੂੰ ਇਹ ਕਿ ਆਪਾਂ ਵੀ ਵਿਚਾਰ ਲਈਏ, ਉਹ ਇਹ ਆ ਕਿ ਵੀ ਕੇਜਰੀਵਾਲ ਹੋਰੀ ਜਿੱਦਾਂ ਇੱਕ ਇੱਕ ਚੀਜ਼ ਨੂੰ ਕਲੀਅਰ ਕਰਕੇ ਚੱਲ ਰਹੇ ਆ ਨਾ, ਉਹ ਲੋਕਾਂ ਨੂੰ ਪਸੰਦ ਆ ਰਹੀ ਆ, ਹਾਲਾਂਕਿ ਉਹ ਵੋਟਾਂ 'ਚ ਤਬਦੀਲ ਹੁੰਦੀ ਕਿ ਨਹੀਂ। ਉਹਦੇ 'ਚ ਇੱਕ ਨਵੀਂ ਐਡੀਸ਼ਨ ਜਿਹੜੀ ਉਹ ਫਵਾਦ ਹੁਸੈਨ ਜਿਹੜਾ ਉੱਧਰਲਾ ਪਾਕਿਸਤਾਨੀ ਮੰਤਰੀ ਹੈ, ਜਿਹੜਾ ਉਹਨੇ ਟਵੀਟ ਕੀਤਾ ਮੋਦੀ ਸਾਹਿਬ ਦੇ ਉੱਪਰ, ਅਤੇ ਜਿੱਦਾਂ ਦੇ ਉਹਨੇ ਸ਼ਬਦ ਉਹਦੇ ਵਿੱਚ ਵਰਤੇ, ਅਤੇ ਘੁੰਮ ਘੁਮਾ ਕੇ ਗੱਲ ਉਹਨੇ ਇੱਥੇ ਲਿਆਣ ਕੇ ਜੋੜ ਦਿੱਤੀ ਕਿ 8 ਤਰੀਕ ਨੂੰ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਅਤੇ ਇੱਕ ਸਟੇਟ ਹੋਰ ਹਾਰਨ ਜਾ ਰਹੀ ਹੈ BJP, ਅਤੇ ਇਸ ਵਕਤ ਜਿਹੜਾ ਬੈਲੈਂਸ ਹੈ ਜੀ ਉਹ ਗਵਾ ਚੁੱਕਿਆ। ਮੋਦੀ ਸਾਹਿਬ ਕਸ਼ਮੀਰ ਦੇ ਮੁੱਦੇ ਦੇ ਉੱਪਰ, ਇਕਾਨਮੀ ਦੇ ਮੁੱਦੇ ਦੇ ਉੱਪਰ, ਆੜਾ ਨਾਗਰਿਕਤਾ ਸੋਧ ਕਾਨੂੰਨ ਆ, ਇਹਦੇ 'ਤੇ ਇਹ ਟਵੀਟ ਅਜੇ ਕੀਤਾ, ਉਸ ਟਵੀਟ ਨੂੰ ਰੀਟਵੀਟ ਯਾਨੀ ਕਿ ਉਹਦਾ ਜਿਹੜਾ ਜਵਾਬ ਦਿੱਤਾ ਜਿੱਦਾਂ ਕੇਜਰੀਵਾਲ ਸਾਹਿਬ ਨੇ ਕਿ ਤੇਰਾ ਕੋਈ ਕੰਮ ਨਹੀਂ ਹੈਗਾ ਵਿੱਚ ਬੋਲਣ ਦਾ, ਸਾਡੇ ਦੇਸ਼ ਦਾ ਕੰਮ ਹੈ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਆ ਅਤੇ ਉਹ ਮੇਰੇ ਵੀ ਪ੍ਰਧਾਨ ਮੰਤਰੀ ਆ, ਅਸੀਂ ਆਪਣੇ ਘਰ ਦੇ ਵਿੱਚ ਜੋ
ਜਾਂ ਕਰਦੇ ਹੋਈਏ, ਇਹਦੇ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀਂ, ਇਸ ਚੀਜ਼ ਨੂੰ ਐਪਰੀਸ਼ੀਏਟ ਵੀ ਕੀਤਾ ਜਾ ਰਿਹਾ, ਤੁਸੀਂ ਕਿੱਦਾਂ ਦੇਖਦੇ ਹਾਂ? ਦੇਖੋ ਇਹ ਗੱਲ ਆਪਣੇ ਆਪ ਦੇ ਵਿੱਚ ਨਾ ਬੜੀ ਟੇਢੀ ਸੀ। ਅਰਵਿੰਦ ਕੇਜਰੀਵਾਲ ਜੇ ਇਹ ਸਟੈਪ ਨਾ ਲੈਂਦੇ ਤਾਂ ਉਹਨਾਂ ਨੂੰ ਸਿਆਸੀ ਤੌਰ ਦੇ ਉੱਤੇ ਬਹੁਤ ਜ਼ਿਆਦਾ ਮਹਿੰਗਾ ਪੈ ਜਾਣਾ ਸੀ, 8 ਦੀ ਇਲੈਕਸ਼ਨ ਦੇ ਉੱਤੇ ਬਹੁਤ ਪ੍ਰਭਾਵ ਪੈਣਾ ਸੀ ਆਮ ਆਦਮੀ ਪਾਰਟੀ ਦੇ ਪੱਖ ਤੋਂ। ਕਈ ਵਾਰੀ ਹੁੰਦਾ ਨਾ ਕਿ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਹੁੰਦਾ, ਦੋ ਗੁਆਂਢੀ ਆਪਸ ਦੇ ਵਿੱਚ ਲੜਦੇ ਆ, ਉਹ ਜਦੋਂ ਦੋ ਗੁਆਂਢੀ ਲੜਦੇ ਆ ਤਾਂ ਇੱਕ ਦੂਜੇ ਨੂੰ ਕਹਿ ਦਿੰਦਾ ਮੈਨੂੰ ਪਤਾ ਜਦੋਂ ਤੂੰ ਫਲਾਣੇ ਰਲ ਕੇ ਫਲਾਣੇ ਦੀ ਮੱਝ ਖੋਲ੍ਹ ਕੇ ਲਿਆਇਆ ਸੀ। ਲੜਾਈ ਤਾਂ ਦੋਹਾਂ ਦੀ ਆ ਨਾ, ਅਤੇ ਨਾ ਵਿੱਚ ਤੀਜੇ ਦਾ ਵੀ ਲੱਗ ਗਿਆ ਕਿ ਭਾਈ ਜਦੋਂ ਮੱਝ ਖੋਲ੍ਹਣ ਗਿਆ ਸੀ, ਚੋਰੀ ਕਰਨ ਗਿਆ ਸੀ, ਤੁਸੀਂ ਇਹਨੂੰ ਵੀ ਲੈ ਗਏ। ਹੁਣ ਅਰਵਿੰਦ ਕੇਜਰੀਵਾਲ ਦਾ ਇਸ ਮਸਲੇ 'ਚ ਕੋਈ ਲੈਣਾ ਦੇਣਾ ਨਹੀਂ ਸੀ, ਪਾਕਿਸਤਾਨ ਦਾ ਮੰਤਰੀ ਬੋਲ ਰਿਹਾ, ਭਾਰਤ ਦੇ ਪ੍ਰਧਾਨ ਮੰਤਰੀ ਦੇ ਮੁੱਦੇ 'ਤੇ ਬੋਲ ਰਿਹਾ। ਵੈਸੇ ਤਾਂ ਇਲੈਕਸ਼ਨ ਭਾਰਤ ਦੇ ਵਿੱਚ ਹੈ, ਕਿਸੇ ਦੂਸਰੇ ਮੁਲਕ ਦੇ ਮੰਤਰੀ ਦਾ ਕੋਈ ਬੋਲਣਾ ਨਹੀਂ ਸੀ ਬਣਦਾ ਕਿ ਫਲਾਣੇ ਨੂੰ ਤੁਸੀਂ ਹਰਾਓ ਜਾਂ ਫਲਾਣੇ ਨੂੰ ਜਿਤਾਓ। ਉਹ ਤਾਂ ਆਪਣੇ ਮੁਲਕ ਦੀ ਰਾਜਨੀਤੀ ਵੇਖਣ ਕਿ ਉੱਥੇ ਵੀ ਤਾਂ ਵੋਟਾਂ ਪੈਣੀਆਂ, ਉੱਥੇ ਵੀ ਤਾਂ ਕਈ ਕੁਝ ਹੈਗਾ, ਉੱਥੇ ਕਿਹਨੂੰ ਲੋਕ ਜਿਤਾਉਣਗੇ, ਕਿਹਨੂੰ ਲੋਕ ਹਰਾਉਣਗੇ, ਕਿੱਥੇ ਕੰਮ ਕਰਨ ਵਾਲਾ, ਕਿੱਥੇ ਕੰਮ ਕੀਤਾ ਜਾ ਚੁੱਕਾ, ਆਪਣੀ ਬਾਉਂਡਰੀਜ਼ ਦੇ ਵਿੱਚ ਆਪਣੇ ਬਾਰਡਰ ਦੇ ਵਿੱਚ ਉਹ ਸਾਰਾ ਕੰਮ ਦੇਖਣ ਤਾਂ ਚੰਗਾ, ਪਰ ਨਹੀਂ, ਅਗਲੇ ਨੇ ਕਹਿ ਦਿੱਤਾ। ਹੁਣ ਜੇ ਤਾਂ ਅਰਵਿੰਦ ਕੇਜਰੀਵਾਲ ਚੁੱਪ ਰਹਿੰਦੇ, ਉਹਨਾਂ ਦੇ ਬਾਰੇ ਤਾਂ ਪਹਿਲਾਂ ਵੀ ਕਈ ਲੀਡਰਾਂ ਨੇ ਕਈ ਤਰ੍ਹਾਂ ਦੇ ਬਿਆਨ ਦੇ ਦਿੱਤੇ ਸੀ ਜਿਹਦੇ ਤੋਂ ਇਸ ਗੱਲ ਦਾ ਅਹਿਸਾਸ ਕਰਾਉਣ ਦਾ ਯਤਨ ਕੀਤਾ ਜਾਂਦਾ ਸੀ ਕਿ ਭਾਈ ਇਹ ਬੰਦਾ ਦੇਸ਼ ਲਈ ਬਹੁਤਾ ਚੰਗਾ ਨਹੀਂ। ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਸੀ ਕਿ ਮੇਰੇ ਮਾਂ ਬਾਪ ਨੂੰ ਬੜਾ ਧੱਕਾ ਲੱਗਾ। ਹੁਣ ਅਰਵਿੰਦ ਕੇਜਰੀਵਾਲ ਨੇ ਇਹ ਕਹਿ ਕੇ ਕਿ ਪਾਕਿਸਤਾਨ ਦੇ ਮੰਤਰੀ ਨੂੰ ਇੱਥੇ ਬੋਲਣ ਦਾ ਕੋਈ ਹੱਕ ਨਹੀਂ, ਮੋਦੀ ਸਾਹਿਬ ਮੇਰੇ ਵੀ ਪ੍ਰਧਾਨ ਮੰਤਰੀ ਆ, ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਆ, ਸਾਨੂੰ ਅੰਦਰੂਨੀ ਹੱਦਾਂ ਦੇ ਵਿੱਚ ਰਹਿ ਕੇ ਆਪਣਾ ਕੰਮ ਕਰਨ ਦਿਓ ਅਤੇ ਤੁਸੀਂ ਆਪਣਾ ਕੰਮ ਕਰੋ। ਇਹਦੇ ਨਾਲ ਇੱਕ ਤਾਂ ਅਰਵਿੰਦ ਕੇਜਰੀਵਾਲ ਇਹ ਗੱਲ ਸਥਾਪਿਤ ਕਰਨ ਦੇ ਵਿੱਚ ਕਾਮਯਾਬ ਰਹੇ ਕਿ ਉਹ ਐਸੀ ਕਿਸੇ ਵੀ ਤਾਕਤ ਦੀ ਹਮਾਇਤ ਨਹੀਂ ਲੈਣਾ ਚਾਹੁੰਦੇ ਜਿਹੜੀ ਤਾਕਤ ਭਾਰਤ ਦੀਆਂ ਹੱਦਾਂ ਤੋਂ ਬਾਹਰ ਹੋਵੇ। ਸੋ ਜਿਹੜੇ ਲੋਕ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਕਿਉਂ ਨਾ ਹੋਣ, ਜਦੋਂ ਅਰਵਿੰਦ ਕੇਜਰੀਵਾਲ 'ਤੇ ਦੋਸ਼ ਲਾਉਂਦੇ ਸੀ ਜੀ ਇਹ ਮੁੱਖ ਧਾਰਾ 'ਚ ਨਹੀਂ ਰਹਿੰਦੇ, ਜੀ ਫਲਾਣੇ ਬੰਦੇ ਆ, ਫਲਾਣੇ ਵਾਦ ਵਾਲੇ ਬੰਦੇ ਆ, ਪਹਿਲੀ ਗੱਲ ਕਿ ਉਹਨਾਂ ਦੇ ਮੂੰਹ ਬੰਦ ਹੋ ਗਏ। ਦੂਸਰਾ ਜਿਹੜਾ ਇੱਕ ਵਿਸ਼ੇਸ਼ ਕਿਸਮ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਸ਼ਹੀਨ ਬਾਗ ਦੇ ਵਿੱਚ ਆਹ ਬੰਦੇ ਆ ਜੀ, ਉੱਥੇ ਇਸ ਵਿਚਾਰਧਾਰਾ ਦੇ ਬੰਦੇ ਆ ਜੀ, ਕੇਜਰੀਵਾਲ ਦੀ ਸਰਕਾਰ ਉਹਨਾਂ ਨੂੰ ਐਂ ਕਰਦੀ ਆ ਜੀ, ਉਹ ਸਾਰੀਆਂ ਦੀਆਂ ਸਾਰੀਆਂ ਆਲੋਚਨਾਵਾਂ ਦਾ ਜਵਾਬ ਮੈਨੂੰ ਲੱਗਦਾ ਕਿ ਪਾਕਿਸਤਾਨ ਦੇ ਮੰਤਰੀ ਦੇ ਇੱਕ ਬਿਆਨ ਤੋਂ ਬਾਅਦ ਆਪਣੇ ਇੱਕ ਬਿਆਨ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਆਪਣੇ ਆਪ ਹੀ ਦਿੱਤਾ। ਹੁਣ ਉਹਨਾਂ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਜਾਂ ਕਿਸੇ ਵੀ ਹੋਰ ਧਿਰ ਦੇ ਲੀਡਰ ਜਿਹੜੇ ਆ ਇਸ ਤਰੀਕੇ ਦਾ ਜਿਹੜਾ ਬਿਆਨ ਦੇਣ ਲੱਗੇ ਸੌਰੀ ਸੋਚਣਗੇ। ਪਰ ਮੈਨੂੰ ਲੱਗਦਾ ਵੀ ਬਹੁਤਾ ਉਹਨਾਂ ਸੋਚਣਾ ਨਹੀਂ, ਕਿਉਂਕਿ ਸੋਚ ਕੇ ਬਿਆਨ ਪਿਛਲੇ ਦਿਨਾਂ 'ਚ ਉਹ ਦਿੰਦੇ ਨਹੀਂ ਪਏ, ਕਿਉਂਕਿ ਇਹ ਸੋਚ ਕੇ ਬਿਆਨ ਉਹ ਦਿੰਦੇ ਹੁੰਦੇ ਅਤੇ ਜਿੱਥੇ ਗੱਲ ਅੱਪੜ ਗਈ। ਜੇ ਆਪਾਂ ਕੱਲ੍ਹ ਦੀ ਘਟਨਾ ਦੀ ਗੱਲ ਕਰੀਏ, ਜੋ ਕੁਛ ਉਹ ਰੋਸ ਪ੍ਰਦਰਸ਼ਨ ਦੇ ਵਿੱਚ ਉਹ ਗੋਲੀ ਚਲਾਉਣ ਵਾਲੇ ਮੁੰਡੇ ਨੇ ਕਿਹਾ ਅਤੇ ਕੀਤਾ, ਉਹਦੇ ਤੋਂ ਕਲੀਅਰ ਕੱਟ ਹੁੰਦਾ ਸੀ ਕਿ ਜਿਹੜੇ ਪਿਛਲੇ ਸਮੇਂ ਦੇ ਵਿੱਚ ਬਿਆਨਬਾਜ਼ੀ ਹੋਈ ਆ, ਉਸ ਬਿਆਨਬਾਜ਼ੀ ਦਾ ਇੱਕ ਹੁੰਦਾ ਐਕਟਿਵ ਅਸਰ ਹੋਣਾ ਅਤੇ ਇੱਕ ਹੁੰਦਾ ਪੈਸਿਵ ਅਸਰ ਹੋਣਾ। ਉਹ ਜਿਹੜਾ ਪੈਸਿਵ ਪ੍ਰਭਾਵ ਉਹਦੇ ਦਿਮਾਗ ਦੇ ਉੱਪਰ ਹੋਇਆ ਅਤੇ ਜਿਵੇਂ ਉਹਨੇ ਸੋਸ਼ਲ ਮੀਡੀਆ ਦੇ ਉੱਪਰ ਸਾਰਾ ਕੁਛ ਲਿਖਿਆ ਅਤੇ ਫਿਰ ਉਹ ਜਿਵੇਂ ਲਿਖ ਕੇ ਅਤੇ ਉੱਥੇ ਉਹ ਗਿਆ, ਉਹ ਇੱਦਾਂ ਗਿਆ ਸੀ ਵੀ ਜਿਵੇਂ ਆਪਾਂ ਸੂਸਾਈਡ ਬੋਂਬਰ ਨਹੀਂ ਕਹਿ ਦਿੰਦੇ ਵੀ ਹਾਂ ਵੀ ਅੱਜ ਜੇ ਮੈਂ ਬਚ ਗਿਆ ਤਾਂ ਠੀਕ ਆ, ਨਹੀਂ ਤਾਂ ਫਿਰ ਤੁਸੀਂ ਮੇਰੀ ਅਰਥੀ 'ਤੇ ਇੱਦਾਂ ਕਰਿਓ, ਮੇਰੇ ਜਾਣ ਤੋਂ ਬਾਅਦ ਇੱਦਾਂ ਕਰਿਓ। ਉਹ ਉਸ ਤਰੀਕੇ ਨਾਲ ਜਿਹੜਾ ਬੰਦਾ ਉੱਧਰ ਨੂੰ ਤੁਰਿਆ ਸੀ, ਉਹਦੇ ਤੋਂ ਤਾਂ ਆਪਾਂ ਨੂੰ ਇਹ ਗੱਲ ਕਲੀਅਰ ਹੁੰਦੀ ਹੈ ਨਾ ਵੀ ਉਹ ਜਿਹੜੀ ਰਾਜਨੀਤੀ ਆ ਉਹ ਲਗਭਗ ਘੁੰਮ ਫਿਰ ਕੇ ਇਸ ਥਾਂ 'ਤੇ ਆ ਗਈ ਸੀ ਜਿਹੜਾ ਇਹ ਟਵੀਟ ਆਇਆ। ਅਤੇ ਜੇ ਅਜੇ ਵੀ ਜੇ ਕਿਸੇ ਨੇ ਇਹ ਤੋਂ ਕੋਈ ਸਿਆਸੀ ਬੈਨੀਫਿਟ ਲੈਣਾ ਹੋਇਆ ਤਾਂ ਐਡੀ ਛੇਤੀ ਉਹ ਪਿੱਛੇ ਹਟਣ ਵਾਲੇ ਹੈ ਨਹੀਂ, ਜੋ ਮੈਨੂੰ ਲੱਗਦਾ। ਨਹੀਂ, ਗੱਲ ਤੁਹਾਡੀ ਠੀਕ ਹੈ। ਵੈਸੇ ਵੀ ਨਾ ਕਈ ਵਾਰੀ ਕੋਠੇ ਦੇ ਉੱਤੇ ਰੋੜੇ ਰੱਖੇ ਹੁੰਦੇ ਆ ਕਿ ਭਾਈ ਗੁਆਂਢੀ ਨਾਲ ਲੜਾਈ ਹੋ ਗਈ ਆ, ਕੋਠੇ ਦੇ ਉੱਤੇ ਛੱਤ 'ਤੇ ਰੋੜੇ ਰੱਖ ਲਓ, ਉੱਪਰਲੇ ਪਾਸਿਓਂ ਛੱਤ ਤੋਂ ਰੋੜੇ ਮਾਰਨੇ ਆ, ਅਤੇ ਜਦੋਂ ਬੰਦਾ ਇਹ ਵੇਖਣ ਲੱਗ ਪਵੇ ਕਿ ਭਾਈ ਰੋੜੇ ਮੁੱਕ ਗਏ ਆ, ਅਗਲਿਆਂ ਨੇ ਹੁਣ ਪੌੜੀ ਚੜ੍ਹ ਕੇ ਆ ਜਾਣਾ, ਅਤੇ ਹੋ ਸਕਦਾ ਸਿਆਸੀ ਤੌਰ ਦੇ ਉੱਤੇ ਧੌਣ 'ਤੇ ਚਾਰ ਰੱਖ ਵੀ ਦੇਣ, ਫਿਰ ਬੰਦੇ ਨੂੰ ਭਾਵੇਂ ਆਪਣਾ ਬਨੇਰਾ ਭੰਨ ਭੰਨ ਕੇ ਵੱਟੇ ਮਾਰਨੇ ਪੈਣ, ਮਾਰਦਾ ਜ਼ਰੂਰ ਹੈ। ਹੁਣ ਜਦੋਂ ਡਿਵੈਲਪਮੈਂਟ ਵਾਲੀ ਗੱਲ ਮੁੱਕ ਗਈ, ਕੋਈ ਨੈਸ਼ਨਲ ਪੱਧਰ ਦਾ ਇਸ਼ੂ ਜਿਹੜਾ, ਕੋਈ ਬਹੁਤ ਰਾਸ਼ਟਰੀ ਪੱਧਰ ਦਾ ਮੁੱਦਾ ਦਿੱਲੀ ਦੇ ਵੋਟਰਾਂ ਦੇ ਉੱਤੇ ਬਹੁਤਾ ਹਾਵੀ ਹੁੰਦਾ ਨਜ਼ਰ ਨਹੀਂ ਆਉਂਦਾ, ਜਦੋਂ ਲੱਗਦਾ ਹੀ ਨਹੀਂ ਸੀ ਕਿਉਂਕਿ ਐਂਟੀ ਇਨਕੰਬੈਂਸੀ ਵਾਲਾ ਫੈਕਟਰ ਜਿਹੜਾ ਦਿੱਲੀ ਦੇ ਵਿੱਚ ਚੱਲਦਾ ਹੋਵੇ, ਇੱਦਾਂ ਲੱਗਦਾ ਹੀ ਨਹੀਂ ਸੀ ਕਿ ਅਰਵਿੰਦ ਕੇਜਰੀਵਾਲ ਦੀ ਫੱਟੀ ਪਹੁੰਚੀ ਗਈ ਅਤੇ ਇੱਦਾਂ ਦੇ ਬਿਆਨ ਆਏ। ਦੇਖੋ ਕਿੱਡੀ ਵੱਡੀ ਗੱਲ ਹੈ ਕਿ ਦੇਸ਼ ਦੀ ਰਾਜਧਾਨੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ, ਇਹ ਸਾਰੇ ਦੇਸ਼ ਦੇ ਲਈ ਸੋਚਣ ਵਾਲੀ ਗੱਲ ਹੈ ਕਿ ਅਸੀਂ ਕਿੱਧਰਲੇ ਪਾਸੇ ਨੂੰ 2020 ਦੇ ਵਿੱਚ ਤੁਰ ਗਏ, ਅਤੇ ਦੇਸ਼ ਦਾ ਇੱਕ ਮਿਨਿਸਟਰ ਆਫ ਸਟੇਟ ਜਿਹੜਾ ਉਹਦੇ ਉੱਤੇ ਕੁਝ ਘੰਟਿਆਂ ਲਈ ਪ੍ਰਚਾਰ ਕਰਨ ਦੀ ਇਸ ਕਰਕੇ ਪਾਬੰਦੀ ਲੱਗੇ ਕਿਉਂਕਿ ਇਲੈਕਸ਼ਨ ਕਮਿਸ਼ਨ ਨੂੰ ਲੱਗਦਾ ਕਿ ਉਹਦੇ ਬੋਲ ਲੋਕਤੰਤਰੀ ਕਦਰਾਂ ਕੀਮਤਾਂ ਦੇ ਮੁਤਾਬਿਕ ਸਹੀ ਨਹੀਂ ਸੀ। ਇਹ ਬਹੁਤ ਜ਼ਿਆਦਾ ਸੋਚਣ ਵਿਚਾਰਨ ਵਾਲੀ ਗੱਲ ਹੈ। ਇੱਕ ਹੋਰ ਲੀਡਰ ਦੇ ਉੱਤੇ ਵੀ ਪਾਬੰਦੀ ਲੱਗਦੀ ਹੈ ਕਿ ਭਾਈ ਤੂੰ ਇੱਦਾਂ ਦੇ ਬੋਲ ਕਬੋਲ ਬੋਲੇ ਕਿਉਂ, ਕਿਉਂਕਿ ਜੇ ਦੇਸ਼ ਦੀ ਰਾਜਧਾਨੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵੋਟਰਾਂ ਦੇ ਧਰੂਵੀਕਰਨ ਦੇ ਲਈ ਇੱਦਾਂ ਦੇ ਸ਼ਬਦ ਵਰਤੇ ਜਾਂਦੇ ਆ, ਤਾਂ ਦੇਸ਼ ਦੇ ਜਿਹੜੇ ਦੂਰ ਦਰਾਜ ਦੇ ਇਲਾਕੇ ਨੇ
ਜਿੱਥੇ ਕਈ ਵਾਰੀ ਮੀਡੀਆ ਦੀ ਵੀ ਨਜ਼ਰ ਇੰਨੀ ਰਹਿੰਦੀ, ਜਿੱਥੇ ਕਈ ਵਾਰੀ ਇਲੈਕਸ਼ਨ ਕਮਿਸ਼ਨ ਦੇ ਕੋਲ ਵੀ ਇੰਨੀ ਸਟਰੋਂਗ ਇੰਨੀ ਤਾਕਤਵਰ ਟੀਮ ਨਹੀਂ ਹੁੰਦੀ, ਉੱਥੇ ਫਿਰ ਪ੍ਰਚਾਰ ਕਿੱਦਾਂ ਦਾ ਹੋਊਗਾ? ਉੱਥੇ ਫਿਰ ਵੋਟਾਂ ਕਿਹੜੀਆਂ ਗੱਲ ਦੇ ਲਈ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ? ਇਹ ਗੱਲ ਤੁਹਾਡੀ ਠੀਕ ਹੈ ਕਿ ਭਾਈ ਅਗਲਿਆਂ ਨੇ ਘੱਟ ਅਜੇ ਵੀ ਨਹੀਂ ਕਰਨੀ, ਪਰ ਕੋਈ ਆਮ ਆਦਮੀ ਪਾਰਟੀ ਹੈ, ਕੋਈ ਖਾਸ ਆਦਮੀ ਹੈ, ਕੋਈ ਬੀਜੇਪੀ ਹੈ, ਕੋਈ ਕਾਂਗਰਸ ਹੈ, ਜਿਹੜੀ ਵੀ ਪਾਰਟੀ ਹੈ, ਇਸ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਵੋਟਾਂ 25 ਸਾਲੀ ਆ ਜਾਣੀਆਂ। ਪਰ ਜੇ ਭਾਈਚਾਰਕ ਸਾਂਝ ਦੇ ਵਿੱਚ ਇਹਨਾਂ ਵੋਟਾਂ ਦੇ ਕਰਕੇ ਤ੍ਰੇੜਾਂ ਬਹੁਤੀਆਂ ਪਾ ਦਿੱਤੀਆਂ ਗਈਆਂ, ਤ੍ਰੇੜਾਂ ਨਹੀਂ ਪੂਰੀਆਂ ਜਾਂਦੀਆਂ ਹੁੰਦੀਆਂ। ਬਾਠ ਸਾਹਿਬ, ਤੁਸੀਂ ਕਰਦੇ ਗੱਲਾਂ ਭੋਲੀਆਂ, ਇਹਨਾਂ ਗੱਲਾਂ ਤੋਂ ਤਾਂ ਫੜੇ ਜਾਂਦੇ ਹਾਂ ਵੀ ਉਹ ਕੱਟੀ, ਉਹ ਝੁੱਲ, ਉਹ ਟਾਟਾ ਸੁਮੋ ਅਤੇ ਵੱਧ ਤੋਂ ਵੱਧ ਡੱਬੀਆਂ ਵਾਲੀ ਖੇਸੀ ਦੀ ਬੁੱਕਲ। 5 ਸਾਲ ਤੁਸੀਂ ਕਹਿੰਦੇ ਵੋਟਾਂ ਫਿਰ ਆ ਜਾਣੀਆਂ, ਜਿਨ੍ਹਾਂ ਨੂੰ ਇੱਕ ਰਾਂ 5 ਸਾਲ ਲੰਘਾਉਣੇ ਪੈ ਜਾਂਦੇ ਉਹ ਤਾਂ ਹੱਥਾਂ ਨੂੰ ਦੰਦੀਆਂ ਵੱਢਦੇ ਆ ਵੀ ਵੀਰ ਕਈ ਕੁਰਸੀਆਂ ਹੱਥੋਂ ਚਲੇ ਗਈਆਂ। ਅਤੇ ਇੱਕ ਵਾਰ ਕੁਰਸੀ ਜਦੋਂ ਆ ਜਾਂਦੀ ਹੈ, ਦੇਖੋ ਮੈਂ ਕਈ ਵਾਰ ਜ਼ਿਕਰ ਕਰਦਾ ਨਾ ਵੀ ਆਪਾਂ ਦੁੱਧ 'ਤੇ ਮਲਾਈ ਆਉਂਦੀ ਤਾਂ ਸੁਣਦੇ ਹਾਂ, ਪਰ ਇਹ ਰਾਜਨੀਤੀ ਜਿਹੜੀ ਹੈ ਇਹਦੀ ਕੁਰਸੀ 'ਤੇ ਮਲਾਈ ਆਉਂਦੀ ਹੈ। ਅਤੇ ਜਦੋਂ ਅਗਲੇ ਨੂੰ ਪਤਾ ਵੀ 5 ਸਾਲ ਲਈ ਉਹ ਕੁਰਸੀ ਖੁੱਸ ਗਈ, ਉਹਨਾਂ 5 ਸਾਲਾਂ 'ਚ ਕਈ ਕੁਛ ਇਹੋ ਜਿਹਾ ਕੀਤਾ ਜਾ ਸਕਦਾ ਸੀ ਜਿਹੜਾ ਕਿ ਹੁਣ ਤਾਂ ਪਹਿਲਾਂ ਇਹ ਹੁੰਦਾ ਸੀ ਵੀ ਆਪਣੇ ਲੋਕਾਂ ਨੂੰ ਨਹੀਂ ਸੀ ਪਤਾ ਲੱਗਦਾ, ਪਰ ਜਦੋਂ ਤੋਂ ਚਲੋ ਮੀਡੀਆ ਥੋੜ੍ਹਾ ਖੁੱਲ੍ਹ ਕੇ ਗੱਲਾਂ ਕਰਨ ਲੱਗਿਆ, ਵਿਖਾਉਣ ਲੱਗਿਆ, ਹੁਣ ਤਾਂ ਹਰੇਕ ਨੂੰ ਸਮਝ ਆ ਗਈ ਕਿ ਜਿਹੜਾ ਬੰਦਾ ਇੱਕ ਵਾਰ ਰਾਜਨੀਤੀ ਵਾਲੀ ਕੁਰਸੀ 'ਤੇ ਬਹਿੰਦਾ ਉਹਨੂੰ ਪਤਾ ਹੁੰਦਾ ਵੀ ਕਿਹੜੀ ਕਿਹੜੀ ਨੁੱਕਰ 'ਚੋਂ ਕਿੱਥੋਂ ਕਿੱਥੋਂ ਖਜ਼ਾਨਾ ਜਿਹੜਾ ਉਹ ਕਿਹੜੇ ਕਿਹੜੇ ਚੋਰ ਮੁਰੀ ਰਾਹੀਂ ਆਪਾਂ ਖਿੱਚ ਸਕਦੇ ਹਾਂ। ਹੁਣ ਜਿਨ੍ਹਾਂ ਨੂੰ 5 ਸਾਲ ਤੁਸੀਂ ਕਹੀ ਜਾਂਦੇ ਆ, ਨਿਆਣਾ ਜੰਮ ਕੇ 5 ਸਾਲਾਂ ਦਾ ਹੋ ਜਾਂਦਾ ਅਤੇ ਡਾਕਟਰ ਕਹਿੰਦਾ ਵੀ ਮੇਨ ਟੀਕੇ ਜਿਹੜੇ ਲੱਗਣੇ ਸੀ ਇਹਨੂੰ ਲੱਗ ਗਏ ਆ, ਅਤੇ ਤੁਸੀਂ ਕਹਿੰਦੇ 5 ਸਾਲਾਂ ਦੀ ਗੱਲ ਹੀ ਕੋਈ ਨਹੀਂ। ਨਾਲੇ ਹੋਰ ਤੁਹਾਨੂੰ ਉਦਾਹਰਨ ਦਿਆਂ, ਤੁਹਾਡੀ ਕੱਟੀ 5 ਸਾਲਾਂ ਚੰਗੀ ਭਲੀ ਮੱਝ ਬਣ ਜਾਂਦੀ ਹੈ, ਮਹਾਰਾਜ ਤੁਸੀਂ ਕਹਿੰਦੇ 5 ਸਾਲ। ਨਹੀਂ ਮੈਂ ਦੇਖੋ, ਮੈਨੂੰ ਤਾਂ ਹੁਣ ਆਪਣੇ ਸ਼ਬਦ ਵਾਪਸ ਲੈਣੇ ਪੈਣੇ। ਮੈਂ ਵੀ ਸੋਚਦਾ ਸੀ ਕਿ 5 ਸਾਲਾਂ ਦੇ ਵਿੱਚ ਅਗਲਿਆਂ ਨੇ ਪੁੱਤ ਭਤੀਜੇ ਸੈੱਟ ਕਰ ਲੈਣੇ ਸੀ, ਧੀ ਦਾ ਜਿਹੜਾ ਸਹੁਰੇ ਵਾਲਾ ਪਰਿਵਾਰ ਆ ਉਹਦੇ ਵਿੱਚੋਂ ਇੱਕ ਅੱਧੇ ਬੰਦੇ ਨੂੰ ਟਿਕਟ ਦਵਾ ਦੇਣੀ ਸੀ, ਕੋਈ ਨਾ ਕੋਈ ਅੜਾ ਏਅਰ ਚੇਅਰਮੈਨ ਜਿਹੜਾ ਉਹ ਵੀ ਬਣਾ ਲੈਣਾ ਸੀ, ਕਿਉਂਕਿ ਇਹਨਾਂ 5 ਸਾਲਾਂ ਦੇ ਵਿੱਚ ਹੁਣ ਮੰਨ ਲਓ ਜੇ ਨਿੱਕੇ ਨਿਆਣੇ ਨੂੰ ਟਿਕਟ ਨਹੀਂ ਦਵਾਉਂਦੇ, ਨਿੱਕੇ ਨਿਆਣੇ ਨੂੰ ਕਿਤੇ ਸੈੱਟ ਨਹੀਂ ਕਰਾਉਂਦੇ, ਨਿੱਕੇ ਨਿਆਣੇ ਨੂੰ ਪਾਰਟੀ ਦੇ ਵਿੱਚ ਕਿਤੇ ਜਗ੍ਹਾ ਨਹੀਂ ਦਵਾਉਂਦੇ, ਤਾਂ ਫਿਰ ਬੰਦੇ ਨੇ ਜਾ ਕੇ ਘਰੇ ਰਾਤ ਨੂੰ ਰੋਟੀ ਵੀ ਖਾਣੀ ਹੁੰਦੀ ਹੈ, ਅਤੇ ਰੋਟੀ ਵਾਲੇ ਟੇਬਲ ਦੇ ਉੱਤੇ ਸਾਰਾ ਟੱਬਰ ਕਹਿੰਦੇ ਹੋਣਾ ਤੁਸੀਂ ਕਾਹਦੇ ਲੀਡਰ ਜੀ, ਆ ਮੁੰਡਾ ਤਾਂ ਜੋਦੀ ਤੁਰਿਆ ਫਿਰਦਾ, ਫਰਾਲੇ ਲੀਡਰ ਸਾਹਿਬ ਨੂੰ ਨਹੀਂ ਦੇਖਿਆ, ਉਹਨੇ ਆਪਣੇ ਮੁੰਡੇ ਨੂੰ ਇੱਕ ਨੂੰ ਮੰਤਰੀ ਬਣਵਾ ਲਿਆ, ਦੂਜੇ ਬੰਦੇ ਨੂੰ ਪਾਰਟੀ ਦੇ ਵਿੱਚ ਵੱਡਾ ਅਹੁਦੇਦਾਰ ਬਣਾ ਲਿਆ, ਉਹਨੇ ਤਾਂ ਆਪਣੇ ਕੁੜਮਾਂ ਦੇ ਟੱਬਰ ਦੇ ਵਿੱਚੋਂ 2 ਬੰਦੇ ਸੈੱਟ ਕਰਾ ਲਏ ਆ, ਇੱਕ ਟਿਕਟ ਫਲਾਨੇ ਨੂੰ ਦਵਾ ਲਈ ਹੈ ਅਤੇ 1 ਟਿਕਟ ਦੇ ਉੱਤੇ ਅੱਖ ਰੱਖੀ ਬੈਠੇ। ਦੇਖੋ ਲੀਡਰਸ਼ਿਪ ਕਰਨੀ ਕੋਈ ਬਹੁਤੀ ਸੌਖੀ ਨਹੀਂ, ਕਿਉਂਕਿ ਬੰਦਾ ਦੁਕਾਨ ਚਲਾਊਗਾ, ਸੌਦਾ ਵੇਚੂ ਪੈਸੇ ਲਿਓ, ਬੰਦਾ ਕੋਈ ਕਾਰੋਬਾਰ ਕਰੂਗਾ, ਵਪਾਰ ਕਰੂਗਾ, ਸੌਦਾ ਇੱਧਰ ਉੱਧਰ ਕਰੂ, ਪੈਸੇ ਲਿਓ। ਲੀਡਰਾਂ ਨੂੰ ਤਾਂ ਸਾਰੀ ਰਿਸ਼ਤੇਦਾਰੀ ਦੇਖਣੀ ਪੈਂਦੀ ਆ, ਉਹ ਘਰ ਤੱਕ ਸੀਮਤ ਰਹਿੰਦੇ ਨੇ, ਬਹੁਤ ਦੂਰ ਤੱਕ ਜਾਂਦੇ ਆ। ਬਸ ਉਹ ਪਿਛਲੇ ਦਿਨੀ ਆਪਾਂ ਉਹ ਬੜੀ ਖਬਰ ਵੀ ਪ੍ਰਮੁੱਖਤਾ ਨਾਲ ਦਿੱਤੀ ਸੀ ਨਾ, ਜਿਹਦੇ 'ਚ ਗੱਡੀ 'ਤੇ ਲਿਖਿਆ ਸੀ MLA ਦਾ ਭਤੀਜਾ। ਹੁਣ ਜਿਹੜਾ ਭਾਈ ਸਾਹਿਬ ਉਹਨਾਂ ਨੂੰ MLA ਦਾ ਭਤੀਜਾ ਹੋਣ 'ਤੇ ਵੀ ਇੱਕ ਡੈਜ਼ੀਗਨੇਸ਼ਨ ਲੱਗਦੀ ਆ, ਤੁਸੀਂ ਕਹਿੰਦੇ 5 ਸਾਲ ਐਵੇਂ ਕੱਢ ਦੇਣ, ਇੱਦਾਂ ਥੋੜ੍ਹਾ ਹੁੰਦਾ। ਚਲੋ ਅੱਛਾ, ਇਹ ਗੱਲ ਤੁਸੀਂ ਕੀਤੀ ਪੁੱਤ ਭਤੀਜਿਆਂ ਦੀ ਅਤੇ ਇੱਧਰ ਉੱਧਰ ਦੇ ਪਰਿਵਾਰਾਂ ਨੂੰ ਟਿਕਟਾਂ ਦਵਾਉਣ ਦੀ ਅਤੇ ਸਾਂਝਾਂ ਪਾਲਣ ਦੀ ਅਤੇ ਬੜਾ ਕੁਛ ਦੇਣ ਦੀ, ਇਹ ਸਾਰੀਆਂ ਗੱਲਾਂ ਫਰੀਦਕੋਟ ਜਿੱਦਣ ਗਏ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਉਹਨਾਂ ਨੇ ਇਕੱਲੀ ਇਕੱਲੀ ਗੱਲ ਗਿਣਾਈ ਆ ਉੱਥੇ, ਹਾਲਾਂਕਿ ਰੋਸ ਧਰਨਾ ਤਾਂ ਕਾਂਗਰਸ ਪਾਰਟੀ ਦੇ ਖਿਲਾਫ ਸੀਗਾ, ਪਰ ਵਿੱਚ ਕਿਹੜਾ ਉਹ ਕਹਿੰਦੇ ਹੁੰਦੇ ਨਾ ਵੀ ਜਦੋਂ ਇੱਕ ਤਰ੍ਹਾਂ ਕੋਈ ਗਿੱਟਾ ਮਚਕੋੜਿਆ ਗਿਆ ਹੋਵੇ ਅਤੇ ਉਹਦੀ ਪੀੜ ਵਾਰ ਰਹਿ ਕੇ ਯਾਦ ਆਉਂਦੀ, ਬੰਦਾ ਭਾਵੇਂ ਅਫਸੋਸ ਕਰਨ ਹੀ ਗਿਆ ਵੀ ਉੱਥੇ ਵੀ ਗੱਲ ਆਪਣੇ ਗਿੱਟੇ ਦੀ ਕਰੀ ਜਾਣੀ ਹੁੰਦੀ ਹੈ। ਇਹ ਨਾ ਮੈਂ ਉਦੋਂ ਲੰਘਦਾ ਹਾਂ ਖਾਲ ਅਤੇ ਮੁੜ ਕੇ ਪਤਾ ਨਹੀਂ ਲੱਗਾ ਉੱਚੀ ਨੀਵੇਂ ਥਾਂ ਪੈਰ ਪੈ ਗਿਆ। ਉੱਥੇ ਜਿਹੜਾ ਉਹਨਾਂ ਨੇ ਇਹ ਗੱਲਾਂ ਕਹੀਆਂ ਵੀ ਜਿਹੜੇ ਹੁਣ ਟਕਸਾਲੀ ਅਕਾਲੀ ਕਹਿੰਦੇ ਆਪਣੇ ਆਪ ਨੂੰ ਹੈਗੇ ਤਾਂ ਉਹ ਜਹਿਲੀ ਅਕਾਲੀ ਹੈ, ਕਿਉਂਕਿ ਕੋਈ ਕਹਿੰਦੇ ਜਿੱਤਦਾ ਨਹੀਂ ਸੀ ਉਹਨੂੰ ਅਸੀਂ ਫਲਾਣੇ ਥਾਂ ਲਾਇਆ, ਫਲਾਣੇ ਦੇ ਮੁੰਡੇ ਨੂੰ ਸੈੱਟ ਕੀਤਾ, ਫਲਾਣੇ ਦੇ ਜਵਾਈ ਨੂੰ ਸੈੱਟ ਕੀਤਾ, ਇਹ ਹੁਣ ਪਾਰਟੀ ਦੀ ਪਿੱਠ 'ਚ ਛੁਰਾ ਮਾਰ ਗਏ। ਇਹ ਜਿਹੜੀ ਚੀਜ਼ ਜਿੱਧਰ ਨੂੰ ਤੁਰ ਪਈ ਇਹਦੀ ਵੀ ਆਪਾਂ ਗੱਲ ਕਰ ਲਈਏ, ਕਿਉਂਕਿ 2 ਫਰਵਰੀ 'ਤੇ ਸਿਰ 'ਤੇ ਖਲੋਤੀ ਹੈ ਜਿੱਥੇ ਉਹਨਾਂ ਨੇ ਸ਼ਕਤੀ ਪ੍ਰਦਰਸ਼ਨ ਕਰਨਾ ਆਪਣਾ। ਦੇਖੋ ਇਹ ਗੱਲ ਆਪਣੇ ਆਪ ਦੇ ਵਿੱਚ ਬੜੀ ਕਮਾਲ ਦੀ ਆ, ਜੇ ਇਸ ਸੰਗਰੂਰ ਅਤੇ ਬਰਨਾਲੇ ਦੀ ਧਰਤੀ 'ਤੇ ਇਸ ਵੇਲੇ ਅਕਾਲੀ ਦਲ ਦਾ ਸਿਆਸੀ ਯੁੱਧ, ਅੰਦਰੂਨੀ ਸਿਆਸੀ ਯੁੱਧ ਜਿਹੜਾ ਉਹ ਲੜਿਆ ਜਾ ਰਿਹਾ। ਹੁਣ ਬਰਨਾਲੇ ਵਾਲਿਆਂ ਨੂੰ ਸਾਹਿਤਕ ਰਾਜਧਾਨੀ ਪੰਜਾਬ ਦੀ ਕਿਹਾ ਜਾਂਦਾ ਕਿ ਉੱਥੇ ਸਭ ਤੋਂ ਵੱਧ ਕਿਤਾਬਾਂ ਵਿਕਦੀਆਂ, ਪੜ੍ਹੀਆਂ ਜਾਂਦੀਆਂ, ਵਿਚਾਰਧਾਰਕ ਤੌਰ ਦੇ ਉੱਤੇ ਜੇ ਕਿਤੇ ਰੌਲਾ ਰੱਪਾ ਪੈਂਦਾ ਤਾਂ ਉਹ ਸਭ ਤੋਂ ਪਹਿਲਾਂ ਬਰਨਾਲੇ 'ਚ ਪੈਂਦਾ, ਲੋਕ ਆਪਸ ਦੇ ਵਿੱਚ ਬਹਿਸ ਕਰਦੇ, ਜਿਰ੍ਹਾ ਕਰਦੇ ਆ। ਹੁਣ ਦੂਸਰੇ ਪਾਸੇ ਸੰਗਰੂਰ ਦਾ ਆਪਾਂ ਸਾਰਿਆਂ ਨੂੰ ਪਤਾ ਕਿ ਉੱਥੇ ਕਦੇ ਬਰਨਾਲਾ ਪਰਿਵਾਰ ਸਰਗਰਮ, ਕਦੇ ਢੀਂਡਸਾ ਪਰਿਵਾਰ ਸਰਗਰਮ, ਕਦੇ ਲੌਂਗੋਵਾਲ ਪਰਿਵਾਰ ਸਰਗਰਮ, ਬੜੇ ਲੀਡਰ ਨੇ। ਹੁਣ ਮੈਂ ਕਮਾਲ ਦੀ ਗੱਲ ਜਿਹੜੀ ਇਸ ਪਿਛਲੇ 4 ਦਿਨਾਂ ਦੇ ਵਿੱਚ ਮਹਿਸੂਸ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਦਾ ਜ਼ਿਕਰ ਤਾਂ ਕਿਤੇ ਨਹੀਂ, ਪੰਜਾਬ ਦੀ ਆਮ ਜਨਤਾ ਦਾ ਜ਼ਿਕਰ ਤਾਂ ਕਿਤੇ ਨਹੀਂ, ਪੰਜਾਬ ਦੇ ਪਾਣੀ ਦਾ ਜ਼ਿਕਰ ਤਾਂ ਕਿਤੇ ਨਹੀਂ। ਜਦੋਂ ਪਰਮਿੰਦਰ ਸਿੰਘ ਢੀਂਡਸਾ ਅਤੇ ਸੁਖਦੇਵ ਸਿੰਘ ਢੀਂਡਸਾ ਸਾਹਿਬ ਕਹਿੰਦੇ ਸੀ ਕਿ ਵੱਡੇ ਬਾਦਲ ਸਾਹਿਬ ਪੁੱਤਰ ਮੋਹ 'ਚ ਗਵਾਚ ਗਏ, ਵੱਡੇ ਬਾਦਲ ਸਾਹਿਬ ਨੇ ਜਾਂ ਛੋਟੇ ਸੁਖਬੀਰ ਸਿੰਘ ਬਾਦਲ ਸਾਹਿਬ ਨੇ
ਤੀਸਰਾ ਮੈਨੂੰ ਚੇਤੇ ਆਉਂਦਾ ਸੀ ਆ ਇਧਰਲੇ ਪਾਸੇ ਮੋਹਾਲੀ ਵਾਲਾ ਇੱਕ ਵਿਧਾਨ ਸਭਾ ਹਲਕਾ, ਉੱਥੋਂ ਪਿਛਲੀ ਵਾਰੀ ਜਿਹੜਾ ਬੰਦਾ ਅਕਾਲੀ ਦਲ ਦੀ ਟਿਕਟ ਦੇ ਉੱਤੇ ਵਿਧਾਨ ਸਭਾ ਦੀ ਚੋਣ ਲੜਿਆ ਸੀ ਉਹ ਢੀਂਡਸਾ ਪਰਿਵਾਰ ਦਾ ਬਹੁਤ ਨੇੜਲਾ ਰਿਸ਼ਤੇਦਾਰ ਸੀ ਤੇ ਜਦੋਂ ਟਿਕਟਾਂ ਵੰਡੀਆਂ ਗਈਆਂ ਸੀ ਟਿਕਟਾਂ ਦਾ ਐਲਾਨ ਹੋਇਆ ਸੀ ਤਾਂ ਉਦੋਂ ਬਕਾਇਦਾ ਲੋਕਾਂ 'ਚ ਚਰਚਾ ਸੀ ਕਿ ਇਹ ਟਿਕਟ ਢੀਂਡਸਾ ਸਾਹਿਬ ਦੇ ਕੋਟੇ 'ਚੋਂ ਦਿੱਤੀ ਗਈ ਹੈ ਜਿੱਥੋਂ ਕਦੇ ਬਲਵੰਤੂ ਰਾਮੂ ਵਾਲੀਆਂ ਨੇ ਚੋਣ ਲੜੀ ਸੀ। ਹੁਣ ਜਦੋਂ ਕੋਟਿਆਂ 'ਚੋਂ ਟਿਕਟਾਂ ਤਾਂ ਆਪਾਂ ਆਪ ਵੀ ਦੀਂਦੇ ਦਵਾਉਂਦੇ ਰਹੇ ਹਾਂ, ਟੋਟਿਆਂ ਦੇ ਵਿੱਚੋਂ ਇਹ ਸਾਰਾ ਕੁਝ ਜਿਸ ਤਰੀਕੇ ਅਕਾਲੀ ਦਲ 'ਚ ਹੁੰਦਾ ਰਿਹਾ ਬੜਾ ਅਜੀਬ ਸੀ। ਸੁਖਬੀਰ ਸਿੰਘ ਬਾਦਲ ਸਾਹਿਬ ਪਾਰਟੀ ਦੇ ਪ੍ਰਧਾਨ ਨੇ, ਉਹ ਕਈ ਵਾਰੀ ਬਿਆਨ ਦਿੰਦੇ ਆ ਕਿ ਭਾਈ ਜਿੰਨਾ ਪੰਜਾਬ ਦਾ ਭਲਾ ਸ਼੍ਰੋਮਣੀ ਅਕਾਲੀ ਦਲ ਸੋਚ ਸਕਦਾ, ਅਕਾਲੀ ਦਲ ਦੀ ਲੀਡਰਸ਼ਿਪ ਸੋਚ ਸਕਦੀ ਹੈ, ਪਾਣੀ ਦਾ ਮਸਲਾ, ਫਸਲਾਂ ਦਾ ਮਸਲਾ, ਕਿਸਾਨੀ ਦਾ ਮਸਲਾ, ਨੌਜਵਾਨਾਂ ਦਾ ਮਸਲਾ ਕੋਈ ਹੋਰ ਧਿਰ ਸੋਚ ਨਹੀਂ ਸਕਦੀ, ਬਿਲਕੁਲ ਠੀਕ। ਪਰ ਜਦੋਂ ਉਹਨਾਂ ਨੇ ਇਹ ਗੱਲ ਆਖ ਦਿੱਤੀ ਕਿ ਭਾਈ ਅਸੀਂ ਕਈ ਐਸੇ ਬੰਦੇ ਵੀ ਟੱਬਰਾਂ ਦੇ ਐਡਜਸਟ ਕੀਤੇ ਜਿਹੜੇ ਯੋਗ ਨਹੀਂ ਸੀ, ਲਾਇਕ ਨਹੀਂ ਸੀ, ਕਾਬਿਲ ਨਹੀਂ ਸੀ, ਐਲੀਜੀਬਲ ਨਹੀਂ ਸੀ, ਬਿਲਕੁਲ ਠੀਕ ਹੈ, ਤੁਸੀਂ ਪਾਰਟੀ ਤਾਂ ਬਚਾਉਣੀ ਹੋਏਗੀ, ਤੁਸੀਂ ਸੀਨੀਅਰ ਲੀਡਰ ਖੁਸ਼ ਕਰਨੇ ਹੋਣਗੇ, ਤੁਸੀਂ ਸੀਨੀਅਰ ਲੀਡਰਾਂ ਦਾ ਆਖਾ ਮੰਨ ਲਿਆ ਹੋਊਗਾ, ਪਰ ਉਹ ਪੰਜਾਬ ਦੇ ਨਾਲ ਤਾਂ ਫਿਰ ਇੱਕ ਤਰ੍ਹਾਂ ਦੇ ਨਾਲ ਸਿਆਸੀ ਤੌਰ 'ਤੇ ਧੋਖਾ ਹੀ ਸੀ ਨਾ। ਹੁਣ ਜਿਹੜਾ ਬੰਦਾ ਜੇ ਤੁਹਾਨੂੰ ਲੱਗਦਾ ਕਿ ਕਾਬਿਲ ਹੀ ਨਹੀਂ ਸੀ, ਅਗਲੇ ਬੰਦੇ ਨੂੰ ਤੁਸੀਂ ਖਜ਼ਾਨਾ ਮੰਤਰੀ ਬਣਾ ਦਿੱਤਾ, ਅਤੇ ਜੇ ਕਾਬਿਲ ਨਾ ਹੋਣ ਵਾਲਾ ਬੰਦਾ ਤੁਸੀਂ ਖਜ਼ਾਨਾ ਮੰਤਰੀ ਬਣਾ ਦਿਓਗੇ, ਅਗਲਾ ਬੰਦਾ ਪੰਜਾਬ ਦੇ ਖਜ਼ਾਨੇ ਨੂੰ ਕਿੰਨਾ ਕੁ ਸਾਂਭ ਲੂ? ਫਿਰ ਪੰਜਾਬ ਦੇ ਖਜ਼ਾਨੇ ਦੇ ਹਾਲਾਤ ਕੀ ਹੋਏ ਪਏ ਆ? 2 ਮਹੀਨੇ ਪਹਿਲਾਂ ਤੱਕ ਆਪਾਂ ਕਹਿੰਦੇ ਸੀ ਕਿ ਮਨਪ੍ਰੀਤ ਬਾਦਲ ਨੂੰ ਖਜ਼ਾਨਾ ਨਹੀਂ ਸਾਂਭਣਾ ਆਉਂਦਾ, ਸਾਡੀ ਵਾਰੀ ਜਿਹੜੇ ਬੰਦੇ ਸੀ ਉਹਨਾਂ ਨੇ ਬੜੇ ਚੰਗੇ ਤਰੀਕੇ ਸਾਂਭਿਆ, ਅਤੇ ਅੱਜ ਉਹੀ ਬੰਦੇ ਜਦੋਂ ਆਪਾਂ ਨੂੰ ਨਲਾਇਕ ਲੱਗਣ ਲੱਗ ਪਏ, ਕਿਤੇ ਨਾ ਕਿਤੇ ਪੰਜਾਬ ਦੇ ਲੋਕ ਸੋਚਦੇ ਵਿਚਾਰਦੇ ਜ਼ਰੂਰ ਹੋਣਗੇ ਕਿ ਭਾਈ ਜੇ ਇੱਕ ਲੀਡਰ ਦੇ ਪਰਿਵਾਰ ਦੇ ਮੈਂਬਰ ਨੂੰ ਇਸ ਕਰਕੇ ਐਡਜਸਟ ਕੀਤਾ ਆ ਕਿ ਉਹ ਬੰਦਾ ਜਿਹੜਾ ਖੁਸ਼ ਕਰਨਾ, ਇੱਦਾਂ ਤਾਂ ਬੜੇ ਲੀਡਰ ਨੇ ਪੰਜਾਬ 'ਚੋਂ ਅਕਾਲੀ ਦਲ ਦੇ, ਕਾਂਗਰਸ ਦੇ ਵੀ ਬੜੇ ਲੀਡਰ ਨੇ ਜਿਨ੍ਹਾਂ ਦੇ ਪੁੱਤਾਂ ਨੂੰ ਟਿਕਟ ਦਿੱਤੀ ਗਈ, ਲਾਲ ਸਿੰਘ ਦੇ ਬੇਟੇ ਨੂੰ ਟਿਕਟ ਜਿਹੜੀ ਆ ਕਾਂਗਰਸ ਨੇ ਦਿੱਤੀ ਹੈ, ਇਸੇ ਤਰੀਕੇ ਚੰਦੂ ਮਾਜਰਾ ਸਾਹਿਬ ਦਾ ਬੇਟਾ ਵੀ ਐਡਜਸਟ ਹੈ, ਭੁੰਦੜ ਸਾਹਿਬ ਦਾ ਬੇਟਾ ਵੀ ਐਡਜਸਟ ਹੈ, ਬੜੇ ਬੰਦੇ ਨੇ ਅਕਾਲੀ ਦਲ ਦੇ ਵਿੱਚ ਵੀ ਕਾਂਗਰਸ ਦੇ ਵਿੱਚ ਵੀ। ਇਹ ਹੁਣ ਆਮ ਲੋਕ ਸੋਚਣ ਵਿਚਾਰਨ ਕਿ ਭਾਈ ਟਿਕਟਾਂ ਕਾਬਲੀਅਤ ਦੇ ਆਧਾਰ ਦੇ ਉੱਤੇ ਮਿਲਦੀਆਂ ਜਾਂ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਨੂੰ ਖੁਸ਼ ਕਰਨ ਦੇ ਆਧਾਰ 'ਤੇ ਦਿੱਤੀਆਂ ਜਾਂਦੀਆਂ। ਬਾਠ ਸਾਹਿਬ ਆਹ ਜਿਹੜੀ ਗੱਲ ਤੁਸੀਂ ਛੇੜੀ ਹੈ ਨਾ, ਇਹ ਜਦੋਂ ਦਾ ਬਿਆਨ ਉਹਨਾਂ ਨੇ ਦਿੱਤਾ ਨਾ, ਉਦੋਂ ਤੋਂ ਮੇਰੇ ਵੀ ਦਿਮਾਗ 'ਚ ਚੱਲੀ ਜਾਂਦੀ ਸੀ। ਅਤੇ ਖਾਸ ਕਰਕੇ ਨਾ ਮੈਂ ਪੰਜਾਬ ਦੀ ਇਸ ਵਕਤ ਜਿਹੜੀ ਖਜ਼ਾਨੇ ਦੀ ਹਾਲਤ ਹੈ ਨਾ, ਉਹਨੂੰ ਜਦੋਂ ਦੇਖਦਾ, ਦੇਖੋ ਖਜ਼ਾਨੇ ਦੀ ਹਾਲਤ ਦੇ ਲਈ ਜਿਹੜਾ ਸਿੱਧਾ ਜ਼ਿੰਮੇਵਾਰ ਸ਼ਖਸ ਹੁੰਦਾ ਉਹ ਹੁੰਦਾ ਖਜ਼ਾਨਾ ਮੰਤਰੀ। ਹੁਣ ਜਿਹਦੇ ਜੇ ਮੈਂ ਗਲਤ ਹੋਇਆ ਤਾਂ ਮੈਨੂੰ ਜ਼ਰੂਰ ਟੋਕਿਓ, ਜੇ ਮੈਂ ਗਲਤ ਨਾ ਹੋਵਾਂ ਤਾਂ ਜਦੋਂ 97 ਵਾਲੀ ਸਰਕਾਰ ਬਣੀ ਆ ਉਦੋਂ ਤੋਂ ਲੈ ਕੇ ਅਤੇ 12 ਵਾਲੀਆਂ ਵੋਟਾਂ ਤੱਕ ਮਨਪ੍ਰੀਤ ਬਾਦਲ ਸਾਹਿਬ ਸੀਗੇ ਖਜ਼ਾਨਾ ਮੰਤਰੀ ਜੀ। ਅਤੇ ਉਸ ਤੋਂ ਬਾਅਦ ਜਿਹੜਾ ਅਗਲਾ ਸਮਾਂ ਉਹਦੇ ਵਿੱਚ ਜਦੋਂ ਵੱਖਰੇ ਹੋ ਗਿਆ ਅਤੇ ਫਿਰ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੂੰ ਕਮਾਨ ਦੇ ਤੀ ਜੀ, ਅਤੇ ਉਸ ਤੋਂ ਬਾਅਦ ਫਿਰ ਮਨਪ੍ਰੀਤ ਬਾਦਲ ਸਾਹਿਬ ਫਿਰ ਆ ਗਏ ਜੀ। ਅਤੇ ਦੋਵਾਂ ਹੀ ਬੰਦਿਆਂ ਬਾਰੇ ਸੁਖਬੀਰ ਬਾਦਲ ਸਾਹਿਬ ਕਹਿ ਚੁੱਕੇ ਕਿ ਅਸੀਂ ਐਡਜਸਟ ਕਰਦੇ ਰਹੇ ਅਤੇ ਬੰਦੇ ਕਾਬਲ ਨਹੀਂ ਸੀ, ਇਹਦਾ ਮਤਲਬ ਫਿਰ ਨੁਕਸ 'ਤੇ ਕਿਤੇ ਹੋਰ ਨਹੀਂ ਨਿਕਲਦਾ ਜਾਪਦਾ? ਨਹੀਂ ਦੇਖੋ, ਜਿਹੜੀ ਬੱਸ ਹੁੰਦੀ ਨਾ, ਜਿੱਦਾਂ ਆਪਾਂ ਵੀ ਮਿੰਨੀ ਬੱਸ ਦੀ ਚਰਚਾ ਕਰਦੇ ਸੀ ਉਦੋਂ ਆਪਾਂ ਸਵੇਰ ਦੀ ਚਾਹ 'ਚ ਵੀ ਮਿੰਨੀ ਬੱਸ ਦੀ ਗੱਲ ਕਰਨੀ, ਰਾਤ ਨੂੰ ਰੋਟੀ ਜੇ ਕਿਤੇ ਤੁਸੀਂ ਮੈਨੂੰ ਸੱਦ ਲੈਣਾ ਕਿ ਭਾਈ ਅੱਜ ਚਲੋ ਵਾਧੂ ਪੱਕ ਗਈਆਂ ਇਹ ਬੰਦੇ ਨੂੰ ਸੱਦ ਲਓ, ਅਤੇ ਉਦੋਂ ਵੀ ਆਪਾਂ ਬੈਠ ਕੇ ਕਹਿ ਰਹੀ ਤੁਸੀਂ ਮੰਜੇ 'ਤੇ ਬੈਠ ਕੇ ਖਾਣੀ, ਮੈਨੂੰ ਲੱਗੇ ਫੱਟਾ ਡਾਹ ਦੇਣਾ ਕਿ ਭਾਈ ਇਹ ਬੰਦੇ ਨੂੰ ਵੀ ਚਲੋ ਨਾਲ ਕਹਿ ਦੇਣਾ ਵੀ ਇਹ ਚਾਰ ਦੀ ਫਾੜੀ ਹੋਰ ਦੇ ਦਿਓ, ਚਲੋ ਇਹਨੇ ਸਾਡੇ ਹੀ ਖਾਣਾ। ਉਦੋਂ ਆਪਾਂ ਕਿੰਨੀ ਚਰਚਾ ਕਰਦੇ ਹੁੰਦੇ ਸੀ ਕਿ ਭਾਈ ਬੱਸ ਚਲਾਉਣੀ ਇਸ ਬੰਦੇ ਨੇ ਜਿਹਨੂੰ ਚਲਾਉਣੀ ਆਉਂਦੀ ਹੈ, ਟਿਕਟਾਂ ਕੱਟਣੀਆਂ ਇਸ ਬੰਦੇ ਨੇ ਜਿਹਨੂੰ ਕੱਟਣੀਆਂ ਆਉਂਦੀਆਂ। ਆਪਾਂ ਇਹ ਵੀ ਚਰਚਾ ਕਰਦੇ ਸੀ ਮਿੰਨੀ ਬੱਸ ਅਜੇ ਲਈ ਨਹੀਂ ਸੀ ਕਿ ਆਪਾਂ ਰਿਪੇਅਰ ਕਿੱਥੋਂ ਕਰਾਇਆ ਕਰਨੀ ਹੈ, ਆਪਾਂ ਸਰਵਿਸ ਕਿੱਥੋਂ ਕਰਾਇਆ ਕਰਨੀ ਹੈ। ਇਕੱਲੀ ਇਕੱਲੀ ਗੱਲ, ਹੁਣ ਇੱਕ ਸੀਟ ਦੇ ਉੱਤੇ ਤਾਂ ਆਪਾਂ ਐਸਾ ਬੰਦਾ ਬਿਠਾ ਦਈਏ ਜਿਹੜੇ ਬੰਦੇ ਨੂੰ ਕੁਛ ਨਾ ਆਉਂਦਾ ਹੋਵੇ, ਕੋਈ ਗੱਲ ਨਹੀਂ, ਪਰ ਜੇ ਉਸ ਬੰਦੇ ਨੂੰ ਆਪਾਂ ਸਟੀਅਰਿੰਗ 'ਤੇ ਬਿਠਾ ਦਾਂਗੇ, ਉਸ ਬੰਦੇ ਨੂੰ ਜੇ ਆਪਾਂ ਕੰਡਕਟਰ ਦੀ ਸੀਟੀ ਫੜਾ ਦਾਂਗੇ, ਟਿਕਟਾਂ 'ਤੇ ਪੈਸਿਆਂ ਵਾਲਾ ਝੋਲਾ ਫੜਾ ਦਾਂਗੇ, ਜਾਂ ਆਪਾਂ ਉਸ ਬੰਦੇ ਦੇ ਕੋਲੇ ਬੱਸ ਰਿਪੇਅਰ ਕਰਨ ਲੈ ਜਾਂਗੇ ਜਿਹਨੂੰ ਪੈਂਚਰ ਲਾਉਣਾ ਵੀ ਨਹੀਂ ਆਉਂਦਾ, ਬੱਸ ਨੇ ਫਿਰ ਚੱਲਣਾ ਥੋੜ੍ਹੀ ਹੈ? ਬੱਸ ਤਾਂ ਫਿਰ ਅੱਧ ਵਿਚਾਲੇ ਪਟਾਕਾ ਮਾਰੂ, ਬੱਸ ਦੀ ਜੇ ਗਰੀਸ ਨਹੀਂ ਕਰਾਂਗੇ ਤਾਂ ਬੱਸ ਫਿਰ ਤਾਂ ਚੀਕੂ ਚੀਕੂ ਕਰੂ। ਇਸ ਕਰਕੇ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਲੀਡਰ ਆ ਨਾ, ਉਹਨਾਂ ਨੂੰ ਹੁਣ ਬਿਆਨ ਦੇਣ ਲੱਗੇ ਸੋਚਣਾ ਚਾਹੀਦਾ, ਭਾਵੇਂ ਕਾਂਗਰਸੀ ਨੇ ਅਤੇ ਭਾਵੇਂ ਅਕਾਲੀ ਨੇ, ਕਿਉਂਕਿ ਕਾਂਗਰਸੀ ਵੀ ਕੀ ਕਹਿੰਦੇ ਆ ਜੀ ਸਾਡੀਆਂ ਸਰਕਾਰਾਂ ਨੇ ਕੁਛ ਨਹੀਂ ਕੀਤਾ, ਅਕਾਲੀ ਕਹਿੰਦੇ ਆ ਕਿ ਅਸੀਂ ਬੰਦਿਆਂ ਨੂੰ ਐਡਜਸਟ ਕਰ, ਉਹ ਤੁਸੀਂ ਐਡਜਸਟ ਕਰਨਾ ਸੀ ਕਰ ਦਿੰਦੇ, ਪਰ ਕਿਸੇ ਐਸੇ ਅਹੁਦੇ 'ਤੇ ਪਾਰਟੀ 'ਚ ਐਡਜਸਟ ਕਰ ਦਿੰਦੇ ਜਿੱਥੇ ਤੁਹਾਨੂੰ ਫਰਕ ਪੈਂਦਾ, ਵੀ ਆਰ ਹੀ ਪੈਂਦਾ, ਪੰਜਾਬ ਦੇ ਲੋਕਾਂ ਨੂੰ ਤਾਂ ਨਾ ਪੈਂਦਾ। ਹੁਣ ਪੰਜਾਬ ਦਾ ਉਹ ਕਰਮਚਾਰੀ ਵੀ ਸੋਚਦਾ ਹੋਊ ਜਿਹੜੇ ਕਰਮਚਾਰੀ ਨੂੰ ਡੀਏ ਦੀਆਂ 4-4 ਕਿਸ਼ਤਾਂ ਨਹੀਂ ਮਿਲੀਆਂ, ਪੰਜਾਬ ਦਾ ਉਹ ਬੇਰੁਜ਼ਗਾਰ ਵੀ ਸੋਚਦਾ ਹੋਊ ਜਿਹਨੇ ਡਿਗਰੀ ਤਾਂ ਕੀਤੀ ਆ, ਕੁਆਲੀਫਿਕੇਸ਼ਨ ਕੀਤੀ ਆ ਪੂਰੀ, ਪਰ ਉਹਨੂੰ ਅਜੇ ਤੱਕ ਨੌਕਰੀ ਨਹੀਂ ਮਿਲੀ, ਪੰਜਾਬ ਦੀ ਉਹ ਮਾਤਾ ਵੀ, ਪੰਜਾਬ ਦਾ ਉਹ ਬਾਪੂ ਵੀ ਸੋਚਦਾ ਹੋਊ ਜਿਹਨੂੰ ਅਜੇ ਤੱਕ ਵੀ 2000 ਰੁਪਈਆ ਪੈਨਸ਼ਨ ਨਹੀਂ ਮਿਲੀ, ਪੰਜਾਬ ਦਾ ਉਹ ਬੇਰੁਜ਼ਗਾਰ ਵੀ ਸੋਚਦਾ ਹੋਊ ਜਿਹੜਾ 2500 ਰੁਪਈਆ ਬੇਰੁਜ਼ਗਾਰੀ ਭੱਤਾ ਉਡੀਕਦਾ। ਉਹ ਸਾਰੇ ਬੰਦੇ ਸੋਚਦੇ ਹੋਣਗੇ ਕਿ ਅਸੀਂ ਕਿੱਦਾਂ ਦੇ ਲੀਡਰ ਚੁਣੇ,
ਜਿਹੜੇ ਚੁਣੇ ਜਾਣ ਤੋਂ ਬਾਅਦ ਵੀ ਪੰਜਾਬ ਲਈ ਕੰਮ ਘੱਟ ਤੇ ਆਪਦੀ ਪਾਰਟੀ ਦੇ ਲੀਡਰਾਂ ਨੂੰ ਐਡਜਸਟ ਕਰਨ ਦੇ ਲਈ ਕੰਮ ਵੱਧ ਕਰਦੇ ਨਜ਼ਰ ਆਏ, ਪਰ ਹੁਣ ਕਿਤੇ ਨਾ ਕਿਤੇ ਲੋ, ਕਿਤੇ ਨਾ ਕਿਤੇ ਚਾਨਣ, ਕਿਤੇ ਨਾ ਕਿਤੇ ਰੋਸ਼ਨੀ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਹੋ ਜਾਣੀ ਚਾਹੀਦੀ ਹੈ ਕਿ ਲੀਡਰ ਆਪਾਂ ਚੁਣ ਲੈਂਦੇ ਹਾਂ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ, ਪਰ ਜਿੰਨੀ ਦੇਰ ਲੀਡਰਾਂ ਦੀਆਂ ਮੂਰਤਾਂ, ਤਸਵੀਰਾਂ, ਫੋਟੋਆਂ ਮੜਾ ਮੜਾ ਕੇ ਪੈਸੇ ਖਰਚ ਖਰਚ ਕੇ ਅਸੀਂ ਘਰ ਦੀਆਂ ਕੰਧਾਂ 'ਤੇ ਲਾਉਣੀਆਂ, ਸਵਾਲ ਉਹਨਾਂ ਨੂੰ ਪੁੱਛਣੇ ਨਹੀਂ ਕਿ ਤੁਸੀਂ ਕਿਹਨੂੰ ਟਿਕਟ ਦਿੰਦੇ ਆ, ਕੀ ਕੁਆਲੀਫਿਕੇਸ਼ਨ ਆ, ਇਹਨੂੰ ਟਿਕਟ ਕਿਉਂ ਦਿੱਤੀ, ਦੂਸਰਿਆਂ ਹਲਕਿਆਂ 'ਚ ਜਾ ਕੇ ਐਡਜਸਟ ਕਰੀ ਜਾਣੇ ਆ, ਉਨੀ ਦੇਰ ਪੰਜਾਬ ਦਾ ਭਲਾ ਨਹੀਂ ਜੇ ਹੋਣਾ। ਬਾਠ ਸਾਹਿਬ, ਚਲੋ ਇਹ ਤਾਂ ਗੱਲ ਕਲੀਅਰ ਹੋ ਗਈ ਕਿ ਵੀ ਲੋਕ ਵਿਚਾਰੇ ਕਦੀ ਵੋਟਾਂ ਪਾਉਂਦੇ ਆ ਆਪਣੇ ਭਵਿੱਖ ਨੂੰ ਸਵਾਰਨ ਲਈ, ਪਰ ਪਤਾ ਉਹਨਾਂ ਨੂੰ ਵਾਹਵਾ ਸਾਲ ਬਾਅਦ ਲੱਗਦਾ ਕਿ ਅਸੀਂ ਵੋਟਾਂ ਪਾਈਆਂ ਸੀ ਕਿਸੇ ਨਾ ਕਿਸੇ ਲੀਡਰ ਦਾ ਨਿਆਣਾ ਸੈੱਟ ਕਰਨ ਦੇ ਲਈ ਜਾਂ ਕਿਸੇ ਦਾ ਕੋਈ ਰਿਸ਼ਤੇਦਾਰ ਐਡਜਸਟ ਕਰਨ ਦੇ ਲਈ, ਅਤੇ ਸਾਰੀ ਐਡਜਸਟਮੈਂਟ ਦੇ ਵਿੱਚ ਪੰਜਾਬ ਦਾ ਕਿੱਥੇ ਕਿੱਥੇ ਐਡਜਸਟ ਹੋਣ ਵਾਲਾ ਪਿਆ ਉਹ ਆਪਾਂ ਸਾਰਿਆਂ ਨੂੰ ਪਤਾ। ਬਾਕੀ ਜਿਹੜੇ ਦੋਵੇਂ ਲੀਡਰ ਨੇ ਇਸ ਵਕਤ ਜਿਹਨਾਂ ਦੇ ਉੱਪਰ ਹੁਣ ਜੇ ਇਲਜ਼ਾਮ ਲਾਏ ਗਏ ਆ, ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਵੇਂ ਉਹ ਪਰਮਿੰਦਰ ਸਿੰਘ ਢੀਂਡਸਾ ਨੇ ਅਤੇ ਜਾਂ ਫਿਰ ਮਨਪ੍ਰੀਤ ਸਿੰਘ ਬਾਦਲ ਨੇ, ਜਿਹਨਾਂ ਬਾਰੇ ਕਿਹਾ ਜਾਂਦਾ ਕਿ ਵੀ ਹਾਂਜੀ ਇਹਨਾਂ ਨੇ ਖਜ਼ਾਨੇ ਜਿਹੜੇ ਆ ਉਹਦੀ ਆਹ ਹਾਲਤ ਕਰਤੀ ਕਿਉਂਕਿ ਬੰਦੇ ਕਾਬਲ ਨਹੀਂ ਸੀ, ਇਹ ਵੀ ਮੇਰੇ ਖਿਆਲ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਕੁਛ ਦਾ ਜਵਾਬ ਦੇਣਗੇ ਕਿ ਅਸੀਂ ਖਜ਼ਾਨੇ ਨੂੰ ਸਹੀ ਕਰਨਾ ਚਾਹੁੰਦੇ ਸੀ ਪਰ ਸਾਨੂੰ ਕਿੱਥੇ ਨਹੀਂ ਕਰ ਦਿੱਤਾ। ਜੇ ਗੱਲ ਚੱਲ ਪਈ ਆ ਤਾਂ ਦੂਰ ਤੱਕ ਜਾਊਗੀ, ਪਰ ਦੋ ਜਿਹੜੀ ਦੋ ਵਾਲੀ ਰੈਲੀ ਆ ਉਹਦੇ ਤੋਂ ਤੁਹਾਨੂੰ ਕੋਈ ਆਸ ਜਾਪਦੀ ਆ ਕਿ ਕੋਈ ਅੱਗੇ ਪਿੱਛੇ ਹੋਊਗਾ ਕੁਛ, ਜਾਂ ਫਿਰ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਭਾਜਪਾ ਨੇ ਆਪਣਾ ਫਾਇਦਾ ਕੱਢ ਲਿਆ, ਸਾਰਿਆਂ ਕੋਲੋਂ ਹਮਾਇਤ ਵੀ ਲੈ ਲਈ ਅਤੇ ਅਜੇ ਕਲੀਅਰ ਇਹ ਵੀ ਨਹੀਂ ਕੀਤਾ ਵੀ ਆਪਾਂ ਕਿਹਨੂੰ ਥਾਪੜਾ ਦੇਣਾ, ਉਹਦਾ ਕਰਕੇ ਅਜੇ ਕੁਛ ਨਹੀਂ ਕਲੀਅਰ ਹੋਊਗਾ। ਫਿਰ ਦੇਖੋ, ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਰਣਨੀਤੀ ਹੈ ਨਾ ਉਹ ਬਹੁਤ ਲੰਬੇ ਸਮੇਂ ਤੋਂ ਇਹੀ ਰਹੀ ਹੈ ਕਿ ਜਦੋਂ ਵੀ ਕਦੇ ਸੰਕਟ ਆਉਂਦਾ, ਜਦੋਂ ਵੀ ਲੋਕਾਂ ਦੇ ਵਿੱਚ ਕਦੇ ਇਹ ਗੱਲ ਚੱਲਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਧੱਕਾ ਲੱਗ ਗਿਆ ਜੀ, ਸ਼੍ਰੋਮਣੀ ਅਕਾਲੀ ਦਲ ਜਿਹੜਾ ਸਿਆਸੀ ਤੌਰ 'ਤੇ ਨੁਕਸਾਨਿਆ ਗਿਆ ਜੀ, ਉਦੋਂ ਅਕਾਲੀ ਦਲ ਕੋਈ ਵੱਡਾ ਪਟਾਕਾ ਵਾ ਜਿਹੜਾ ਉਹ ਚਲਾਉਂਦਾ। ਹੁਣ ਤੁਸੀਂ ਦੇਖੋ ਕਿਸੇ ਬੰਦੇ ਦੇ ਬਾਰੇ ਇਹ ਗੱਲ ਆਵੇ ਜੀ ਉਹਦੀ ਤਾਂ ਦੁਕਾਨ ਨਹੀਂ ਹੁਣ ਚੱਲਦੀ, ਉਹਦੀ ਤਾਂ ਖੇਤੀਬਾੜੀ ਵੀ ਐਨੂੰ ਹੋ ਗਈ, ਉਹ ਤਾਂ ਹੁਣ ਕਰਜ਼ੇ ਦੇ ਥੱਲੇ ਦੱਬ ਗਿਆ, ਅਚਾਨਕ ਉਹ ਕੋਠੀ ਪਾਉਣੀ ਸ਼ੁਰੂ ਕਰ ਦੇਵੇ, ਅਚਾਨਕ ਉਹਦਾ ਨਿੱਕਾ ਨਿਆਣਾ ਕਿਸੇ ਚੰਗੇ ਮੁਲਕ ਦੇ ਵਿੱਚ ਐਡਜਸਟ ਹੋ ਜਾਏ, ਕਿਸੇ ਚੰਗੀ ਨੌਕਰੀ 'ਤੇ ਲੱਗ ਜਾਏ, ਤਾਂ ਲੋਕਾਂ 'ਚ ਫਿਰ ਭਾਵਨਾ ਜਾਂਦੀ ਨਾ ਨਹੀਂ ਵੀ ਨਹੀਂ ਉਹ ਖੜਾ ਹੋ ਗਿਆ, ਕਾਇਮ ਆ ਵੀ ਉਹ ਤਾਂ ਗੱਲਾਂ ਗਲਤ ਜਿਹੀਆਂ ਸੀ, ਉਹਨੇ ਤਾਂ ਪਤਾ ਨਹੀਂ ਐਡਜਸਟਮੈਂਟ ਜਿਹੜੀ ਆਪਣੀ ਦੁਬਾਰਾ ਕਰ ਲਈ। ਹੁਣ ਅਕਾਲੀ ਦਲ, ਯਾਦ ਹੋਏਗਾ ਤੁਹਾਨੂੰ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ 97 ਦੇ ਵਿੱਚ ਇਹਨਾਂ ਦੀ ਬਾਦਲ ਸਾਹਿਬ ਦੀ ਸਰਕਾਰ ਤੋਂ ਬਾਅਦ 2002 ਦੇ ਵਿੱਚ ਮੁੱਖ ਮੰਤਰੀ ਬਣਿਆ ਤਾਂ ਅਕਾਲੀ ਦਲ ਨੇ ਵੱਡੀਆਂ ਰੈਲੀਆਂ ਕੀਤੀਆਂ ਸੀ। ਅਕਾਲੀ ਦਲ ਦੀਆਂ ਕਈ ਰੈਲੀਆਂ ਲੋਕਾਂ ਨੂੰ ਬੜੀਆਂ ਯਾਦ ਨੇ, ਕਦੇ ਮੋਗੇ ਦੇ ਵਿੱਚ, ਕਦੇ ਕਿਸੇ ਪਾਸੇ। ਹੁਣ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੇ ਮੁੱਦੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇੱਕ ਮੁਹਿੰਮ ਚੱਲੀ ਸੀ, ਉਹਦੇ ਤੋਂ ਬਾਅਦ ਵੀ ਅਕਾਲੀ ਦਲ ਨੇ ਵੱਡੀਆਂ ਰੈਲੀਆਂ ਕੀਤੀਆਂ। ਜਦੋਂ ਵੀ ਕਦੇ ਅਕਾਲੀ ਦਲ ਸਿਆਸੀ ਤੌਰ ਦੇ ਉੱਤੇ ਥੋੜ੍ਹਾ ਜਿਹਾ ਨਿਘਾਰਦਿਆਂ ਨੂੰ ਜਾਂਦਾ ਤੇ ਉਦੋਂ ਬਹੁਤ ਵੱਡੀ ਰੈਲੀ ਕਰਕੇ ਹੇਠਲੇ ਪੱਧਰ ਤੇ ਵਰਕਰਾਂ ਨੂੰ ਇਕੱਠੇ ਕਰਕੇ ਅਗਲੇ ਸੰਕੇਤ ਦਿੰਦੇ ਆ ਕਿ ਭਾਈ ਅਸੀਂ ਅਜੇ ਤੱਕ ਬਹੁਤ ਮਜ਼ਬੂਤ ਆ। ਉਹਦੇ ਦੋ ਤਿੰਨ ਲਾਹੇ ਹੁੰਦੇ ਆ, ਇੱਕ ਤਾਂ ਸਾਰੇ ਪੰਜਾਬ 'ਚੋਂ ਵਰਕਰ ਇਕੱਠੇ ਕਰਕੇ ਲਿਆਉਂਦੇ ਆ, ਤੇ ਜਦੋਂ ਵਰਕਰ ਇਹ ਸੋਚਦਾ ਨਾ ਤੇ ਪਿੰਡ ਆ ਕੇ ਦੱਸਦਾ ਸਾਡੀ ਗੱਡੀ ਤਾਂ 5 ਕਿਲੋਮੀਟਰ ਪਰੇ ਡੱਕੀ ਗਈ, ਅਸੀਂ ਤਾਂ ਜਦੋਂ ਤੱਕ ਉੱਥੇ ਪਹੁੰਚੇ ਉਦੋਂ ਤਾਂ ਬਾਦਲ ਸਾਹਿਬ ਨੇ ਭਾਸ਼ਣ ਵੀ ਦੇ ਦਿੱਤਾ ਸੀ, ਅਸੀਂ ਤਾਂ ਬਸ ਗਏ ਹਾਂ, ਰਸ਼ ਹੀ ਇੰਨਾ ਸੀ, ਅਸੀਂ ਕਿਹਾ ਚਲੋ ਭਰਾਵਾ ਮੁੜ ਕੇ ਗੱਡੀ ਫਿਰ ਫਸ ਜਾਣੀ ਹੈ। ਉਹਦੇ ਨਾਲ ਇੱਕ ਤਾਂ ਉਸ ਵਰਕਰ ਨੂੰ ਇਹ ਲੱਗਦਾ ਕਿ ਅਕਾਲੀ ਦਲ ਦੇ ਪਿੱਛੇ ਬੰਦੇ ਬਹੁਤ ਆ, ਦੂਸਰਾ ਜਿਨ੍ਹਾਂ ਜਿਨ੍ਹਾਂ ਨੂੰ ਆਣ ਕੇ ਉਹ ਵਰਕਰ ਦੱਸਦਾ ਕਿ ਭਾਈ ਉੱਥੇ ਤਾਂ ਇਕੱਠ ਬੜਾ ਸੀ, ਉਹਦੇ ਮਨ ਦੇ ਉੱਤੇ ਵੀ ਪ੍ਰਭਾਵ ਪੈਂਦਾ ਕਿਉਂਕਿ ਕੋਈ ਬੰਦਾ ਗੁੱਸਾ ਨਾ ਕਰੇ, ਅਸੀਂ ਅਜੇ ਤੱਕ ਵੀ ਕਿਤੇ ਨਾ ਕਿਤੇ ਉਹ ਮਾਨਸਿਕਤਾ ਕੁਝ ਹੱਦ ਤੱਕ ਲੈ ਕੇ ਤੁਰਦੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਕੋਈ ਲੀਡਰ ਵੋਟਾਂ ਮੰਗਣ ਆਇਆ, ਉਹਦੇ ਨਾਲ ਤਾਂ 25-30 ਬੰਦੇ ਸੀ, ਉਹ ਤਾਂ 8-10 ਕਾਰਾਂ ਦੇ ਵਿੱਚ ਆਏ, ਉਹਦੇ ਨਾਲ ਤਾਂ ਬੰਦੇ ਬੜੇ ਸੀ, ਉਹਦਾ ਭਾਰ ਮੈਨੂੰ ਥੋੜ੍ਹਾ ਜਿਹਾ ਵੱਧ ਲੱਗਦਾ। ਅਤੇ ਜਦੋਂ ਅਸੀਂ ਪਿੰਡ ਦੇ ਵਿੱਚ ਵੋਟਾਂ ਮੰਗਣ ਆਏ, ਲੀਡਰ ਦੀ ਜਿਹੜੀ ਕਾਬਲੀਅਤ ਨੂੰ ਅੱਗੇ ਰੱਖਣ ਦੀ ਥਾਂ ਉਹਦੇ ਨਾਲ ਆਏ ਲੋਕਾਂ ਦੀ ਗਿਣਤੀ ਨੂੰ ਅੱਗੇ ਰੱਖਦੇ ਹਾਂ ਨਾ, ਤਾਂ ਅਕਾਲੀ ਦਲ ਜਾਂ ਪੰਜਾਬ ਦੀਆਂ ਸਿਆਸੀ ਧਿਰਾਂ ਜਿਹੜੀਆਂ ਇਹ ਫਿਰ ਚੰਗੇ ਤਰੀਕੇ ਸਮਝਦੀਆਂ ਕਿ ਆਪਣੇ ਆਪ ਦੀ ਜਿਹੜੀ ਇਸ ਲਈ ਹਾਨੀ ਹੋਈ ਹੈ ਉਹਨੂੰ ਲਾਭ ਦੇ ਵਿੱਚ ਤਬਦੀਲ ਕਿਵੇਂ ਕਰਨਾ। ਹੁਣ ਦੇਖੋ ਸੰਗਰੂਰ 'ਚ ਅਕਾਲੀ ਦਲ ਨੇ ਇਕੱਠ ਕਰਨਾ, ਡਿਊਟੀ ਕਿਹਦੀ ਲੱਗੀ ਆ? ਪ੍ਰੇਮ ਸਿੰਘ ਚੰਦੂਮਾਜਰਾ ਸਾਹਿਬ, ਮਹੇਸ਼ਇੰਦਰ ਸਿੰਘ ਗਰੇਵਾਲ ਸਾਹਿਬ, ਜਨਮੇਜਾ ਸਿੰਘ ਸੇਖੋਂ ਸਾਹਿਬ, ਸਿਕੰਦਰ ਸਿੰਘ ਮਲੂਕਾ ਸਾਹਿਬ, ਇਹ ਚਾਰ ਬੰਦੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਗਰੂਰ ਤੇ ਬਰਨਾਲੇ ਜ਼ਿਲ੍ਹਿਆਂ 'ਚ ਲੱਗੇ ਹੋ ਆ। ਜਿਹੜੇ ਬੰਦੇ ਪਰਮਿੰਦਰ ਸਿੰਘ ਢੀਂਡਸਾ ਅਤੇ ਸੁਖਦੇਵ ਸਿੰਘ ਢੀਂਡਸਾ ਦੀਆਂ ਮੀਟਿੰਗਾਂ 'ਚ ਜਾਂਦੇ ਆ, ਇਕੱਠਾਂ 'ਚ ਜਾਂਦੇ ਆ, ਉਹਨਾਂ ਨੂੰ ਨਾਲ ਤੁਰਨ ਦਾ ਯਤਨ ਕੀਤਾ ਜਾ ਰਿਹਾ। ਜਿਹੜੇ ਅਜੇ ਤੱਕ ਨਹੀਂ ਗਏ ਉਹਨਾਂ ਨੂੰ ਪੱਕਿਆਂ ਕੀਤਾ ਜਾ ਰਿਹਾ ਕਿ ਤੁਸੀਂ ਪਾਰਟੀ ਦੇ ਨਾਲ ਰਹੋ, ਤੁਹਾਨੂੰ ਅਸੀਂ ਵੱਡੇ ਲੀਡਰ ਬਣਾਵਾਂਗੇ। ਪਿੰਡ ਪਿੰਡ ਦੇ ਵਿੱਚ ਜਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਕਿ ਤੁਸੀਂ ਇਕੱਠ 'ਚ ਆਇਓ। ਲੋਕ ਤਾਂ ਸਾਰੇ ਪੰਜਾਬ 'ਚੋਂ ਆਉਣੇ ਆ, ਅਕਾਲੀ ਦਲ ਦਾ ਸਰਗਰਮ ਵਰਕਰ ਤਾਂ ਸਾਰੇ ਪੰਜਾਬ 'ਚੋਂ ਆਓ, ਇਕੱਠ ਵੀ ਵੱਡਾ ਹੋ ਜਾਣਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਕੋਈ ਬੰਦਾ ਇੱਦਾਂ ਨਾ ਸੋਚੇ ਕਿ ਅਕਾਲੀ ਦਲ ਦੀ ਰੈਲੀ ਵਧੀਆ ਨਹੀਂ ਹੋਣੀ, ਵਧੀਆ ਹੋਏਗੀ। ਇੱਕ ਤਾਂ ਉਹਦੇ ਨਾਲ
ਸਾਰੇ ਪੰਜਾਬ ਦੇ ਅਕਾਲੀ ਦਲ ਦੇ ਵਰਕਰਾਂ ਤੇ ਲੀਡਰਾਂ ਨੂੰ ਅਕਾਲੀ ਦਲ ਨੇ ਇਹ ਸੰਕੇਤ ਦੇਣ ਦਾ ਯਤਨ ਕਰਨਾ ਕਿ ਦੇਖਿਆ ਢੀਂਡਸਿਆਂ ਦੇ ਆਪਦੇ ਜ਼ਿਲ੍ਹੇ 'ਚ ਵੀ ਬੰਦੇ ਉਹਨਾਂ ਦੇ ਨਾਲ ਨਹੀਂ ਹੈਗੇ ਅਤੇ ਜਿਹੜੇ ਅਜੇ ਤੱਕ ਸੋਚਦੇ ਆ ਕਿ ਪਾਰਟੀ 'ਚ ਰਹੀਏ ਕਿ ਢੀਂਡਸਿਆਂ ਨਾਲ ਤੁਰ ਪਈਏ ਉਹ ਬੰਦਿਆਂ ਦੇ ਮਨਾਂ ਦੇ ਵਿੱਚ ਇੱਕ ਵਾਰੀ ਪ੍ਰਭਾਵ ਜਾਊਗਾ ਕਿ ਨਹੀਂ ਭਾਈ ਪਾਰਟੀ 'ਚ ਹੀ ਰਹਿੰਦੇ ਹਾਂ। ਦੂਸਰਾ ਇਹਦੇ ਨਾਲ ਜਿਹੜੇ ਬੰਦੇ ਅਜੇ ਤੱਕ ਢੀਂਡਸਾ ਪਰਿਵਾਰ ਦੇ ਨਾਲ ਤੁਰੇ ਵੀ ਹੈ ਉਹਨਾਂ ਦੇ ਮਨ ਦੇ ਵਿੱਚ ਵੀ ਇੱਕ ਵਾਰੀ ਸਵਾਲ ਖੜਾ ਹੋ ਜਾਊਗਾ ਕਿ ਭਾਈ ਪਾਰਟੀ ਨੇ ਤਾਂ ਏਡਾ ਵੱਡਾ ਇਕੱਠ ਕਰ ਲਿਆ ਅਤੇ ਸਾਡੇ ਘਰ 'ਤੇ ਬੰਦਾ 700-800 ਮਸੀਂ ਆਉਂਦਾ। ਸੋ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਪਰਿਵਾਰ ਦੇ ਘਰ ਦੇ ਮੂਹਰੇ ਰੈਲੀ ਕਰਕੇ ਇਹ ਸੰਕੇਤ ਸਾਰੇ ਪੰਜਾਬ ਨੂੰ ਦੇਣ ਦਾ ਯਤਨ ਕਰ ਰਿਹਾ ਕਿ ਇੱਥੇ ਤਾਂ ਡੌੜਾ ਸਾਹਿਬ ਵੀ ਗਿਆ ਸੀ ਕੀ ਫਰਕ ਪੈ ਗਿਆ, ਇੱਥੇ ਤਾਂ ਬਰਨਾਲਾ ਪਰਿਵਾਰ ਵੀ ਗਿਆ ਸੀ ਕੀ ਫਰਕ ਪੈ ਗਿਆ, ਇੱਥੇ ਤਾਂ ਕਪਤਾਨ ਸਾਹਿਬ ਵੀ ਗਿਆ ਸੀ ਕੀ ਫਰਕ ਪੈ ਗਿਆ, ਅਸੀਂ ਖਲੋਤੇ ਹਾਂ। ਬਾਠ ਸਾਹਿਬ ਇਹ ਨਾ ਸਾਰੇ ਕੁਛ ਤੋਂ ਚਲੋ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਵੀ ਜਿਹੜੀ ਸਿਆਸਤ ਜਿਹੜੀ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਕਰਦਾ ਆਉਂਦਾ ਉਹੀ ਉਹਨਾਂ ਨੇ ਹੁਣ ਕਰਨੀ ਆ। ਇੱਕ ਤੁਹਾਡੀਆਂ ਗੱਲਾਂ ਤੋਂ ਮੈਨੂੰ ਇਹ ਵੀ ਲੱਗਦਾ ਕਿ ਵੀ ਇਹਦੇ 'ਚ ਇੱਕ ਚੀਜ਼ ਹੋਰ ਹੋ ਜਾਣੀ ਆ, ਉਹ ਇਹ ਹੋ ਜਾਣੀ ਆ ਕਿ ਜਿਹੜੇ ਉੱਥੋਂ ਦੇ ਲੋਕਲ ਲੀਡਰ ਨੇ ਉਹਨਾਂ ਨੂੰ ਇਹ ਵਿਖਾਉਣ ਦੇ ਵਿੱਚ ਕਾਮਯਾਬ ਹੋ ਜਾਣਾ ਉਹਨਾਂ ਨੇ ਕਿ ਕੁਰਸੀਆਂ ਖਾਲੀ ਹੋ ਗਈਆਂ, ਉਹ ਕੁਰਸੀਆਂ ਖਾਲੀ ਹੋ ਗਈਆਂ, ਬੰਦੇ ਲਿਆਓ ਉੱਥੇ ਫੋਟੋ ਖਿਚਾ ਕੇ ਹਾਜ਼ਰੀ ਲਵਾਓ, ਸਾਨੂੰ ਦੱਸੋ ਕਿ ਤੁਹਾਡੇ ਮਗਰ ਕਿੰਨੀਆਂ ਬੱਸਾਂ, ਤੁਸੀਂ ਕਿੰਨੀਆਂ ਗੱਡੀਆਂ ਲੈ ਕੇ ਆਏ, ਕਿੰਨੇ ਬੰਦੇ ਝੰਡੀਆਂ ਫੜ ਕੇ ਤੁਹਾਡੇ ਨਾਲ ਫੋਟੋ ਖਿਚਾਉਣ ਵਾਲੇ ਸੀ, ਅਤੇ ਫਿਰ ਅਸੀਂ ਤੁਹਾਡਾ ਨਾਂ ਲਿਖਾਂਗੇ ਡੈਰੀ 'ਤੇ ਕਿ ਆਉਣ ਵਾਲੇ ਸਮੇਂ 'ਚ ਆਹ ਬੰਦਾ ਫਲਾਨੀ ਕੁਰਸੀ 'ਤੇ ਲਾਇਕ ਆ। ਇਹ ਵੀ ਤਾਂ ਇੱਕ ਹੈ ਨਾ ਕੰਮ, ਜਿੱਦਾਂ ਨਹੀਂ ਹੁੰਦਾ ਵੀ ਨਿਆਣੇ ਦੇ ਪੇਪਰ ਹੋਣੇ ਹੁੰਦੇ ਅਤੇ ਉਸ ਤੋਂ ਬਾਅਦ ਪਤਾ ਲੱਗਣਾ ਵੀ ਕਿਹੜਾ ਕਿਹੜਾ ਅਗਲੀ ਕਲਾਸ 'ਚ ਜਾਊਗਾ ਅਤੇ ਕਿਹੜਾ ਕਿਹੜਾ ਰਹਿ ਜੂਗਾ ਬਈ। ਦੇਖੋ ਸੰਧਾਲੀਆ ਸਾਹਿਬ, ਮੈਂ ਤਾਂ ਚਲੋ ਸ਼ੁਰੂ ਤੋਂ ਹੀ ਕਬੱਡੀ ਦਾ ਪਲੇਅਰ ਹਾਂ, ਪਰ ਵਿੱਚ ਵਿਚਾਲੇ ਤੁਹਾਨੂੰ ਵੀ ਮੈਂ ਕਦੇ ਕਦੇ ਲੈ ਜਾਂਦਾ ਹੁੰਦਾ ਸੀ ਕਿ ਆ ਜਾਓ ਭਾਈ ਬੰਦਾ ਘੱਟਦਾ। ਜੀ ਹੁਣ ਟੂਰਨਾਮੈਂਟ ਤੁਸੀਂ ਵੀ ਬੜੇ ਦੇਖੇ, ਉੱਥੇ ਨਾ ਹਾਲਾਤ ਕੀ ਹੁੰਦੇ ਆ, ਜਦੋਂ ਤਾਂ ਮੰਤਰੀ ਸਾਹਿਬ ਨੇ ਆਉਣਾ ਹੁੰਦਾ ਅਤੇ ਉਦੋਂ ਜਿਹੜਾ ਪਿੰਡ ਦਾ ਨੁਮਾਇੰਦਾ ਹੁੰਦਾ ਜਾਂ ਉਸ ਬਲਾਕ ਦਾ ਨੁਮਾਇੰਦਾ ਹੁੰਦਾ ਪਾਰਟੀ ਦਾ, ਉਹ ਮੁਰਲੀ ਕੁਰਸੀ 'ਤੇ ਬਹਿੰਦਾ ਅਤੇ ਉਹਦੀ ਕੋਸ਼ਿਸ਼ ਹੁੰਦੀ ਆ ਕਿ ਭਾਈ ਆ ਕੁਰਸੀਆਂ ਜਿਹੜੀਆਂ ਚਾਰ ਮੇਰੇ ਨਾਲ ਦੀਆਂ ਖਾਲੀ ਰਹਿਣ ਕਿਉਂਕਿ ਮੰਤਰੀ ਸਾਹਿਬ ਨੂੰ ਮੈਂ ਇੱਥੇ ਬਿਠਾਉਣਾ, ਤਿੰਨ ਬੰਦੇ ਨਾਲ ਵੀ ਬਿਠਾਉਣੇ ਆ। ਜਦੋਂ ਮੰਤਰੀ ਸਾਹਿਬ ਆ ਜਾਂਦੇ ਆ, ਹੋਰ ਉਹ ਕਿਸੇ ਨੂੰ ਨਹੀਂ ਪੁੱਛਦਾ, ਨਾਲ ਨਾਲ ਖਲੋਣਾ ਫੋਟੋ ਖਿਚਾਉਣੀਆਂ, ਇਹ ਵੀ ਕਹਿਣਾ ਕਿ ਮੰਤਰੀ ਸਾਹਿਬ ਆ ਵੀ ਕਰਤਾ ਵੀ ਕਰਤਾ ਵੀ ਆਪਣੀ ਪਾਰਟੀ ਦੇ ਬੰਦੇ ਆ, ਦੇਖੋ ਕਿੰਨੀਆਂ ਵੋਟਾਂ ਪਾਈਆਂ। ਪਰ ਜਦ ਮੰਤਰੀ ਸਾਹਿਬ ਨੇ 15 ਨਹੀਂ 20 ਮਿੰਟ ਅੱਧਾ ਘੰਟਾ ਬੜੀ ਹੱਦ ਘੰਟਾ ਇੱਕ ਰੁਕਣਾ ਅਤੇ ਜਦੋਂ ਮੰਤਰੀ ਸਾਹਿਬ ਨੇ ਚਲੇ ਜਾਣਾ, ਸਾਰਾ ਸਿਆਸੀ ਤੌਰ 'ਤੇ ਲਾਣਾ ਵੀ ਨਾਲ ਹੀ ਚਲੇ ਜਾਣਾ, ਉਹ ਪਿੰਡ ਵਾਲਾ ਨੁਮਾਇੰਦਾ ਵੀ ਉੱਥੇ ਬੈਠਾ ਹੁੰਦਾ ਸਟੇਜ 'ਤੇ, ਨਾਲ ਬਲਾਕ ਵਾਲਾ ਪ੍ਰਧਾਨ ਵੀ ਬੈਠਾ ਹੁੰਦਾ, ਉਹ ਫਿਰ ਆਲੇ ਦੁਆਲੇ ਲੱਭਦੇ ਆ, ਅੱਛਾ ਪਿੰਡ ਉਹ ਲੰਬੜਦਾਰ ਕਿੱਥੇ ਆ ਯਾਰ, ਉੱਪਰ ਬਿਠਾਈਏ ਅਸੀਂ ਤਾਂ ਦੋ ਜਣੇ ਤਾਂ ਚੰਗੇ ਲੱਗਦੇ, 5-7 ਬੰਦੇ ਤਾਂ ਹੁਣ ਉਹ ਜਦੋਂ ਸਿਆਸੀ ਤੌਰ 'ਤੇ ਬਹੁਤਾ ਪ੍ਰਣਾਲੇ ਤਾਂ ਸੰਗਰੂਰ ਵਾਲਾ ਲਾਣਾ ਜਿਹੜਾ ਉਹ ਸੱਜੇ ਖੱਬੇ ਹੋ ਗਿਆ ਅਤੇ ਹੁਣ ਵਾਜਾਂ ਤਾਂ ਅਗਲਿਆਂ ਨੇ ਮਾਰ ਰਹੀਆਂ ਹੀ ਆ ਕਿ ਭਾਈ ਕੁਰਸੀ ਖਾਲੀ ਪਈ ਆ, ਲੈ ਉਹ ਲੰਬੜਾ ਮੈਂ ਤੈਨੂੰ ਦੇਖਿਆ ਹੀ ਨਹੀਂ, ਤੂੰ ਯਾਰ ਥੱਲੇ ਬੈਠਾ, ਤੂੰ ਤਾਂ ਆਪਣਾ ਖਾਸ ਬੰਦਾ ਇੱਥੇ ਆ, ਉਹ ਲਿਆ ਲਿਆ ਕਾਜੂ ਵਾਲੀ ਪਲੇਟ ਲਿਆ, ਲੰਬੜਦਾਰ ਸਾਹਿਬ ਨੂੰ ਸਰਵ ਕਰੋ, ਹੁਣ ਇੱਦਾਂ ਹਾਕਾਂ ਪੈਣੀਆਂ ਕਿਹਨੂੰ ਕਿਹਨੂੰ ਸਿਆਸੀ ਕਾਜੂ ਸਵਾਦ ਲੱਗਦਾ ਹੈ, ਕਿਹਨੇ ਕਿਹਨੇ ਠੰਡੇ ਦਾ ਗਲਾਸ ਆ ਕੇ ਉੱਪਰ ਸਟੇਜ 'ਤੇ ਫੜਨਾ। ਇਹ 2 ਤਰੀਕ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸੰਗਰੂਰ ਵਾਲੀ ਰੈਲੀ ਤੈਅ ਕਰੂ, ਅਤੇ ਸਵਾਲ ਇੱਕ ਹੋਰ ਵੀ ਬਹੁਤ ਵੱਡਾ, ਜੇ ਇਸ ਦਿਨ ਜਿਹੜਾ ਢੀਂਡਸਾ ਪਰਿਵਾਰ ਨੇ ਕੀਤਾ ਸੀ ਇਕੱਠ, ਉਧਰ ਉੱਥੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪੱਧਰੀ ਲੀਡਰ ਬੜੇ ਆਏ ਸੀ, ਹੁਣ ਇਹ ਵੀ ਗੱਲ ਸਾਬਿਤ ਹੋ ਜਾਊਗੀ ਕਿ ਜਿਹੜੇ ਲੀਡਰ ਢੀਂਡਸਾ ਪਰਿਵਾਰ ਦੇ ਇਕੱਠਾਂ 'ਚ ਭਾਰਤੀ ਜਨਤਾ ਪਾਰਟੀ ਦੇ ਆਉਂਦੇ ਆ, ਕੀ ਉਹਨਾਂ ਲੀਡਰਾਂ ਦੇ ਬਰਾਬਰ ਦੇ ਕੱਦਬੁੱਤ ਦੇ ਲੀਡਰ ਅਕਾਲੀ ਦਲ ਦੀ ਰੈਲੀ 'ਚ ਜਾਣਗੇ, ਅਤੇ ਜੇ ਨਹੀਂ ਜਾਂਦੇ ਤਾਂ ਫਿਰ ਇਹਦਾ ਮਤਲਬ ਆ ਕਿ ਪੰਜਾਬ ਦੇ ਸਿਆਸੀ ਸਮੀਕਰਨ ਕਿਸੇ ਹੋਰ ਪਾਸੇ ਨੂੰ ਬਦਲ ਵੀ ਸਕਦੇ ਆ। ਵੈਸੇ ਜੇ ਮੈਨੂੰ ਪੁੱਛੋ ਨਾ, ਤਾਂ ਮੈਨੂੰ ਲੱਗਦਾ ਵੀ ਹੁਣ ਨਾ ਤਾਂ ਇਹ 2 ਵਾਲੀ ਰੈਲੀ 'ਚ ਜਾਣੇ ਆ ਅਤੇ ਨਾ ਢੀਂਡਸਾ ਸਾਹਿਬ ਵਾਲੀ ਰੈਲੀ 'ਚ ਜਾਣੇ ਆ, ਕਿਉਂਕਿ ਉਹਨਾਂ ਦੇ ਜਿਹੜੇ ਨਵੇਂ ਨਵੇਂ ਪ੍ਰਧਾਨ ਬਣੇ ਆ ਨਾ ਅਸ਼ਵਨੀ ਜੀ, ਉਹਨਾਂ ਨੇ ਉਹਨਾਂ ਦੇ ਕੰਨ 'ਚ ਫੂਕ ਮਾਰੀ, ਉਹ ਕਹਿੰਦੇ ਵੀ ਮਿੱਤਰੋ ਗੱਲ ਇਹ ਆ ਵੀ ਜੇ ਤਾਂ ਤੁਹਾਨੂੰ ਲੱਗਦਾ ਵੀ 2022 ਦੇ ਵਿੱਚ ਕੋਈ ਝੰਡੀ ਵਾਲੀ ਕਾਰ ਲੈਣੀ ਆ, ਜੇ ਤੁਹਾਨੂੰ ਜਾਪਦਾ ਵੀ 4 ਬੰਦੇ ਤੁਹਾਨੂੰ ਕਹਿਣ ਵੀ ਮਹਾਰਾਜ ਆਪਣੀ ਸਰਕਾਰ ਆ ਕਰਾਓ ਫਿਰ ਕੋਈ ਕੰਮ, ਅਤੇ ਫਿਰ ਇਕੱਠੇ ਹੋ ਜਾਓ, ਫਿਰ ਐਵੇਂ ਇੱਧਰ ਉੱਧਰ ਖਿਲਰੇ ਨਾ ਫਿਰੋ। ਸੋ ਮੈਨੂੰ ਲੱਗਦਾ ਵੀ ਜੇ ਤਾਂ ਉਹਨਾਂ ਨੇ ਇਹ ਗੱਲ ਮੰਨ ਲਈ ਤਾਂ ਫਿਰ ਹੋ ਸਕਦਾ ਹੈ ਕਿ ਅਕਾਲੀ ਦਲ 'ਚ ਇੱਧਰ ਉੱਧਰ ਜਾ ਕੇ ਅਤੇ ਕਦੀ ਇਹਦੀ ਖੁਸ਼ਾਮਦ ਅਤੇ ਕਦੀ ਉਹਦੀ ਖੁਸ਼ਾਮਦ ਕਰਕੇ ਅਤੇ ਆਪਣਾ ਭਾਰ ਨਹੀਂ ਘਟਾਉਣਗੇ, ਹੁਣ ਉਹ ਇਕੱਠੇ ਰਹਿਣਗੇ। ਪਰ ਜਿਹੜਾ ਇਹ ਇਸ਼ਾਰਾ ਇੱਕ ਤਰ੍ਹਾਂ ਨਾਲ ਅਸ਼ਵਨੀ ਜੀ ਨੇ ਕੀਤਾ, ਉਹਦੇ ਤੋਂ ਕੀ ਜਾਪਦਾ ਵੀ ਭਾਜਪਾ ਦੇ ਵਿੱਚ ਵੀ ਭਾਵੇਂ ਅਜੇ ਕਿਤੇ ਢੱਕੀ ਰਿੱਝਦੀ ਹੋਵੇ, ਹੈਗੀ ਹੈ ਕੋਈ ਗੱਲ? ਦੇਖੋ ਭਾਰਤੀ ਜਨਤਾ ਪਾਰਟੀ ਨੇ ਨਾ ਬੰਦਾ ਕਿ ਬਹੁਤ ਸੋਚ ਸਮਝ ਕੇ ਚੁਣਿਆ, ਆਪਾਂ ਇਹ ਨਹੀਂ ਕਹਿੰਦੇ ਕਿ ਉਹਨਾਂ ਦੇ ਕੋਲ ਪੰਜਾਬ ਦੇ ਲਈ ਕੋਈ ਨੀਤੀ ਹੈ, ਕੋਈ ਵਿਜ਼ਨ ਹੈ, ਉਹਨਾਂ ਨੇ ਕਿਹੜੀ ਚੀਜ਼ ਜਿਹੜੀ ਹੈ ਉਹ ਦਰੁਸਤ ਕਰ ਦੇਣੀ। ਪਰ ਜੇ ਆਪਾਂ ਭਾਰਤੀ ਜਨਤਾ ਪਾਰਟੀ ਦੇ ਪੱਖ ਤੋਂ ਦੇਖੀਏ ਤਾਂ ਅਸ਼ਵਨੀ ਸ਼ਰਮਾ ਹੋਰੀ ਜਿੱਧਰਲੇ ਪਾਸੇ ਨੂੰ ਤੁਰ ਪਏ, ਉਹ ਰਸਤਾ ਸਿੱਧਾ 2022 ਨੂੰ ਜਾਂਦਾ। ਉਹ ਬੰਦਾ ਜਿੱਦਣ ਪ੍ਰਧਾਨ ਚੁਣਿਆ ਗਿਆ ਸੰਧਾਲੀਆ ਸਾਹਿਬ, ਉਸੇ ਦਿਨ ਪਠਾਨਕੋਟ ਵਾਲੇ ਅਸ਼ਵਨੀ ਸ਼ਰਮਾ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਚਾਪਲੂਸ ਪਸੰਦ ਨਹੀਂ, ਮੈਨੂੰ ਉਹ ਬੰਦੇ ਬਿਲਕੁਲ ਨਹੀਂ ਪਸੰਦ ਜਿਹੜੇ ਕਹਿਣ ਓਹੋ ਪ੍ਰਧਾਨ ਸਾਹਿਬ ਜਿਹੜੀ ਕੱਲ੍ਹ ਤੁਸੀਂ ਸਪੀਚ ਦਿੱਤੀ ਨਾ, ਜਿਹੜਾ ਕੱਲ੍ਹ ਤੁਸੀਂ ਭਾਸ਼ਣ ਦਿੱਤਾ, ਮੈਂ ਲੇਟ ਹੋ ਗਿਆ ਸੀ, ਮੈਂ ਤਾਂ ਪੰਡਾਲ ਦੇ ਪਿਛਲੇ ਪਾਸੇ ਤੁਰਿਆ ਆਉਂਦਾ ਸੀ, ਬੰਦੇ ਤੁਹਾਡੀ
ਦੂਸਰਾ ਉਹਨਾਂ ਨੇ ਵੀ ਕਿਹਾ ਸੀ ਕਿ ਸੋਸ਼ਲ ਮੀਡੀਆ ਦੇ ਬੁਖਾਰ 'ਚੋਂ ਬਾਹਰ ਨਿਕਲ ਕੇ ਆਪਾਂ ਘਰਾਂ ਦੇ ਕੁੰਡੇ ਖੜਕਾਈਏ। ਤੀਸਰਾ ਉਹ ਗਏ ਅੰਮ੍ਰਿਤਸਰ, ਅੰਮ੍ਰਿਤਸਰ ਜਾ ਕੇ ਉਹਨਾਂ ਨੇ ਕੀਤਾ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦਾ ਇਕੱਠ, ਵਰਕਰ ਸੱਦੇ ਸੈਂਕੜਿਆਂ ਦੀ ਗਿਣਤੀ 'ਚ, ਸਪੀਕਰ ਅਗਲਿਆਂ ਨੇ ਬਾਹਰ ਤਾਂ ਹੀ ਬੁਲਾਏ ਸੜਕਾਂ ਤੱਕ ਕਿ ਆਵਾਜ਼ ਜਾਵੇ। ਉਹ ਸਟੇਜ 'ਤੇ ਆਏ, ਆਣ ਕੇ ਕਹਿੰਦੇ ਕਿ ਪਹਿਲਾਂ ਤਾਂ ਆਹ ਜਿਹੜੇ ਸਪੀਕਰ ਅੰਦਰਲੇ ਚੱਲਦੇ ਰਹਿਣ ਦਿਓ, ਬਾਹਰਲੇ ਸਾਰੇ ਸਪੀਕਰ ਬੰਦ ਕਰੋ, ਬਾਹਰ ਆਵਾਜ਼ ਨਹੀਂ ਜਾਣੀ ਚਾਹੀਦੀ। ਅਤੇ ਨਾਲ ਦੀ ਨਾਲ ਉਹਨਾਂ ਨੇ ਕਹਿ ਦਿੱਤਾ, ਕਿਉਂਕਿ ਉਹਨਾਂ ਦੇ ਇੱਕ ਪਾਸੇ ਸਾਬਕਾ ਮੰਤਰੀ ਅਨਿਲ ਜੋਸ਼ੀ ਖੜ੍ਹੇ ਸੀ, ਦੂਸਰੇ ਪਾਸੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਖੜ੍ਹੇ ਸੀ, ਰਾਜ ਸਭਾ ਦੇ ਮੈਂਬਰ। ਅਤੇ ਇਹਨਾਂ ਦੋਵਾਂ ਬੰਦਿਆਂ ਦੇ ਬਾਰੇ ਜਾਣਿਆ ਜਾਂਦਾ ਕਿ ਜਿੰਨੀ ਦੇਰ ਸ਼ਵੇਤ ਮਲਿਕ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਸੂਬੇ ਦੇ ਪ੍ਰਧਾਨ ਰਹੇ ਆ, ਜੋਸ਼ੀ ਸਾਹਿਬ ਕਦੇ ਉਹਨਾਂ ਦੀ ਸਟੇਜ 'ਤੇ ਨਹੀਂ ਆਏ। ਅਤੇ ਜਦੋਂ ਜਦੋਂ ਜੋਸ਼ੀ ਸਾਹਿਬ ਪ੍ਰੋਗਰਾਮ ਰੱਖਦੇ ਸੀ, ਸ਼ਵੇਤ ਮਲਿਕ ਸਾਹਿਬ ਨੂੰ ਕੋਈ ਨਾ ਕੋਈ ਕੰਮ ਪੈ ਜਾਂਦਾ ਸੀ। ਹੁਣ ਜਦੋਂ ਉਹਨਾਂ ਨੂੰ ਕੰਮ ਪੈ ਜਾਂਦਾ ਸੀ, ਤਾਂ ਇਹਦੇ ਤੋਂ ਆਪਣੇ ਆਪ ਹੀ ਸਮਝ ਆਉਂਦੀ ਹੈ ਕਿ ਜੇ ਅੰਮ੍ਰਿਤਸਰ ਦੇ ਵਿੱਚ ਪ੍ਰਧਾਨ ਸੂਬੇ ਵਾਲਾ ਹੁੰਦਾ, ਉਹਦੇ ਬਾਵਜੂਦ ਵੀ ਪਾਰਟੀ ਦੇ ਵਿੱਚੋਂ ਧੜੇਬੰਦੀ ਜਿਹੜੀ ਸੱਜੇ ਖੱਬੇ ਨਹੀਂ ਹੁੰਦੀ, ਤਾਂ ਫਿਰ ਆਪਣੇ ਆਪ ਤੁਸੀਂ ਹਿਸਾਬ ਕਿਤਾਬ ਲਾ ਲਓ ਕਿ ਗੱਲ ਜਾਂਦੀ ਕਿੱਧਰ ਹੈ। ਅਸ਼ਵਨੀ ਸ਼ਰਮਾ ਨੇ ਉਸ ਮੀਟਿੰਗ ਦੇ ਵਿੱਚ ਇਹ ਗੱਲ ਕਲੀਅਰ ਕਰ ਦਿੱਤੀ, ਇਹ ਗੱਲ ਸਾਫ਼ ਕਰ ਦਿੱਤੀ ਕਿ ਜੇ ਤਾਂ ਤੁਸੀਂ ਲੜਨਾ, ਜੇ ਤੁਸੀਂ ਫਸਣਾ, ਭਾਰਤੀ ਜਨਤਾ ਪਾਰਟੀ ਦਾ ਕੱਖ ਨਹੀਂ ਬਣਨਾ, ਪਰ ਵਰਕਰ ਤੁਹਾਡੀਆਂ ਇਹਨਾਂ ਹਰਕਤਾਂ ਦੇ ਕਰਕੇ ਨਾਰਾਜ਼ ਹੁੰਦੇ ਆ, ਇੱਦਾਂ ਹੀ ਇਕੱਠੇ ਰਹੋ ਅਤੇ ਕੰਮ ਕਰੋ। ਹੁਣ ਲੜਾਈਆਂ ਕਲਾਈਆਂ ਛੱਡੋ, ਸਾਡੀਆਂ ਚੁਣੌਤੀਆਂ ਬਹੁਤ ਨੇ। ਹੁਣ ਉਹ ਬੰਦਾ ਜਿੱਥੇ ਜਾਂਦਾ ਜਾਂਦਿਆਂ ਸਭ ਤੋਂ ਪਹਿਲਾਂ ਸੁਨੇਹਾ ਇਹ ਦਿੰਦਾ, ਅਤੇ ਹੁਣ ਦੇਖਦੇ ਹਾਂ, ਕਿਉਂਕਿ ਸੰਧਾਲੀਆ ਸਾਹਿਬ ਤੁਹਾਨੂੰ ਯਾਦ ਹੋਣਾ 6-7 ਮਹੀਨੇ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰੋਗਰਾਮ ਸੀ, ਉੱਥੇ ਪੰਜਾਬ ਦੇ ਇੱਕ ਸਾਬਕਾ ਕੈਬਨਿਟ ਮੰਤਰੀ ਅਤੇ ਬੀਜੇਪੀ ਦੇ ਸਥਾਨਕ ਲੀਡਰ ਦੇ ਵੱਡੇ ਵੱਡੇ ਹੋਰਡਿੰਗ ਲੱਗੀ ਹੋਈ ਸੀ। ਉਦੋਂ ਫਿਰ ਜਦੋਂ ਦੇਖਿਆ ਸੂਬਾ ਪ੍ਰਧਾਨ ਸਾਹਿਬ ਨੇ, ਹਾਂ ਇਹਦੇ ਹੋਰਡਿੰਗ, ਨਾਲ ਹੀ ਮਾਰਿਆ ਇਸ਼ਾਰਾ ਅਤੇ ਹੋਰਡਿੰਗ ਮੁੱਦੇ ਪਾਤੇ। ਅਤੇ ਜੇ ਤਾਂ ਭਾਰਤੀ ਜਨਤਾ ਪਾਰਟੀ ਨੇ 2022 'ਚ ਆਪ ਮੁੱਦੇ ਪੈਣਾ, ਇੱਦਾਂ ਦੇ ਕੰਮ ਕਰਦੀ ਰਹੇ, ਅਤੇ ਜੇ ਪੈਰਾਂ 'ਤੇ ਖਲੋਣਾ ਤਾਂ ਅਸ਼ਵਨੀ ਸ਼ਰਮਾ ਦੀ ਗੱਲ ਮੰਨਣੀ ਪਊਗੀ। ਚਲੋ ਇਹ ਤਾਂ ਹੁਣ ਭਾਰਤੀ ਜਨਤਾ ਪਾਰਟੀ ਵੇਖੇ ਉਹਨਾਂ ਦਾ ਵੇਖੇ ਕੰਮ, ਕਿਉਂਕਿ ਜੇ ਤਾਂ 2022 ਦੇ ਵਿੱਚ ਉਹਨਾਂ ਨੇ ਕੁਛ ਨਾ ਕੁਛ ਕਰਨਾ, ਕਿਉਂਕਿ ਹੁਣ ਤਾਂ ਜਿਸ ਹਿਸਾਬ ਨਾਲ ਦਿੱਲੀ ਦੇ ਵਿੱਚ ਜਾ ਕੇ ਅਤੇ ਸਾਰੇ ਬੰਦੇ ਗੋਡੀਆਂ ਹੱਥ ਲਵਾ ਲਏ ਬੰਦਿਆਂ ਕੋਲੋਂ, ਅਤੇ ਉਹਨਾਂ ਆਖਿਆ ਵੀ ਨਾ ਜੀ ਜਿੱਦਾਂ ਤੁਸੀਂ ਕਹੋਗੇ ਆਪਾਂ ਉੱਦਾਂ ਹੀ ਕਰਾਂਗੇ। ਉਹ ਤੋਂ ਤਾਂ ਇਹ ਗੱਲ ਜਾਪਦੀ ਹੈ ਕਿ ਵੀ ਉਹਨਾਂ ਦਾ ਹੁਣ ਜਿਹੜੀ ਗੱਲ ਕਹਿਣਗੇ ਹਰੇਕ ਨੇ ਮੰਨ ਲੈਣੀ ਆ, ਪਰ ਇਹ ਹੁਣ ਉਹਨਾਂ 'ਤੇ ਨਿਰਭਰ ਕਰਦਾ ਵੀ ਕਿੰਨੇ ਕੁ ਇਕੱਠੇ ਹੋ ਕੇ ਉਹ ਕੰਮ ਕਰਦੇ ਆ। ਦੂਜੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਬਾਠ ਸਾਹਿਬ, ਉਹ ਇਹ ਆ ਕਿ ਵੀ SGPC ਇਲੈਕਸ਼ਨਾਂ ਦੀ ਗੱਲ ਜਿਹੜੀ ਉਹ ਤੁਰਨ ਲੱਗ ਪਈ, ਕਿਉਂਕਿ ਜਾਖੜ ਸਾਹਿਬ ਨੇ ਜਿੱਦਾਂ ਜਿਹੜੇ ਪੰਜਾਬ ਦੇ ਕਾਂਗਰਸ ਦੇ ਸੰਸਦ ਮੈਂਬਰ ਨੇ ਉਹਨਾਂ ਨੂੰ ਕਿਹਾ ਕਿ ਮਹਾਰਾਜ SGPC ਇਲੈਕਸ਼ਨਾਂ ਜਿਹੜੀਆਂ ਨੇ ਉਹਨਾਂ ਦੀ ਗੱਲ ਉੱਥੇ ਜਾ ਕੇ ਚਲਾਓ, ਉਹਨੂੰ ਕਿਵੇਂ ਦੇਖਦੇ ਹੋ? ਐਂ ਤਾਂ ਨਹੀਂ ਜਾਪਦਾ ਕਿਤੇ ਵੀ, ਕਿਉਂਕਿ ਉਹ ਹੈ ਤਾਂ ਸਿਆਸਤ, ਅਤੇ ਸਿਆਸਤ ਦੇ ਵਿੱਚ ਜਿਹੜਾ ਵਿਰੋਧੀ ਨੂੰ ਠੇਬੀ 'ਤੇ ਲਾਉਣੀ ਹੁੰਦੀ ਹੈ, ਕਿਉਂਕਿ ਅਕਾਲੀ ਦਲ ਇਸ ਵਕਤ ਜੇ ਥੋੜ੍ਹਾ ਬਹੁਤ ਥਿੜਕਿਆ ਜਿਹਾ ਲੱਗਦਾ ਅਤੇ ਉਸ ਮੌਕੇ 'ਤੇ ਕਾਂਗਰਸ ਪਾਰਟੀ ਨੂੰ ਵੀ ਲੱਗਾ ਹੋਵੇ ਵੀ ਯਾਰ ਚਲੋ ਜੇ ਇੱਧਰੋਂ ਚੌਕਾ ਵੱਜਦਾ ਤਾਂ ਮਾਰ ਕੇ ਵੇਖੀਏ। ਦੇਖੋ, ਜਿਸ ਘਰ ਦੇ ਵਿੱਚ ਨਿਆਣੇ ਅਜੇ ਨਿੱਕੇ ਹੁੰਦੇ ਆ ਉਹਨਾਂ ਨੂੰ ਕੋਈ ਨਹੀਂ ਕਹਿੰਦਾ, ਅਤੇ ਜਦੋਂ ਮੁੰਡਾ 30 ਸਾਲਾਂ ਤੋਂ ਟੱਪ ਜਾਵੇ, ਅਤੇ ਕਈ ਵਾਰੀ ਗੁਆਂਢੀ ਵੀ ਆਉਂਦੇ ਆ, ਗੁਆਂਢਣ ਲੱਸੀ ਲੈਣ ਆਉਂਦੀ ਆ, ਅੱਛਾ ਫਿਰ ਇਹਦਾ ਕੋਈ ਦੇਖਿਆ ਨਹੀਂ ਆ, ਭੋਲੂ ਜਿਹੜਾ ਹੁਣ ਵੱਡਾ ਹੋ ਗਿਆ ਤਾਂ ਵਿਆਹ ਕਰੋ, ਰਿਸ਼ਤੇਦਾਰ ਵੀ ਟੈਲੀਫੋਨ ਦੇ ਉੱਤੇ ਸੁੱਖ ਸੰਦ ਪੁੱਛ ਕੇ, ਅੱਛਾ ਫਿਰ ਕੋਈ ਸਾਕ ਸੂਕ ਹੋਇਆ ਕਿ ਨਹੀਂ ਹੋਇਆ। ਮਿਸਤਰੀ ਗੁਆਂਢੀਆਂ ਦਾ ਕੋਠਾ ਛੱਤ ਦਾ ਹੁੰਦਾ, ਅਤੇ ਜਦੋਂ ਫਿਰ ਪੈੜ ਕਰਨ ਦਾ ਵੇਲਾ ਆ ਜਾਂਦਾ, ਕੰਧ ਉੱਪਰ ਤੱਕ ਹੋ ਜਾਂਦੀ, ਅਤੇ ਉੱਧਰਲੇ ਪਾਸੇ ਨਾਲੇ ਕਾਂਡੀ ਦੇ ਨਾਲ ਉਹ ਸੀਮੈਂਟ ਉੱਪਰ ਨੂੰ ਕਰੀ ਜਾਊ, ਅਤੇ ਨਾਲੇ ਕਹੀ ਜਾਊਗਾ ਉਹ ਭੋਲੂ ਵੇ ਕਿੱਦਾਂ ਕਿਤੇ ਗੱਲ ਗੁੱਲ ਬਣੀ ਕਿ ਨਹੀਂ ਬਣੀ ਆ, ਤੇਰੇ ਨਾਲ ਦਿਆਂ ਦੇ ਤਾਂ ਜਵਾਕ ਵੀ ਸਕੂਲੇ ਜਾਣ ਲੱਗ ਪਿਆ। ਹੁਣ ਪਹਿਲਾਂ ਤਾਂ SGPC ਦੀ ਇਲੈਕਸ਼ਨ ਦੀ ਗੱਲ ਕੋਈ ਨਹੀਂ ਸੀ ਕਰਦਾ, ਪਰ ਪਿਛਲੇ 5-7 ਮਹੀਨਿਆਂ ਤੋਂ ਪੰਜਾਬ ਦੇ ਹਰ ਉਸ ਲੀਡਰ ਦੇ ਜ਼ੁਬਾਨ ਦੇ ਉੱਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਗੱਲ ਹੈ, ਜਿਹੜਾ ਲੀਡਰ ਪੰਥਕ ਸਫਾਂ ਦੇ ਵਿੱਚ ਵਿਚਰਦਾ। ਹੁਣ ਤਾਂ ਸਗੋਂ ਉਹਨਾਂ ਪਾਰਟੀਆਂ ਦੇ ਲੀਡਰਾਂ ਨੇ ਵੀ ਗੱਲ ਕਰਨੀ ਸ਼ੁਰੂ ਕਰਤੀ, ਜਿਹੜੀਆਂ ਪਾਰਟੀਆਂ ਕਹਿੰਦੀਆਂ ਕਿ ਅਸੀਂ ਕਿਸੇ ਵੀ ਧਾਰਮਿਕ ਚੋਣ ਦੇ ਵਿੱਚ ਹਿੱਸਾ ਹੀ ਨਹੀਂ ਲੈਂਦੇ। ਹੁਣ ਪਿਛਲੇ ਦਿਨਾਂ 'ਚ ਸੁਖਦੇਵ ਸਿੰਘ ਢੀਂਡਸਾ ਸਾਹਿਬ ਦਾ ਬਿਆਨ ਤੁਹਾਨੂੰ ਚੇਤੇ ਹੋਣਾ, ਉਹ ਕਹਿੰਦੇ ਸੀ ਮੈਂ ਕੇਂਦਰ ਸਰਕਾਰ ਦੇ ਹੋਮ ਮਿਨਿਸਟਰ ਨੂੰ ਮਿਲੂ, ਮੈਂ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਨੂੰ ਮਿਲੂ, ਮੈਂ ਜਾ ਕੇ ਬੇਨਤੀ ਕਰੂੰਗਾ ਜੀ 2011 ਦੀਆਂ ਚੋਣਾਂ ਹੋਈਆਂ, 16 ਚੁਣੀਆਂ ਚਾਹੀਦੀਆਂ ਸੀ, 4 ਉੱਪਰ ਹੋ ਗਏ, ਵੋਟਾਂ ਪਵਾਓ। ਉਧਰੋਂ ਪਾਸੇ ਟਕਸਾਲੀ ਅਕਾਲੀ ਦਲ ਦੇ ਸਾਰੇ ਲੀਡਰ, ਭਾਵੇਂ ਸੇਖਮਾ ਸਾਹਿਬ ਭਾਵੇਂ ਬ੍ਰਹਮਪੁਰਾ ਸਾਹਿਬ, ਸਿਹਤ ਬਹੁਤੀ ਠੀਕ ਨਹੀਂ, ਚਿੱਤ ਬਹੁਤਾ ਤਕੜਾ ਨਹੀਂ, ਢਿੱਲੇ ਢਿੱਲੇ ਰਹਿੰਦੇ ਆ ਬ੍ਰਹਮਪੁਰਾ ਸਾਹਿਬ, ਪਰ ਜਦੋਂ SGPC ਦਾ ਸਵਾਲ ਪੁੱਛੋ ਕਹਿੰਦੇ ਵੋਟਾਂ ਪੈਣੀਆਂ ਚਾਹੀਦੀਆਂ, ਸੇਖਮਾ ਸਾਹਿਬ ਵੀ ਕਹਿੰਦੇ ਆ, ਜਨਾਲਾ ਸਾਹਿਬ ਵੀ ਕਹਿੰਦੇ ਆ। ਇਹਦੇ ਨਾਲ ਨਾਲ ਹੁਣ ਤਾਂ ਸਾਫ਼ ਤੌਰ ਦੇ ਉੱਤੇ ਮਨਜੀਤ ਸਿੰਘ GK ਅਤੇ ਪਰਮਜੀਤ ਸਰਨਾ ਨੇ ਵੀ ਜ਼ਿਕਰ ਕਰਨਾ ਸ਼ੁਰੂ ਕਰਤਾ, ਪਰ ਜਿੱਦਣ ਜਾਖੜ ਸਾਹਿਬ ਨੇ ਗੱਲ ਕੀਤੀ, ਪੰਜਾਬ ਦੇ ਲੋਕਾਂ ਨੂੰ ਲੱਗਾ ਕਿ ਹੁਣ ਕੰਮ ਉੱਪਰ ਜਾਣਾ। ਜਾਖੜ ਸਾਹਿਬ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨੇ, ਉਹ ਕਹਿੰਦੇ ਕਿ ਮੈਂ ਕਾਂਗਰਸ ਦੇ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਕਦੇ ਪਾਰਲੀਮੈਂਟ ਦੇ ਅੰਦਰ, ਜਦੋਂ ਵੀ ਕਦੇ ਪਾਰਲੀਮੈਂਟ ਦੇ ਬਾਹਰ, ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਲਾਮਬੰਦੀ ਕਰਿਓ, ਦਬਾਅ ਪਾਇਓ, ਪ੍ਰੈਸ਼ਰ ਕ੍ਰੀਏਟ ਕਰਿਓ,
ਤਾਂ ਜੋ ਪੰਜਾਬ ਦੇ ਸਿੱਖ ਭਾਈਚਾਰੇ ਨੂੰ ਸ਼੍ਰੋਮਣੀ ਕਮੇਟੀ ਦੇ ਆਪਣੇ ਅਸਲ ਨੁਮਾਇੰਦੇ ਚੁਣਨ ਦਾ ਮੌਕਾ ਮਿਲ ਸਕੇ। ਹੁਣ ਜਾਖੜ ਸਾਹਿਬ ਕਿਉਂ ਕਹਿੰਦੇ ਆ? ਜਾਖੜ ਸਾਹਿਬ ਇਸ ਕਰਕੇ ਕਹਿੰਦੇ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਆਸੀ ਤੌਰ 'ਤੇ ਚੂਲਾਂ ਹਿੱਲਣੀਆਂ ਨਹੀਂ ਜਦੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤੇ ਮੈਂਬਰ ਇਹਨਾਂ ਦੇ ਜਿੱਤੇ ਹੋਏ ਆ। ਹੁਣ ਜਦੋਂ ਸਾਰੇ ਪਾਸਿਓਂ ਪ੍ਰੈਸ਼ਰ ਪੈਣ ਲੱਗ ਪਿਆ, ਭਾਰਤੀ ਜਨਤਾ ਪਾਰਟੀ ਦੇ ਨਾਲ ਵੀ ਪਹਿਲਾਂ ਵਾਲੀ ਗੱਲ ਨਹੀਂ, ਕਿਉਂਕਿ ਬੀਜੇਪੀ ਦੇ ਨਾਲ ਕਦੇ ਤਾਂ ਇੱਦਾਂ ਹੁੰਦਾ ਸੀ ਜਿਵੇਂ ਗੁਆਂਢਣ ਨੂੰ ਆ ਕੇ ਲੋੜਵੇ ਨਾ ਪਵੇ ਪੁੱਛਣ ਦੀ, ਤਾਂ ਚਾਟੀ ਦੇ ਵਿੱਚੋਂ ਆਪਣੇ ਡੋਲੂ 'ਚ ਲੱਸੀ ਆਪੇ ਹੀ ਪਾ ਲੈ, ਅਤੇ ਅੱਜ ਕੱਲ੍ਹ ਲੱਸੀ ਸਾਹਮਣੇ ਪਈ ਵੀ ਹੋਵੇ ਤਾਂ ਕਈ ਵਾਰੀ ਪੁੱਛਣ ਦੀ ਹਿੰਮਤ ਨਹੀਂ ਹੁੰਦੀ ਕਿ ਭਾਈ ਲੱਸੀ ਲੈਣੀ ਆ ਜਾਂ ਲੱਸੀ ਦੇਣੀ ਆ ਜਾਂ ਲੱਸੀ ਵਾਧੂ ਹੈਗੀ ਹੈ। ਅਤੇ ਜਦੋਂ ਬੀਜੇਪੀ ਨਾਲ ਵੀ ਹਾਲਾਤ ਇੱਦਾਂ ਦੇ ਹੈ ਤਾਂ ਕਿਸੇ ਵੇਲੇ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਢੋਲ 'ਤੇ ਡਗਾ ਲੱਗ ਸਕਦਾ। ਪਰ ਇਹਨਾਂ ਜ਼ਰੂਰ ਹੈ, ਚਲੋ ਸਿਆਸਤ ਹੈ, ਉਹਨਾਂ ਨੇ ਸਿਆਸਤ ਕਰਨੀ ਆ ਆਪਣੇ ਹਿਸਾਬ ਨਾਲ, ਉਹਨਾਂ ਨੂੰ ਲੱਗਦਾ ਹੋਊਗਾ ਕਿ ਇਹਦੇ 'ਚੋਂ ਸਾਨੂੰ ਕੋਈ ਲਾਹਾ ਹੋ ਸਕਦਾ। ਪਰ ਮੈਨੂੰ ਇਹ ਜਾਪਦਾ ਬਾਠ ਸਾਹਿਬ ਕਿ ਜੇ ਕਾਂਗਰਸ ਪਾਰਟੀ ਇਹੋ ਜਿਹੀ ਗੱਲ ਕਰੂਗੀ ਨਾ ਤਾਂ ਅਕਾਲੀ ਦਲ ਨੂੰ ਸਗੋਂ ਮੁੱਦਾ ਲੱਭ ਜਾਣਾ। ਉਹਨਾਂ ਨੇ ਕਹਿਣਾ ਵੀ ਆਹ ਦੇਖੋ ਇਹ ਹੈ ਉਹ ਕਾਂਗਰਸ ਪਾਰਟੀ ਜਿਹਨੇ ਦਰਬਾਰ ਸਾਹਿਬ 'ਤੇ, ਅਕਾਲ ਤਖ਼ਤ 'ਤੇ ਟੈਂਕ ਚਾੜੇ, ਤੋਪਾਂ ਚਾੜੀਆਂ, ਹਮਲਾ ਕੀਤਾ, ਢਾਇਆ, ਦਿੱਲੀ 'ਚ ਸਿੱਖਾਂ ਦੇ ਨਾਲ ਆਹ ਕੁਛ ਕੀਤਾ, ਅਤੇ ਇਹ ਜਿਹੜੀ ਜਮਾਤ ਆ ਇਹ ਸਿੱਖਾਂ ਦੀ ਦੁਸ਼ਮਣ ਹੈ, ਅਤੇ ਹੁਣ ਦੇਖੋ ਐਸ ਜੀ ਪੀ ਸੀ ਜਿਹੜੀ ਹੈ ਉਹਦੇ 'ਤੇ ਵੀ ਕਬਜ਼ਾ ਕਰਨਾ ਚਾਹੁੰਦੀ, ਇਹ ਡਾਇਲੋਗ ਆਉਣਾ। ਅਤੇ ਫਿਰ ਮੈਨੂੰ ਨਹੀਂ ਲੱਗਦਾ ਕਿ ਵੀ ਜਾਖੜ ਸਾਹਿਬ ਨੂੰ ਇਹ ਕੰਮ ਕਰਨ ਦੀ ਜਾਂ ਇਹ ਗੱਲ ਕਰਨ ਦੀ ਕੋਈ ਲੋੜ ਸੀਗੀ, ਕਿਉਂਕਿ ਜੇ ਬਾਕੀ ਧਿਰਾਂ ਜਿਹੜੇ ਟਕਸਾਲੀ ਦਲ ਲਾ ਲਓ ਜਾਂ ਹੋਰ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹ ਲਗਾਤਾਰ ਇਹ ਕੁਛ ਕਹਿਣ ਤਾਂ ਫਿਰ ਤਾਂ ਚਲੋ ਸਮਝ ਵੀ ਆਉਂਦੀ ਹੈ, ਜਾਂ ਜੋ ਆਪਣੇ ਥਾਂ 'ਤੇ ਕਰਦੇ ਨਾ ਕਰਦੇ ਉਹ ਗੱਲ ਵੱਖਰੀ ਸੀ। ਜਾਖੜ ਸਾਹਿਬ ਨੂੰ ਜੇ ਆਪਣੀ ਪਾਰਟੀ ਜਿਹਨਾਂ ਦੀ ਸਰਕਾਰ ਹੈ ਇਸ ਵਕਤ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਜਿਹੜੀ ਨਾਰਾਜ਼ਗੀ ਜੇ ਉਹ ਦੂਰ ਕਰਾਉਣ ਵਾਲੇ ਪਾਸੇ ਗੱਲ ਕਰਦੇ ਤਾਂ ਜ਼ਿਆਦਾ ਵਧੀਆ ਨਹੀਂ? ਨਹੀਂ, ਗੱਲ ਤੁਹਾਡੀ ਬਿਲਕੁਲ ਠੀਕ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਮੁੱਦਾ ਜੇ ਲੱਭ ਪਿਆ ਤਾਂ ਉਹ ਪੈਰ ਹੇਠਾਂ ਬਟੇਰਾ ਆਉਣ ਵਾਲੀ ਗੱਲ ਹੈ। ਹੁਣ ਤੁਸੀਂ ਦੇਖੋ ਨਾ, ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੀ ਉਦਾਹਰਣ ਆਪਣੇ ਸਾਹਮਣੇ ਆ, ਤੱਤੀ ਹੱਥ ਨਹੀਂ ਲੱਗਦਾ ਭਾਫ਼ ਨਿਕਲਦੀ। ਹੁਣ ਉਦਾਹਰਣ ਕੀ ਹੈ ਕਿ ਅਕਾਲੀ ਦਲ ਦਾ ਭਾਜਪਾ ਦੇ ਨਾਲ ਗੱਠਜੋੜ ਬਣਿਆ ਨਹੀਂ। ਪਿਛਲੀ ਵਾਰੀ 4 ਬੰਦੇ ਖਲੋਤੇ ਸੀ, ਐਤਕੀ ਉਮੀਦਵਾਰ ਕੋਈ ਨਹੀਂ, ਇੱਕ ਸਿਟਿੰਗ MLA ਮਨਜਿੰਦਰ ਸਿੰਘ ਸਿਰਸਾ ਦਾ ਹਲਕਾ ਵੀ ਖਾਲੀ ਕਰਨਾ ਪਿਆ। ਇਹਦੇ ਬਾਵਜੂਦ ਵੀ ਅਕਾਲੀ ਦਲ ਨੇ ਉੱਥੇ ਇੱਕ ਮੁੱਦਾ ਕਿਹੜਾ ਚੁੱਕਿਆ ਸੀ ਕਿ ਜੀ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਕਮਲਨਾਥ ਜਿਹੜਾ 1984 ਦੇ ਸਿੱਖ ਕਤਲੇਆਮ ਦਾ ਉਹਦੇ 'ਤੇ ਦੋਸ਼ ਲੱਗਦਾ, ਕਾਂਗਰਸ ਪਾਰਟੀ ਨੇ ਸਟਾਰ ਪ੍ਰਚਾਰਕ ਬਣਾਇਆ, ਅਸੀਂ ਬਿਲਕੁਲ ਵੀ ਉਸ ਬੰਦੇ ਨੂੰ ਦਿੱਲੀ 'ਚ ਵੜਨ ਨਹੀਂ ਦੇਣਾ, ਉਹ ਆਣ ਕੇ ਕਿਸੇ ਜਲਸੇ ਨੂੰ ਸੰਬੋਧਨ ਕਰੇ ਤਾਂ ਸਹੀ, ਕਿਉਂਕਿ ਉਹਦੇ ਫਲਾਨੇ ਫਲਾਨੇ ਬੰਦੇ ਦੇ ਨਾਲ ਤਾਰ ਜੁੜਦੇ ਆ, ਅਸੀਂ ਠੋਕਿਓ ਦਾ ਵਿਰੋਧ ਕਰਨਾ, ਦਿੱਲੀ 'ਚ ਨਹੀਂ ਵੜਨ ਦੇਵਾਂਗੇ। ਇਸੇ ਤਰੀਕੇ ਜੇ ਕੋਈ ਕਾਂਗਰਸ ਪਾਰਟੀ ਦਾ ਹੋਰ ਲੀਡਰ ਇਸ ਤਰੀਕੇ ਦਾ ਕੋਈ ਬਿਆਨ ਦਊਗਾ ਤਾਂ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬੈਠੇ ਬਿਠਾਏ ਇੱਕ ਮੁੱਦਾ ਮਿਲ ਜਾਣਾ ਕਿ ਕਾਂਗਰਸ ਦੀ ਸਰਕਾਰ ਆ, ਕੈਪਟਨ ਸਾਹਿਬ ਪਹਿਲਾਂ ਵੀ ਯਤਨ ਕਰਦੇ ਹੁੰਦੇ ਸੀ ਕਿ ਕਾਂਗਰਸੀਆਂ ਦਾ SCPC ਦੇ ਵਿੱਚ ਸਿੱਧਾ ਸਿੱਧਾ ਕੋਈ ਨਵੀਆਂ ਧਿਰਾਂ ਬਣਾ ਕੇ, ਨਵੀਆਂ ਜਥੇਬੰਦੀਆਂ ਬਣਾ ਕੇ ਉਹਦੇ ਵਿੱਚ ਪੈਰ ਧਰਾਵਾ ਕਰਾ ਦਈਏ, ਉਹ ਲੋਕੋ, ਉਹ ਪੰਥ ਦਿਓ, ਦਰਦੀਓ, ਇਹਨਾਂ ਅੰਜ਼ਵਾਰਿਆਂ ਨੂੰ SCPC ਦੇ ਅੰਦਰ ਵੜਨ ਤੋਂ ਰੋਕ ਲਓ। ਹੋ ਸਕਦਾ ਕਿ ਇਸੇ ਮੁੱਦੇ ਦੇ ਉੱਤੇ ਅਗਲੇ ਮੋਰਚਾ ਵੀ ਖੋਲ੍ਹ ਦੇਣ। ਨਹੀਂ, ਇਹ ਮੋਰਚਾ ਖੁੱਲ੍ਹ ਜਾਣਾ ਇਸ ਕਰਕੇ ਮੈਨੂੰ ਲੱਗਦਾ, ਜੇ ਤੁਹਾਨੂੰ ਤੁਹਾਡੇ ਧਿਆਨ 'ਚ ਹੋਣੀ ਗੱਲ ਕਿ ਜਿਹੜੀ ਸਹਿਮਤੀ ਹਰਿਆਣੇ ਦੇ ਵਿੱਚ ਇੱਕ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਕੈਪਟਨ ਸਾਹਿਬ ਨੇ ਦੇ ਤੀ, ਉਹਦੇ 'ਤੇ ਤਾਂ ਲੌਂਗੋਵਾਲ ਸਾਹਿਬ ਨੇ ਜਾਂ ਅਕਾਲੀ ਦਲ ਨੇ ਪਹਿਲਾਂ ਇਤਰਾਜ਼ ਕਰ ਦਿੱਤਾ, ਅਤੇ ਦੂਜਾ ਮਸਲਾ ਇਹ ਹੋ ਗਿਆ। ਸੋ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਕਿ ਵੀ ਜਿੱਥੇ ਅਕਾਲੀ ਦਲ ਨੂੰ ਪਿਛਲੇ ਦਿਨਾਂ ਦੇ ਵਿੱਚ ਇਸ ਚੀਜ਼ ਦੇ ਲਈ ਮੁੱਦਾ ਨਹੀਂ ਸੀ ਲੱਭਦਾ, ਕਿਉਂਕਿ ਕਾਂਗਰਸ ਪਾਰਟੀ ਜਦੋਂ ਗੱਲ ਕਰਦੀ ਸੀ ਇਹ ਡੋਲ ਜਾਂਦੇ ਸੀ, RP ਨੇ ਘੁੰਮ ਫਿਰ ਕੇ ਫਿਰ ਰੇਤ ਬਜਰੀ ਅਤੇ ਨਸ਼ਿਆਂ 'ਤੇ ਆ ਜਾਣਾ ਅਤੇ ਆਪਾਂ ਕੋਈ ਹੋਰ ਲੱਭੀਏ। ਆਹ ਤਾਂ ਇਹੋ ਜਿਹਾ ਮੁੱਦਾ ਦੇ ਦਿੱਤਾ ਜਿਹਦੇ 'ਤੇ ਕਾਂਗਰਸ ਪਾਰਟੀ ਕੋਲ ਕੋਈ ਜਵਾਬ ਹੀ ਹੈ ਨਹੀਂ। ਜੀ ਨਹੀਂ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਕਿਉਂਕਿ ਇੱਕ ਪਾਸੇ ਕਹਿੰਦੇ ਆ ਕਿ ਭਾਈ ਅਸੀਂ ਧਰਮ ਨਿਰਪੱਖ ਧਿਰਾਂ ਵਾਲੇ ਹਾਂ, ਅਸੀਂ ਧਾਰਮਿਕ ਚੋਣਾਂ 'ਚ ਕੋਈ ਹਿੱਸਾ ਨਹੀਂ ਲੈਂਦੇ, ਅਕਾਲੀ ਦਲ ਦੇ ਉੱਤੇ ਦੋਸ਼ ਵੀ ਲਾਉਂਦੇ ਆ ਕਿ ਦੋਹਰੀ ਰਾਜਨੀਤੀ ਕਰਦੇ ਆ, ਅਤੇ ਜਾਖੜ ਸਾਹਿਬ ਨੇ ਇਹ ਬਿਆਨ ਹੋ ਸਕਦਾ ਕਿ ਇਹ ਸੋਚ ਕੇ ਦਿੱਤਾ ਹੋਵੇ ਕਿ ਭਾਈ ਦਬਾਅ ਵਧਾਈਏ, ਆਪਾਂ ਕੇਂਦਰ ਸਰਕਾਰ ਦੇ ਉੱਤੇ ਵੀ ਪ੍ਰੈਸ਼ਰ ਪਾਈਏ, ਆਪਾਂ SCPC ਦੀਆਂ ਛੇਤੀ ਚੋਣਾਂ ਕਰਾ ਕੇ ਅਕਾਲੀ ਦਲ ਦਾ ਸਾਰਾ ਧਿਆਨ ਉਧਰਲੇ ਪਾਸੇ ਲਵਾਈਏ, ਤਾਂ ਜੋ ਸਾਡੇ ਖਿਲਾਫ਼ ਜਿਹੜੇ ਧਰਨੇ ਪ੍ਰਦਰਸ਼ਨ ਆ ਉਹ ਧਰਨੇ ਪ੍ਰਦਰਸ਼ਨ ਥੋੜ੍ਹਾ ਜਿਹਾ ਸੱਜੇ ਖੱਬੇ ਹੋ ਜਾਣ। ਪਰ ਜਾਖੜ ਸਾਹਿਬ ਦੀ ਪਾਰਟੀ ਨੂੰ ਇਹ ਬਿਆਨ ਸਿਆਸੀ ਤੌਰ 'ਤੇ ਮਹਿੰਗਾ ਪੈ ਸਕਦਾ ਅਤੇ ਅਕਾਲੀ ਦਲ ਨੂੰ ਜੀਵਨ ਦਾਨ ਤੱਕ ਜਿਹੜਾ ਉਹ ਮਿਲ ਸਕਦਾ। ਮੈਂ ਨਾਲ ਦੀ ਨਾਲ ਇੱਕ ਗੱਲ ਹੋਰ ਜਿਹੜੀ ਆ ਸੰਧਾਲੀਆ ਸਾਹਿਬ ਜ਼ਰੂਰ ਕਰਦਾ, ਹੁਣ ਕਾਂਗਰਸ ਪਾਰਟੀ ਨੂੰ ਲੱਗਦਾ ਕੀ ਹੈ ਕਿ ਅਕਾਲੀ ਦਲ ਨੇ ਜ਼ਿਲ੍ਹਾ ਪੱਧਰੀ ਧਰਨੇ ਸ਼ੁਰੂ ਕਰਤੇ। ਫਰੀਦਕੋਟ ਦੇ ਵਿੱਚ ਇੱਕ ਧਰਨਾ ਰੱਖਿਆ ਗਿਆ ਸੀ ਕਿ ਜੀ ਦੇਖੋ ਇਹਨਾਂ ਨੇ ਬਿਜਲੀ ਦੀਆਂ ਕੀਮਤਾਂ ਵਧਾ ਦਿੱਤੀਆਂ, ਇਹਨਾਂ ਨੇ ਫਲਾਨੀ ਫਲਾਨੀ ਚੀਜ਼ ਜਿਹੜੀ ਆ ਮਹਿੰਗੀ ਕਰਤੀ, ਇਹਨਾਂ ਨੇ ਲੋਕਾਂ ਦੇ ਨਾਲ ਕੀਤਾ ਵਾਅਦਾ ਕੋਈ ਪੂਰਾ ਨਹੀਂ ਕੀਤਾ, ਕਪਤਾਨ ਸਰਕਾਰ 'ਤੇ ਦੋਸ਼ ਲਾਇਆ। ਹੁਣ ਉਸੇ ਫਰੀਦਕੋਟ ਦੇ ਵਿੱਚ ਬੀਬੀ ਪਰਮਜੀਤ ਕੌਰ ਗੁਲਸ਼ਨ ਹੋਰੀ ਸਿਆਸੀ ਤੌਰ 'ਤੇ ਕਦੇ ਅਕਾਲੀ ਦਲ 'ਚ ਸਰਗਰਮ ਹੁੰਦੇ ਸੀ, ਉਹ ਗੈਰ ਹਾਜ਼ਰ ਹੈ, MP ਰਹੇ ਨੇ ਉਹ ਕਈ ਜਗ੍ਹਾ ਦੇ ਉੱਤੋਂ, ਉਹਨਾਂ ਨੇ ਵਿਧਾਨ ਸਭਾ ਦੀ ਚੋਣ ਲੜਨ ਦੀ ਵੀ ਕੋਸ਼ਿਸ਼ ਕੀਤੀ ਸੀ ਕਿ ਭਾਈ ਟਿਕਟਾਂ ਦੇ ਦਿਓ, ਨਹੀਂ ਮਿਲੀਆਂ।
ਤੇ ਬੀਬੀ ਪਰਮਜੀਤ ਕੌਰ ਗੁਲਸ਼ਨ ਹੋਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਕਹਿ ਦਿੱਤਾ ਸੀ ਕਿ ਪੁਰਾਣੇ ਲੀਡਰਾਂ ਦੀ ਕੋਈ ਬਹੁਤੀ ਬੁੱਕਤ ਨਹੀਂ, ਸਾਨੂੰ ਬਹੁਤਾ ਜ਼ਿਆਦਾ ਪੁੱਛਿਆ ਗਿੱਛਿਆ ਨਹੀਂ ਗਿਆ, ਮੇਰੇ ਟੱਬਰ ਨੂੰ ਤੇ ਮੈਨੂੰ ਅਣਗੌਲਿਆਂ ਕੀਤਾ ਗਿਆ। ਤੇ ਹੁਣ ਜਦੋਂ ਅਕਾਲੀ ਦਲ ਦੀ ਇੱਕ ਹੋਰ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਇਹ ਗੱਲ ਆਖੂਗੀ, ਤਾਂ ਐਨ ਉਸ ਮੌਕੇ ਤੇ ਜੇ ਅਕਾਲੀ ਦਲ ਨੂੰ ਜਾਖੜ ਸਾਹਿਬ ਇਹ ਮੁੱਦਾ ਦੇ ਦੇਣਗੇ ਕਿ ਭਾਈ ਫਲਾਨਾ ਫਲਾਨਾ ਬੰਦਾ ਜਿਹੜਾ ਜਾਂ ਫਲਾਨੀਆਂ ਫਲਾਨੀਆਂ ਧਿਰਾਂ ਸਾਡੇ ਪੰਥ ਦੇ ਵਿੱਚ ਸਾਡੇ ਧਰਮ ਦੇ ਵਿੱਚ ਐਸ ਜੀ ਪੀ ਸੀ ਦੇ ਵਿੱਚ ਪੈਰ ਧਰਾਵਾ ਕਰਨ ਨੂੰ ਫਿਰਦੇ ਆ ਤੇ ਲੋਕਾਂ ਨੂੰ ਬਾਕੀ ਚੀਜ਼ਾਂ ਚੇਤਾ ਭੁੱਲਣੀਆਂ ਹੀ ਆ। ਬਿਲਕੁਲ ਸਹੀ। ਤੇ ਇੱਕ ਆਪਾਂ ਬਾਠ ਸਾਹਿਬ ਗੱਲ ਕਰ ਲਈਏ ਜਾਂਦੇ ਜਾਂਦੇ ਕਿ ਵੀ ਹੁਣ ਪੰਜਾਬ ਦੇ ਵਿੱਚ ਜਿਹੜਾ ਕਹਿ ਲਓ ਕਿ ਵੀ ਡਰੱਗਸ ਦਾ ਕੰਮ ਇੰਨਾ ਵੱਡੇ ਪੱਧਰ 'ਤੇ ਚੱਲਦਾ ਸੀਗਾ, ਉਹਨੂੰ ਹੁਣ ਕਹਿੰਦੇ ਕਿ ਵੀ ਕੈਪਟਨ ਸਾਹਿਬ ਕਹਿੰਦੇ ਤੁਸੀਂ ਬੜੀ ਦੇਰ ਤੋਂ ਲੱਗੇ ਸੀ, ਬੜੀ ਵੱਡੀ ਪ੍ਰੈਸ ਕਾਨਫਰੰਸ ਵੀ ਉਹਨਾਂ ਨੇ ਕੀਤੀ ਅਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰੋਂ ਅਸੀਂ ਬਹੁਤ ਵੱਡਾ ਜ਼ਖੀਰਾ ਲੱਭਿਆ ਜਿਹਦੇ 'ਚ 1,000 ਕਰੋੜ ਦੇ ਲਾਗੇ ਬੰਨੇ ਉਹ ਡਰੱਗ ਫੜੀ ਗਈ ਹੈ ਜਿਹੜੀ ਕਿ ਅਫਗਾਨਿਸਤਾਨ ਤੋਂ ਆਉਂਦੀ ਸੀ, ਅਤੇ ਜਿਸ ਕੋਠੀ ਦੇ ਵਿੱਚ ਉਹ ਸਾਰਾ ਕੁਛ ਚੱਲਦਾ ਉਸ ਕੋਠੀ ਦੇ ਮਾਲਕ ਦਾ ਲਿੰਕ ਉਹ ਅਕਾਲੀ ਦਲ ਦੇ ਨਾਲ ਜੋੜਦੇ ਆ, ਹਾਲਾਂਕਿ ਉਸ ਪਾਰਟੀ ਨੇ ਅਜੇ ਤੱਕ ਕੁਛ ਕਿਹਾ ਨਹੀਂ, ਪਰ ਸੋਸ਼ਲ ਮੀਡੀਆ ਦੇ ਉੱਪਰ ਉਹ ਪੁਰਾਣੇ ਪੋਸਟਰ ਜਿੱਥੇ ਉਹ ਫੋਟੋਆਂ ਅਤੇ ਸਾਰਾ ਕੁਛ ਆਉਣ ਲੱਗ ਪਿਆ, ਇਹਨੂੰ ਕਿਵੇਂ ਦੇਖਦੇ ਹੋ ਕਿ ਇਹ ਤਾਂ ਨਹੀਂ ਕਿਤੇ ਵੀ ਬੜੇ ਚਿਰ ਤੋਂ ਉਹ ਗੁਟਕਾ ਸਾਹਿਬ ਵਾਲੀ ਗੱਲ ਕਰ ਕਰਕੇ ਅਤੇ ਅਕਾਲੀ ਦਲ ਬਿਆਨ ਦਿੰਦਾ ਸੀ ਅਤੇ ਹੁਣ ਉਸ ਚੀਜ਼ ਨੂੰ ਡਿਫੈਂਡ ਕਰਨ ਦਾ ਮੌਕਾ ਮਿਲਿਆ ਅਤੇ ਕੈਪਟਨ ਸਾਹਿਬ ਨੇ ਸੋਚਿਆ ਵੀ ਢਾ ਲਈਏ ਬੰਦੇ? ਨਹੀਂ, ਦੇਖੋ ਗੱਲ ਇਹ ਹੈਗੀ ਆ ਕਿ ਜਦੋਂ ਵੀ ਜਿਹਨੂੰ ਵੀ ਸਿਆਸੀ ਤੌਰ 'ਤੇ ਮੌਕਾ ਮਿਲਦਾ ਆਪਣੀ ਸਥਿਤੀ ਸੁਧਾਰਨ ਦੇ ਲਈ ਅਤੇ ਦੂਸਰਿਆਂ ਨੂੰ ਦਬਾਅ ਥੱਲੇ ਲਿਆਉਣ ਦੇ ਲਈ ਉਹ ਯਤਨ ਤਾਂ ਕਰਦੇ ਹੈ। ਬੜਾ ਕੁਝ ਪਿਛਲੇ ਸਮੇਂ ਦੇ ਵਿੱਚ ਹੋਇਆ, ਦੇਖੋ ਅਕਾਲੀ ਭਾਜਪਾ ਦੀ ਸਰਕਾਰ ਸੀ 70 ਘਰਾਂ 'ਚ ਉਦੋਂ ਵੀ ਵਿਛਦੇ ਰਹੇ, ਉਹਦੇ ਤੋਂ ਬਾਅਦ ਆ ਕਾਂਗਰਸ ਪਾਰਟੀ ਦੀ ਸਰਕਾਰ ਆਈ, ਵਾਅਦੇ ਅਤੇ ਦਾਅਵੇ ਕੁਝ ਹੋਰ ਕੀਤੇ ਸੀ ਪਰ ਉਹ ਨਸ਼ਿਆਂ ਦਾ ਮਾਮਲਾ ਜਿਹੜਾ ਉਹ ਠੰਡੇ ਬਸਤੇ 'ਚ ਪਿਆ ਨਹੀਂ ਸੀ। ਇੱਥੋਂ ਤੱਕ ਕਿ ਅਕਾਲੀ ਦਲ ਦੇ ਲੀਡਰ ਵੀ ਕਹਿਣ ਲੱਗ ਪਿਆ ਸੀ ਕਿ ਕਪਤਾਨ ਸਾਹਿਬ ਦੀ ਸਰਕਾਰ ਦੇ ਵਿੱਚ ਕੰਮ ਤੇਜ਼ ਹੋ ਗਿਆ, ਇਹਨਾਂ ਤੋਂ ਕਿਹੜਾ ਰੁਕਿਆ, ਜਿਹੜਾ ਸਾਡੇ ਉੱਤੇ ਦੋਸ਼ ਲਾਉਂਦੇ ਹੁੰਦੇ ਸੀ। ਹੁਣ ਕਪਤਾਨ ਸਾਹਿਬ ਨੇ ਥੋੜ੍ਹੀ ਜਿਹੀ ਸਖਤੀ ਤਾਂ ਕੀਤੀ ਆ, ਪਰ ਆਪਾਂ ਉਮੀਦ ਕਰਦੇ ਹਾਂ ਕਿ ਭਾਈ ਇਹ ਸਖਤੀ ਜਿਹੜੀ ਹੈ ਉਹ ਸਥਾਈ ਹੋਵੇ। ਹੁਣ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਝੋਲ ਮਾਰਦੀਆਂ, ਤੁਸੀਂ ਨੇਹਾ ਸ਼ੋਰੀ ਹੋਰਾਂ ਦਾ ਨਾਂ ਤਾਂ ਤੁਹਾਨੂੰ ਯਾਦ ਹੋਣਾ, ਜਿਹੜੀ ਬੀਬੀ ਖਰੜ ਦੀ ਉਹ ਲੈਬੋਰਟਰੀ ਦੇ ਵਿੱਚ ਆਫਿਸਰ ਸੀ, ਉਹ ਲੈਬੋਰਟਰੀ 'ਚ ਕੀ ਕੀਤਾ ਜਾਂਦਾ, ਜਿਹੜਾ ਨਸ਼ਾ ਫੜਿਆ ਜਾਂਦਾ ਉੱਥੇ ਜਾ ਕੇ ਉਹਦੀ ਸਾਰੀ ਟੈਸਟਿੰਗ ਹੁੰਦੀ ਹੈ, ਉਸ ਬੀਬੀ ਦਾ ਕਤਲ ਲੈਬੋਰਟਰੀ ਦੇ ਅੰਦਰ ਜਾ ਕੇ ਗੋਲੀਆਂ ਮਾਰ ਕੇ ਕੀਤਾ ਜਾਂਦਾ, ਉਹਦੇ ਤੋਂ ਬਾਅਦ ਕੇਸ ਚੱਲਦਾ ਅਤੇ ਹੁਣ ਉਹ ਕੇਸ ਇਸ ਕਰਕੇ ਰਫਾ ਦਫਾ ਹੋ ਚੱਲਿਆ ਸੀ ਕਿ ਭਾਈ ਉਹ ਬੰਦਾ ਤਾਂ ਹੁਣ ਰਿਹਾ ਨਹੀਂ, ਜਿਹਨੇ ਉਹ ਗੋਲੀਆਂ ਮਾਰੀਆਂ ਹੋਣੀਆਂ ਕੇਸ ਬੰਦ ਹੋ ਜਾਵੇ, ਪਰ ਉਹਦੇ ਟੱਬਰ ਨੇ ਸਿੱਧੇ ਤੌਰ 'ਤੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਮਸਲਾ ਇਹ ਨਹੀਂ ਕਿ ਇਸ ਬੀਬੀ ਨੂੰ ਜਾਂ ਸਾਡੀ ਬੇਟੀ ਨੂੰ ਇੱਕ ਬੰਦੇ ਨੇ ਉਸ ਲੈਬ ਦੇ ਅੰਦਰ ਜਾ ਕੇ ਗੋਲੀਆਂ ਮਾਰੀਆਂ, ਉਹ ਕਹਿੰਦੇ ਇਹਦੇ ਪਿੱਛੇ ਪੂਰਾ ਡਰੱਗ ਮਾਫੀਆ, ਇਹਦੇ ਪਿੱਛੇ ਪੂਰੇ ਨਸ਼ਾ ਤਸਕਰਾਂ ਦੇ ਵੱਡੇ ਗਰੋਹ ਨੇ ਅਤੇ ਇਹਦੀ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ, ਇਸ ਕਤਲ ਨੂੰ ਇੱਕ ਬੰਦੇ ਦੁਆਰਾ ਕੀਤਾ ਗਿਆ ਕਤਲ ਨਾ ਵੇਖਿਆ ਜਾਵੇ। ਜੇ ਤਾਂ ਸੱਚੇ ਮੁੱਚ ਇਹ ਗੱਲ ਜੀ ਮੇਰੇ ਖਿਆਲ ਨਾਲ ਬਾਠ ਸਾਹਿਬ ਜੇ ਇਹ ਇੱਧਰ ਨੂੰ ਕੰਮ ਤੁਰ ਪੈਂਦਾ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਵੀ ਗੱਲ ਜਿਹੜੀ ਉਹ ਨਸ਼ੇ ਦੇ ਮੁੱਦੇ 'ਤੇ ਅੱਗੇ ਨੂੰ ਵਧੇ। ਪਰ ਇਸ ਵਕਤ ਜਿਹੜੀ ਘੜੀ ਹੈ ਜੀ ਉਹ ਕਹਿੰਦੀ ਆ ਕਿ ਵੀ ਬਾਠ ਸਾਹਿਬ ਨੂੰ ਹੁਣ ਕਹਿ ਦਿਓ ਕਿ ਵੀ ਠੰਡੇ ਮੁਲਕ 'ਚ ਤੁਸੀਂ ਗਏ ਆ ਅਤੇ ਕੋਟੀ ਇੱਕ ਅੱਧੀ ਵੱਧ ਪਾ ਲਿਓ ਕਿਉਂਕਿ ਮਾੜੇ ਸਰੀਰ ਦੇ ਵਿੱਚ ਦੀ ਠੰਡ ਲੰਘਦਿਆਂ ਪਤਾ ਨਹੀਂ ਲੱਗਦਾ ਹੁੰਦਾ। ਦੇਖੋ ਸੰਧਾਲੀਆ ਸਾਹਿਬ, ਮੈਂ ਦੋ ਚੀਜ਼ਾਂ ਦੀ ਉਮੀਦ ਕਰਦਾ, ਇੱਕ ਮੈਂ ਉਸ ਦਿਨ ਦੀ ਵੀ ਉਡੀਕ ਕਰੂੰਗਾ ਕਿ ਜਦੋਂ ਆਪਾਂ ਦੋਏ ਭਰਾ ਜਿਹੜੇ ਆ ਇੱਥੇ ਇਕੱਠੇ ਬੈਠ ਕੇ ਫੋਕਸ ਕਰਾਂਗੇ ਅਤੇ ਇਕੱਠੇ ਹੱਥ 'ਚ ਹੱਥ ਪਾ ਕੇ ਘੁੰਮਾਂਗੇ, ਕਿਉਂਕਿ ਅਮਨ ਖੜਕਰ ਹੋਰੀ ਕਹਿੰਦੇ ਸੀ ਕਿ ਬੜੀ ਛੇਤੀ ਜਾਣੀ ਉਹ ਸਮਾਂ ਆਉਣਾ, ਅਤੇ ਦੂਸਰੀ ਗੱਲ ਕਿ ਕੱਟੀ ਦਾ ਤੁਸੀਂ ਉਦੋਂ ਤੱਕ ਖਿਆਲ ਰੱਖਣਾ, ਜੇ ਕੱਟੀ ਨੂੰ ਬੁਖਾਰ ਹੋਇਆ, ਜੇ ਕੱਟੀ ਨੂੰ ਤਾਪ ਹੋਇਆ, ਜੇ ਕੱਟੀ ਤੋਂ ਝੁੱਲ ਲਿਥਾ, ਫੇਰ ਮੈਂ ਗੁੱਸੇ ਹਾਂ, ਇਹ ਗੱਲ ਦਾ ਤੁਸੀਂ ਵਾਅਦਾ ਕਰੋ। ਮੈਂ ਦੇਖੋ ਜੀ, ਮੈਂ ਕੱਟੀ ਦਾ ਵੀ ਖਿਆਲ ਰੱਖੂੰਗਾ ਅਤੇ ਸੁਮਨ ਨੂੰ ਵੀ ਮੈਂ ਇੱਧਰੋਂ ਉੱਧਰੋਂ ਆੜਤੀ ਤੋਂ ਪੈਸੇ ਫੜ ਕੇ ਟੈਰ ਟੂਰ ਪਵਾ ਲੈਂਦਾ, ਅਤੇ ਬਾਕੀ ਜੇ ਅੰਗਾਲ ਨੂੰ ਜਾਣਾ ਆਉਣਾ ਹੀ ਪੈ ਜਾਂਦਾ ਕਿਤੇ ਰਿਸ਼ਤੇਦਾਰੀ 'ਚ, ਅਤੇ ਤੁਸੀਂ ਹੁਣ ਆਪਣਾ ਖਿਆਲ ਰੱਖਿਓ, ਪ੍ਰੋਗਰਾਮ ਦਾ ਵੇਲਾ ਮੁੱਕਦਾ, ਤੁਸੀਂ ਸਮਾਂ ਕੱਢਿਆ ਉਹਦੇ ਲਈ ਤੁਹਾਡਾ ਧੰਨਵਾਦ। ਬਹੁਤ ਸ਼ੁਕਰੀਆ ਜੀ, ਅਤੇ ਮੈਂ ਨਾਲ ਦੀ ਨਾਲ ਫਿਰ ਸੁਨੇਹਾ ਦੇ ਦਾਂ ਕਿ ਬਸ ਐਡਮਿੰਟਨ, ਵਿਨੀਪੈਗ, ਟੋਰਾਂਟੋ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ 3-4 ਦਿਨਾਂ ਦੇ ਵਿੱਚ ਆਉਣਾ, ਸੋਸ਼ਲ ਮੀਡੀਆ ਦੇ ਜਿੰਨੇ ਵੀ ਪ੍ਰਾਈਮ ਏਸ਼ੀਆ ਟੀਵੀ ਦੇ ਜਿਹੜੇ ਉਹ ਪਲੇਟਫਾਰਮ ਨੇ ਉਹਨਾਂ ਦੇ ਉੱਤੇ ਜਾਣਕਾਰੀ ਥੋੜ੍ਹੇ ਜਿਹੜਾ ਘੰਟਿਆਂ ਦੇ ਵਿੱਚ ਹੀ ਸਾਂਝੀ ਕਰ ਦੇਣੀ ਆ। ਸੋ ਕੱਟੀ ਦਾ ਹਾਲ ਚਾਲ ਦੱਸਣ ਦੇ ਲਈ ਜਿਹੜੀ ਪ੍ਰਾਈਮ ਏਸ਼ੀਆ ਟੀਵੀ ਦੀ ਟੀਮ ਆ ਰਹੀ ਹੈ, ਪੰਜਾਬ ਦੇ ਮੁੱਦਿਆਂ ਦੇ ਉੱਤੇ ਵਿਚਾਰਾਂ ਹੋਣਗੀਆਂ, ਅਤੇ ਸੰਧਾਲੀਆ ਸਾਹਿਬ ਸਾਥ ਦੇਣ ਲਈ ਤੁਹਾਡਾ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਬਹੁਤ ਧੰਨਵਾਦ ਜੀ। ਅਤੇ ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ, ਹੁਣ ਦਿਓ ਇਜਾਜ਼ਤ, ਗੁਰਪ੍ਰੀਤ ਸੰਧਾਂਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।